ਹਸਬੰਡ ਵਾਈਫ ਹੈ ਬਾਈ ਓਬਵੀਅਸ ਗਾ ਰਿਲੇਸ਼ਨ ਬਣੂਗਾ ਪਰ ਉਹ ਕੁੜੀ ਕਿਸੇ ਹੋਰ ਨਾਲ ਰਿਲੇਸ਼ਨ ਚ ਸੀਗੀ ਬਾਈ ਉਹਨੂੰ ਜਿੰਮੀ ਨੂੰ ਟੱਚ ਨਹੀਂ ਕਰਦਾ ਡਿਨਾਈ ਕਰ ਦਿੰਦੀ ਮੈਂ ਯਾਰ ਨਹੀਂ ਕਰਨਾ ਵਿਚ ਵਿਆਹ ਤੋ ਨਾ ਬਈ ਚੌਥੇ ਦਿਨ ਨੇ ਉਹਦੀ ਕੁੜੀ ਦੀ ਚੈਟ ਫੜੀ ਜਾਂਦੀ ਹੈ ਜਿਹੜੀ ਉਹਦੀ ਵਾਈਫ ਹੈ ਬਾਈ ਹਨਾ ਗਈ ਹੈ ਉਹ ਕਹਿੰਦੀ ਵੀ ਯਾਰ ਵੀ ਮੈਂ ਇਹਨੂੰ ਬੁਲਾਉਣਾ ਮਤਲਬ ਬੜੀ ਹਨਾ ਗੰਦੀ ਉਹਦੇ ਦੀ ਰਿਵਾਰਡਿੰਗ ਵੀ ਯੂਜ਼ ਕਰਦੇ ਮੈਨੂੰ ਛਾਲ ਮਾਰਤ ਹੁੰਦਾ ਬਾਈ ਨਹਿਰ ਚ ਉਹਨੇ ਛਾਲ ਮਾਰੀ ਹੈ ਬਾਈ ਜਾਂ ਛਾਲ ਮਰਵਾਈ ਗਈ ਹੈ ਇਹ ਵੀ ਬਈ ਹਜੇ ਸਸਪੈਂਸ ਹੈ ਫੈਮਲੀ ਦਾ ਬਈ ਕੋਈ ਵੀ ਮੈਂਬਰ ਨਹੀਂ ਆਇਆ ਉੱਥੇ ਬਈ ਨਾ ਹੀ ਸੰਸਕਾਰ ਤੇ ਨਾ ਹੀ ਬਈ ਉਹਦੇ ਭੋਗ ਤੇ ਚੌਥੇ ਦਿਨੇ ਸਟਾਰਟ ਹੋ ਗਿਆ ਸੀ ਉਹਦਾ ਕੁੜੀ ਦਾ ਪਹਿਲਾ ਆਫੇਅਰ ਸੀ ਜਿਹੜਾ ਤੇ ਉਹ ਬੰਦਾ ਉਹਨੂੰ ਕਹਿ ਰਿਹਾ ਵੀ ਯਾਰ ਇੰਨਾ ਨਾ ਦੀਪ ਜਾ ਤੇਰਾ ਮੋਟਿਵ ਸਿਰਫ ਬਾਹਰ ਦਾ ਸੀ ਉਹ ਹੱਲ ਹੋ ਗਿਆ ਮੈਨੂੰ ਲੱਗਦਾ ਕਿ ਵਿਆਹ ਤੋਂ ਬਾਅਦ ਨਾ ਜਿੱਦਣ ਤੁਹਾਡਾ ਵਿਆਹ ਹੋਇਆ ਉਸ ਦਿਨ ਪਿਆਰ ਨਿਕਲ ਗਿਆ ਸਿਰਫ ਅੰਡਰਸਟੈਂਡਿੰਗ ਹੀ ਹੁੰਦਾ ਰਿਸ਼ਤਾ ਚਲਾ ਸਕਦਾ ਨਾ ਸੋਰੀ ਪੰਜਾਬ ਦੇ ਵਿੱਚ ਬਈ ਐਮਐਮਐਸ ਲੀਕ ਹੋਣਾ ਪੰਜਾਬਣਾਂ ਦੇ ਤ्रेन ਨੇ ਨਵੀਂ ਬਾਪ ਆਪਣੀ ਕੁੜੀ ਦੇ ਕਰਮ ਲਿਖਦਾ ਆਪਣੀ ਜ਼ੁਬਾਨ ਵਿੱਚ ਤਮਾਸ਼ਾ ਬਣਦਾ ਬਈ ਤੇ ਤਮਾਸ਼ਾ ਦੇਖਣ ਵਾਲੇ ਬਹੁਤ ਨੇ ਬਈ ਆਪਾਂ ਹੁਣ ਇੰਸਟਾਗ੍ਰam ਖੋਲ ਲੋ ਤੁਸੀਂ ਅਸਲ 'ਚ ਪਤਾ ਕੀ ਆਪਣੇ ਸ਼ੋਸ਼ਾ ਦੇਖਦੇ ਆ ਬਈ ਵੀ ਜਿਹੜੀ ਚੀਜ਼ ਆ ਗਈ ਹੈ ਨਾ ਮੂਵੀਜ਼ ਦੇ ਥਰੂ ਆ ਗਈ ਜੇ ਉਸ ਚੀਜ਼ ਨੂੰ ਨਾ ਰਿਐਲਿਟੀ ਮੰਨ ਲੈਂਦੇ ਨੇ ਜਿਹੜਾ ਆਪਣੇ ਵਾਲਾ ਬਈ ਕਲਚਰ ਸੀਗਾ ਨੇ ਰਿਚ ਸੀਗਾ ਬਈ ਹਨਾ ਜਿਹਦੇ ਵਿੱਚ ਬਈ ਆਪਣੇ ਵਿੱਚ ਸਿਧਾਂਤ ਸੀਗੇ ਹਨਾ ਕਾਂਦੀ ਜ਼ਿੰਦਗੀ ਬਈ ਨਰਕ ਵੀ ਬਣੀ ਹੋਈ ਆ ਬਈ ਜੇ ਤੁਸੀਂ ਕਿਸੇ ਕੁੜੀ ਨੂੰ ਵਰਤਦੇ ਹੋ ਇਹਨਾ ਜ਼ਰੂਰ ਸੋਚੋ ਕਿ ਉਹ ਕਿਸੇ ਦੀ ਭੈਣ ਹੈ ਕਿਸੇ ਦੀ ਧੀ ਹੈ ਕਿ ਕਿਸੇ ਦੀ ਉਹਨੇ ਘਰ ਵਾਲੀ ਬਣਨਾ ਜੇ ਤੂੰ ਨਹੀਂ ਰੱਖਦੀ ਹੋਂਮੇ ਤੋ ਕਦੇ ਦੂਰ ਨਹੀਂ ਹੋਏ ਅੰਦਰ ਆਪਣਾ ਪੁਣਿਆ ਹੀ ਨਹੀਂ ਨਾਮ ਰੱਬ ਦਾ ਲੈਣ ਵਾਲੇ ਉਹ ਰੱਬ ਕੀ ਕਹਿੰਦਾ ਸੁਣਿਆ ਹੀ ਨਹੀਂ ਸਤਿ ਸ਼੍ਰੀ ਅਕਾਲ ਜੀ ਫੌਜੀ ਫ੍ਰੀ ਸਟਾਈਲ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਦਿਲੋਂ ਧੰਨਵਾਦ ਤੁਸੀਂ ਅੱਜ ਤੱਕ ਮੇਰੀਆਂ ਲਿਖਤਾਂ ਨੂੰ ਮੇਰੇ ਗੀਤਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਮੇਰੀਆਂ ਕੁਝ ਗੱਲਾਂ ਜੋ ਮੈਂ ਤੁਹਾਡੇ ਨਾਲ ਆਪਦੇ ਗਾਣਿਆਂ ਚ ਜਾਂ ਲਿਖਤਾਂ ਚ ਨਹੀਂ ਕਰ ਸਕਿਆ ਇਸੇ ਲਈ ਮੈਂ ਇਹ ਜਿਹੜਾ ਸ਼ੋਅ ਫਰੀ ਸਟਾਈਲ ਟੋਕ ਵਿਦ ਫੌਜੀ ਸ਼ੁਰੂ ਕਰਿਆ ਹੈ ਸੋ ਅੱਜ ਦੇ ਐਪੀਸੋਡ ਚ ਮੇਰੇ ਨਾਲ ਨੇ ਬਾਈ ਡਿਪਸੀ ਤੇ ਵੀਰ ਦਾ ਨਾਮ ਮਨਦੀਪ ਹੈ ਪੱਕਾ ਸੋ ਹੋ ਸਕਦਾ ਤੁਸੀਂ ਬਹੁਤ ਜਣਿਆਂ ਨੇ ਇਹਨਾਂ ਨੂੰ ਦੇਖਿਆ ਹੋਵੇ ਇਹਨਾਂ ਦੀ ਸੋਚ ਬਾਰੇ ਅੱਜ ਤੁਹਾਨੂੰ ਆਪਾਂ ਜਾਣੂ ਕਰਾਵਾਂਗੇ ਤੇ ਬਾਈ ਜਰੂਰ ਸਾਰਿਆਂ ਨੂੰ ਬਾਈ ਪਿਆਰ ਭਰੀ ਸ਼ਾਸਿਕਾ ਜਿੰਨੇ ਵੀ ਆਡੀਅנס ਬਾਈ ਫੌਜੀ ਬਾਈ ਦੇ ਸ਼ੋਅ ਨਾਲ ਜੁੜੀ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਾਸਿਕਾ ਤੇ ਬਾਈ ਬਹੁਤ ਸਾਰਾ ਮਾਣ ਬਾਈ ਲਈ ਹਨਾ ਕਿ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਬਾਈ ਤੇ ਬਹੁਤ ਦਿਲੋਂ ਬਾਈ ਪਿਆਰ ਦਿਲੋਂ ਸਤਿਕਾਰ ਹੈ ਬਾਈ ਦਾ ਹੀ ਬਾਈ ਤੁਹਾਡੀ ਸੋਚ ਬਹੁਤ ਚੰਗੀ ਲੱਗੀ ਬਾਈ ਮੈਨੂੰ ਮੈਂ ਬਹੁਤੀਆਂ ਸਾਰੀਆਂ ਜਿਹੜੀਆਂ ਤੁਹਾਡੀਆਂ ਵੀਡੀਓਜ਼ ਦੇਖੀਆਂ ਜੋ ਗੱਲਾਂ ਅੱਜ ਦਾ ਯੂਥ ਕਰਨ ਤੋਂ ਭੱਜਦਾ ਜਾਂ ਸਿਰ ਉੱਤੋਂ ਲੰਘਦੀਆਂ ਨੇ ਜੀ ਬਾਈ ਜੀ ਸੋ ਮੈਨੂੰ ਉਹ ਚੀਜ਼ ਲੱਗੀ ਹੈ ਕਿ ਬਾਈ ਕੁਝ ਡਿਫਰੈਂਟ ਥੋਟ ਰੱਖਦਾ ਹੈ ਹਾਂਜੀ ਹਾਂਜੀ ਬਾਈ ਚੰਗੀ ਸੋਚ ਰੱਖਦਾ ਹੈ ਸੋ ਇਸੇ ਲਈ ਅੱਜ ਆਪਾਂ ਇਕੱਠੇ ਹੋਏ ਆਂ ਅੱਜ ਆਪਾਂ ਬਾਈ ਬਹੁਤ ਸਾਰੀਆਂ ਗੱਲਾਂ ਮੈਂ ਵੀ ਤੁਹਾਡੇ ਤੋਂ ਹੈਨਾ ਸੁਣਾਗਾ ਤੁਸੀਂ ਸ਼ਾਇਦ ਮੈਂ ਆਪਦੇ ਇੱਕ ਕੰਮ 'ਚ ਲੱਗਿਆ ਹੋਇਆ ਜਿੱਦੇ 'ਚ ਮੈਂ ਲਿਖਦਾ ਲੋਕਾਂ ਅੱਗੇ ਲੈ ਕੇ ਆਨਾ ਹੈਨਾ ਬਟ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਮੋਟੀਵੇਸ਼ਨਲ ਰਿਲੇਟੇਬਲ ਇਹ ਉਹ ਜਿਹੜੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਜਿਹੜੀਆਂ ਉਹਨਾਂ ਅੱਗੇ ਲੈ ਕੇ ਆ ਸਕੀਏ ਬਿਲਕੁਲ ਤੇ ਮੈਨੂੰ ਸ਼ਾਇਦ ਬਹੁਤੀਆਂ ਗੱਲਾਂ ਦੀ ਨੋਲੇਜ ਨਾ ਹੋਵੇ بڑے ਕੇਸ ਜਿਹੜੇ ਤੁਹਾਡੀ ਨਿਗਾਹ 'ਚ ਆਏ ਹੋਣਗੇ ਅਜੇ ਤੱਕ ਹੈਨਾ ਜਿਵੇਂ ਮੈਂ ਤੁਹਾਡੀ ਵੀਡੀਓਜ਼ ਦੇਖਦਾ ਹੁੰਦਾ ਹਰ ਬਾਰ ਕੁਝ ਤੁਸੀਂ ਡਿਫਰੈਂਟ ਜੇ ਇੱਕ ਟੌਪਿਕ ਲੈ ਕੇ ਆਉਂਦੇ ਹੋ ਕੁਝ ਐਸੇ ਲੋਕਾਂ ਦੀ ਗੱਲ ਜਿਹੜੀ মিডিਆ ਨਹੀਂ ਸ਼ਾਇਦ ਅੱਗੇ ਲੈ ਕੇ ਆਉਂਦਾ ਹੈਨਾ ਉਹ ਗੱਲਾਂ ਕਿਸੇ ਲਈ ਛੋਟੀਆਂ ਹੋ ਸਕਦੀਆਂ ਨੇ ਕਿਸੇ ਲੋਕਾਂ ਲਈ ਹਨਾ ਕਿ ਬਹੁਤ ਵੱਡੀ ਨਿਊਜ਼ ਨਹੀਂ ਹੈ ਜਾਂ ਕਿਦਾਂ ਬਟ ਮੈਂ ਉਹਨੂੰ ਇੱਕ ਸਿੱਖ ਗਿਣਦਾ ਕਿ ਤੁਸੀਂ ਅਗਰ ਕੋਈ ਬੰਦਾ ਆਪ ਦੇ ਵਾਈਫ ਤੇ ਹਨਾ ਵਿਆਹ ਕਰਵਾ ਕੇ ਉਹਦਾ ਪੈਸੇ ਲਾ ਕੇ ਉਹਨੂੰ ਬਾਹਰ ਭੇਜ ਲਿਆ ਤੇ ਉਹਦੇ ਨਾਲੇ ਉੱਥੇ ਜਾ ਕੇ ਧੋਖਾ ਕਰਦੀ ਹੈ ਬਿਲਕੁਲ ਬਈ ਹਾਂਜੀ ਤੇ ਉਹਦੇ ਨਾਲੇ ਉੱਥੇ ਜਾ ਕੇ ਧੋਖਾ ਕਰਦੀ ਹੈ ਬਿਲਕੁਲ ਬਈ ਤੇ ਕਿੰਨੇ ਲੋਕ ਜਿਉਂ ਨਿਊਜ਼ ਵੱਡੀ ਬਣੇ ਹਨਾ ਤੁਹਾਡੇ ਕੋਲੇ ਸਾਰੀ ਚੀਜ਼ਾਂ ਪਈਆਂ ਨੇ ਤੁਹਾਨੂੰ ਪਤਾ ਮੁੰਡੇ ਸੁਸਾਈਡ ਵੀ ਕਰ ਲੈਂਦੇ ਨੇ ਬਹੁਤ ਜੀ ਕਿੰਨੇ ਬਿਜਾਜਾਂ ਦੇ ਪੈਸੇ ਚੱਕੇ ਹੁੰਦੇ ਉਹ ਅਲੱਗ ਪ੍ਰੈਸ਼ਰ ਹੁੰਦਾ ਹੈ ਸੋ ਉਹ ਚੀਜ਼ ਦੇ ਨਾਲ ਕਿੰਨੇ ਜਿਹੜੇ ਹੋਰ ਲੋਕ ਇਹ ਚੀਜ਼ਾਂ ਕਰਨ ਤੋਂ ਰੋਕਣਗੇ ਅੱਜ ਤੁਹਾਡੇ ਨਾਲ ਇਹ ਗੱਲਬਾਤ ਕਰਾਂਗੇ ਬਿਲਕੁਲ ਜੀ ਬਿਲਕੁਲ ਪਹਿਲਾਂ ਮੈਂ ਤੁਹਾਡੀ ਜਰੂਰ ਇੱਕ ਇੰਟਰੋ ਕਰਾਉਣਾ ਚਾਹੂੰਗਾ ਆਪ ਦੇ ਬਾਰੇ ਦੱਸੋ ਜਰੂਰ ਤੁਸੀਂ ਕਿੱਥੋਂ ਕੀ ਤੁਹਾਡੀ ਹੁਣ ਤੱਕ ਦੀ ਜਰਨੀ ਰਹੀ ਕਿਵੇਂ ਥੋਟ ਜਿਹੜੇ ਤੁਹਾਡੇ ਆਉਣ ਲੱਗੇ ਤੁਸੀਂ ਕਿਸ ਨਜ਼ਰੀਏ ਦੇ ਨਾਲ ਲੋਕਾਂ ਨੂੰ ਦੇਖਦੇ ਸੀ ਹਾਂਜੀ ਹਾਂਜੀ ਬਈ ਆਪਾਂ ਸ਼ਾਰਟ ਚ ਕਰ ਲੈਂਦੇ ਥੋੜਾ ਜਿਹਾ ਤੇ ਮੈਂ ਸਟਾਰਟਿੰਗ ਕੀ ਤੁਸੀਂ ਬਈ ਮੈਂ ਵੀਡੀਓਜ਼ ਕਰਨ ਲੱਗਿਆ ਸੀਗਾ ਫੈਮਿਨਿਸਮ ਨਾਲ ਰਿਲੇਟਡ ਉਹ ਵੀ ਕਿੰਨਾ ਕਿਤੇ ਚੀਜ਼ ਹੈ ਨਾ ਆਪਾਂ ਕਹਦੀ ਵੀ ਹਾਂ ਮੈਂ ਸੋਚ ਕੇ ਨਹੀਂ ਸੀ ਕੀਤਾ ਕੁਝ ਵੀ ਜਦੋਂ ਵੀਡੀਓ ਸਟਾਰਟ ਕੀਤੀਆਂ ਸੀ ਮੈਂ ਬੇਸਿਕਲੀ ਆਪਾਂ ਕਹਦੀ ਨਾ ਆਪਣੇ ਆਪ ਨੂੰ ਬਈ অবজারভার ਗਿਣਦੇ ਆਪਾਂ ਸਹੀ ਹੈਗਾ ਅਬਜ਼ਰਵ ਕਰਦੇ ਆ ਸੋਸਾਇਟੀ ਦੇ ਵਿੱਚੋਂ ਸਹੀ ਹੈ ਜੀ ਤੇ ਕੋਰਟ ਕਚੈਰੀ ਚ ਬਈ ਆਉਣਾ ਜਾਣਾ ਥੋੜਾ ਜਿਹਾ ਹੈਗਾ ਸੀਗਾ ਚਲੋ ਹੂੰ ਤੇ ਉਹ ਆਪਾਂ ਚਲੋ ਬਾਅਦ ਦੇ ਵਿੱਚ ਕਦੇ ਡਿਸਕਸ ਕਰਾਂਗੇ ਫਿਰ ਉੱਥੋਂ ਬਈ ਇਹ ਸਾਰੀਆਂ ਚੀਜ਼ਾਂ ਨੂੰ ਅਬਜ਼ਰਵ ਕੀਤੀਆਂ ਕੇਸਾਂ ਨਾਲ ਰਿਲੇਟਡ ਕਿ ਬਹੁਤ ساری ਬਾਈ ਕੇਸ ਸੀ ਜਿਹੜੇ ਕੋਰਟ ਕਚੈਰੀਆਂ ਦੇ ਵਿੱਚ ਲੋਕ ਹੁੰਦੇ ਸੀਗੇ ਸਹੀ ਹੈ ਵੀਰੇ ਉੱਥੋਂ ਬਾਈ ਲੱਗਿਆ ਯਾਰ ਕਿ ਹਾਂ ਬਹੁਤ ਸਾਰੇ ਲੋਕਾਂ ਨੂੰ ਹਨ ਕਿੰਨੇ ਇਨਸੀਡੈਂਟ ਨੇ ਆਪਣੇ ਪੰਜਾਬ ਦੇ ਵਿੱਚ ਬਾਈ ਤੁਸੀਂ ਹਨ ਹੁਣੇ ਜ਼ਿਕਰ ਕੀਤਾ ਕਿ ਬਾਹਰ ਦਾ ਜ਼ਿਕਰ ਕੀਤਾ ਬਾਹਰ ਕੁੜੀਆਂ ਜਾ ਕੇ ਇਦਾਂ ਕਰਦੀਆਂ ਨੇ ਜੋ ਵੀ ਫਰਾਡ ਹੁੰਦਾ ਬਾਈ ਹਨ ਪੰਜਾਬ ਦੇ ਮੁੰਡਿਆਂ ਨਾਲ ਉੱਥੋਂ ਬਾਈ ਕੀ ਹੋਇਆ ਜਦੋਂ ਮੈਂ ਯੂਨੀਵਰਸਿਟੀ ਸਟੱਡੀ ਕਰਦਾ ਵੇਸੇ ਵੀਰੇ ਬਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੋਂ ਮੇਰੀ ਮਾਸਟਰ ਹੋ ਚੁੱਕੀ ਹੈ ਬਾਈ ਪੀ ਐਚ ਡੀ ਲਈ ਚਲੋ ਮੇਰਾ ਚੱਲਦੀ ਜਾਂਦਾ ਹਨ ਸਹੀ ਹੈ ਤੇ ਉਹ ਸਾਰਾ ਬਾਈ ਸਟੱਫ ਮੇਰੇ ਕਿੰਨਾ ਕਿਤੇ ਦਿਮਾਗ ਚ ਘੁੰਮਦਾ ਰਹਿੰਦਾ ਸੀ ਉਹਨਾਂ ਨੋਟਸ ਬਾਈ ਉਹ ਗੇਨ ਕੀਤੇ ਤੇ ਮੈਂ ਸਟਾਰਟ ਕਰਤਾ ਬਾਈ ਉਹਨਾਂ ਤੇ ਵੀਡੀਓਜ਼ ਕਰਨੀਆਂ ਸਟਾਰਟ ਕੀਤੀਆਂ ਬਾਈ ਹਣਾ ਸਹੀ ਹੈ ਤੇ ਜਿੱਦਾਂ ਕਿ ਇਹਦੇ ਵਿੱਚ ਹੀ ਬਾਈ ਮੈਂ ਇੱਕ ਹੋਰ ਕਰਦਾ ਗੱਲ ਜੀ ਤਾਂ ਤੁਸੀਂ ਬਾਈ ਐਫਰਟ ਕੀਤਾ ਹਣਾ ਹਾਂਜੀ ਤੁਸੀਂ ਕਹਣਾ ਵੀ ਬਾਈ ਤੁਹਾਡਾ ਪ੍ਰੋਫੈਸ਼ਨਲ ਸਿੰਗਿੰਗ ਹੈ ਹਾਂਜੀ ਬਟ ਸੋਸਾਇਟੀ ਨਾਲ ਵੀ ਆਪਾਂ ਸੋਸਾਇਟੀ ਨਾਲ ਵੀ ਜੁੜਿਆ ਹਾਂ ਸੋਸਾਇਟੀ ਦਾ ਹੀ ਪਾਰਟ ਆ ਬਿਲਕੁਲ ਜੀ ਤੁਸੀਂ ਐਫਰਟ ਕੀਤਾ ਬਾਈ ਮੈਨੂੰ ਸੱਚੀਓ ਬਹੁਤ ਵਧੀਆ ਲੱਗਿਆ ਯਾਰ ਬਾਈ ਵੀ ਹਾਂ ਕਿਸੇ ਬੰਦੇ ਨੇ ਯਾਰ ਤੇ ਜਿਹੜਾ ਬੰਦਾ ਬਾਈ ਮਿਲਿਅਸ 'ਚ ਖੜਾ ਹੈ ਇੰਸਟਾ ਉਹ ਬੰਦਾ ਜਦੋਂ ਬਈ ਐਫਰਟ ਕਰਦਾ ਬਹੁਤ ਬਹੁਤ ਵਧੀਆ ਲੱਗਦਾ ਬਈ ਹੁਣ ਅਸਤਾ ਜਦੋਂ ਬਹੁਤ ਹਜੇ ਨੀਚੇ ਮੰਨਦੇ ਆਪਾਂ ਇਸ ਚੀਜ਼ ਨੂੰ ਹਾਂਜੀ ਉਹ ਸਾਰਾ ਬਈ ਸਟਾਫ ਜਦੋਂ ਆਲੇ-ਦਾਲੇ ਘੁੰਮੀ ਗਿਆ ਬਈ ਇਨਸੀਡੈਂਟ ਦੇਖੇ ਬਈ ਫਿਰ ਸੋਚਿਆ ਯਾਰ ਬਈ ਬੋਲਣਾ ਚਾਹੀਦਾ ਹੈ ਨਾ ਕਿਸੇ ਨੂੰ ਤਾਂ ਬੋਲਣਾ ਚਾਹੀਦਾ ਹੈ ਇਹ ਚੀਜ਼ਾਂ ਤੇ ਖਾਸ ਕਰਕੇ ਜਿੱਦਾਂ ਬਈ ਔਮਨਸ ਲਈ ਫੀਮੇਲਸ ਲਈ ਹਨਾ ਔਮਨ ਕਮਿਸ਼ਨ ਬਣੇ ਨੇ ਜਾਂ ਹੋਰ ਹਨਾ ਇਦਾਂ ਚੀਜ਼ਾਂ ਹੈਗੀਆਂ ਨੇ ਫਿਰ ਮੈਨੂੰ ਲੱਗਿਆ ਯਾਰ ਵੀ ਇਹ ਚੀਜ਼ਾਂ ਦੇ ਵੀ ਬੋਲਣਾ ਚਾਹੀਦਾ ਬਿਲਕੁਲ ਬਈ ਆਪਾਂ ਅਗਲੀ ਗੱਲ ਤੇ ਆੰਦੇ ਆ ਬਈ ਕਿ ਤੁਸੀਂ ਜਾਣਦੇ ਹੋ ਤੁਹਾਡੇ ਕੋਲੇ ਬਹੁਤ ਸਾਰੀਆਂ ਇਹੋ ਜਿਹੇ ਕੇਸ ਪਏ ਨੇ ਜਿਹੇ ਲੋਕਾਂ ਦੀਆਂ ਗੱਲਾਂ ਪਈਆਂ ਨੇ ਜਿਹੜੇ ਪੰਜਾਬ ਦੇ ਵਿੱਚ ਆਪ ਦੇ ਹਨਾ ਕੋਈ ਬਾਹਰ ਕਿਸੇ ਨੇ ਭੇਜਿਆ ਕਿਸੇ ਬਿਲਕੁਲ ਬਿਲਕੁਲ ਭਾਈ ਜੋ ਚੀਜ਼ਾਂ ਹੋਈਆਂ ਨੇ ਹਨਾ ਉਹਦੇ ਅੰਦਰ ਤੁਸੀਂ ਚਲਦੇ ਆ ਕਿਸ ਇੱਕ ਇੱਕ ਪੱਖ ਹੁੰਦਾ ਹੈ ਹਨਾ ਕਿ ਬੰਦੇ ਦਾ ਮੈਨੂੰ ਇਹਦੇ ਵਿੱਚ ਦੋਵੇਂ ਪੱਖ ਗਲਤ ਲੱਗਦੇ ਨੇ ਕਿ ਕਿਤੇ ਨਾ ਕਿਤੇ ਹਾਂਜੀ ਦੇਖੋ ਇੱਕ ਜ਼ਿੰਦਗੀ ਦਾ ਫੈਸਲਾ ਹੈ ਹਨਾ ਵੀ ਕਿਸ ਨਾਲ ਵਿਆਹ ਕਰਵਾਣਾ ਬਿਲਕੁਲ ਉਹ 파ਟਨਰ ਦੇਖਣਾ ਉਹਦੇ ਅੰਦਰ ਚੀਜ਼ਾਂ ਦੇਖਣੀਆਂ ਕਿ ਕੀ ਕੁਆਲਿਟੀ ਹੈ ਦੀ ਉਸ ਸਾਥ ਨਾਲ ਇੱਕ ਸਿਰਫ ਬੈਂਡ ਦੇਖਣੇ ਨਹੀਂ ਯਾ ਇਹ ਦੇਖਣਾ ਹੈ ਕਿ ਸੌਦੇਬਾਜ਼ੀ ਕਰ ਲੋ ਸੌਦੇਬਾਜ਼ੀ ਬਈ ਨਾ ਸੋ ਫਿਰ ਹਾਂਜੀ ਪੱਖ ਦੋ ਹਾਂ ਬਈ ਹੈ ਇਹ ਇਹ ਪੱਖ ਹੈ ਬਈ ਹੈ ਬਈ ਹੁਣ ਤਾਂ ਬਈ ਇਹ ਪੱਖ ਲਈ ਵੀ ਅਵੇਅਰ ਕਰਨਾ ਪੈਣਾ ਬਈ ਜਦੋਂ ਬਈ ਤੁਹਾਡੇ ਕੋਲੇ ਆ ਰਿਹਾ ਸੀ ਨਾ ਮੈਂ ਇੱਕ ਮੁੰਡੇ ਦੀ ਕਾਲ ਆਈ ਮੇਰਾ ਬਾਈ ਨਾਲ ਹੀ ਸੀਗਾ ਮੈਂ ਯਾਰ ਮੁੰਡਿਆਂ ਦੀ ਬਾਈ ਨਾ ਇੱਕ ਚੀਜ਼ ਬਈ ਮੈਂ ਬਹੁਤ ਜ਼ਿਆਦਾ ਚਲੋ ਟਾਈਮ ਹੁੰਦਾ ਬਈ ਉਹ ਤਾਂ ਬੰਦਾ ਯੰਗ ਹੁੰਦਾ ਨਾ ਟੂ ਯੰਗ ਹੁੰਦਾ 19 20 ਸਾਲ ਦੀ ਉਮਰ ਕਹਿੰਦੀ ਆਪਾਂ ਹਾਂਜੀ ਇਮੋਸ਼ਨਲ ਵੀ ਬਹੁਤ ਹੁੰਦੇ ਆ ਬਈ ਮੁੰਡੇ ਵੀ ਇਮੋਸ਼ਨਲ ਬਹੁਤ ਹੁੰਦੇ ਆ ਕੁੜੀਆਂ ਵੀ ਮੁੰਡੇ ਵੀ ਦੋਵੇਂ ਹਾਂਜੀ ਹਾਂਜੀ ਇਮੋਸ਼ਨਲ ਵੀ ਬਹੁਤ ਹੁੰਦੇ ਆ ਉਹ ਬਈ ਰੋਈ ਜਾਵੇ ਚਲੋ ਮੈਂ ਕਾਲ ਪਿਕ ਕਰਦੀ ਮੈਂ ਕਿਹਾ ਬਈ ਵੀ ਹਨਾ ਕਾਲ ਤੇ ਮੈਨੂੰ ਦੱਸਿਆ ਉਹਨੇ ਕਹਿੰਦਾ ਬਈ ਇਦਾਂ ਇਦਾਂ ਕਰਕੇ ਜਿਹੜ ਮੇਰੇ ਫਾਦਰ ਸਾਹਿਬ ਨੇ ਜਿਹੜੇ ਬਾਈ ਕਹਿੰਦਾ ਉਹ ਹਾਰਟ ਪੇਸ਼ੈਂਟ ਨੇ ਤੇ ਉਹ ਅੱਗੋਂ ਜਿਹੜੀ ਉਹਦੀ ਵਾਈਫ ਹੈ ਬਾਈ ਹਨਾ ਗਈ ਆ ਉਹ ਕਹਿੰਦੀ ਵੀ ਯਾਰ ਵੀ ਮੈਨੂੰ ਮੈਨੇਜਰ ਨੂੰ ਬੁਲਾਉਣਾ ਮਤਲਬ ਬੜੀ ਹਨਾ ਗੰਦੀ ਉਹਦੇ ਲਈ ਵਾਰਡਿੰਗ ਵੀ ਯੂਜ਼ ਕਰਦੇ ਮੈਨੂੰ ਸੁਣਦੇ ਵੌਇਸ ਮੈਸੇਜ ਬਾਈ ਮੈਨੇ ਜਦੋਂ ਹਨਾ ਸੁਣੇ ਕੁੜੀ ਦੇ ਯਾਰ ਬੜੀ ਹਨਾ ਉਹਨੇ ਯਾਰ ਗੰਦੀ ਵਾਰਡਿੰਗ ਉਹਦੇ ਲਈ ਯੂਜ਼ ਕੀਤੀ ਹੋਈ ਉਹਦੇ ਫਾਦਰ ਸਾਹਿਬ ਲਈ ਾਕਾਤ ਦੀਆਂ ਗੱਲਾਂ ਇਦਾਂ ਦੀ ਜਦੋਂ ਆਪਾਂ ਨਹੀਂ ਇੱਥੇ ਡਿਸਕਸ ਕਰ ਸਕਦੇ ਹਨਾ ਉਹ ਚੀਜ਼ ਤੇ ਉਹ ਬਾਈ ਕਹਿੰਦਾ ਯਾਰ ਵੀ ਮੈਂ ਕੀ ਕਰਾਂ ਬਾਈ ਮੈਂ ਸਾਰਾ ਕੁਝ ਯਾਰ ਬਾਈ ਸਾਰਾ ਕੁਝ ਦਾ ਤੇ ਲਟਾਉਂਦਾ ਉਸ ਕੁੜੀ ਲਈ ਯਾਰ ਇਹ ਕੁੜੀ ਅੱਗੋਂ ਕਹਿੰਦੀ ਹੈ ਵੀ ਮੈਂ ਤੈਨੂੰ ਬੁਲਾਉਣਾ ਨਹੀਂ ਹੈਗਾ ਇੱਧਰ ਇੱਕ ਫੈਮਿਲੀ ਉਜੜ ਜੂ ਬਾਈ ਉਹਦੀ ਇਹ ਜਿੱਦਾਂ ਕਿ ਇੱਕ ਵਿਆਹ ਹੁੰਦਾ ਹੈ ਹਾਂਜੀ 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 ਪਰੰਪਰਾ ਨਾਲ ਪੂਰੀ ਹੈ ਇੰਦਾ ਹੋਇਆ ਹਾਂਜੀ ਹਾਂ ਵੀ ਵਿਆਹ ਹੋਇਆ ਹੈ ਲੀਗਲ ਮੈਰਿਜ ਹੈ ਬਾਈ ਲੀਗਲ ਮੈਰਿਜ ਹੈ ਵਿਆਹ ਹੋਇਆ ਹੋਇਆ ਪੈਸੇ ਲਾ ਕੇ ਕੈਨੇਡਾ ਤੋਰਤੀ ਉਹ ਕੁੜੀ ਤੇ ਉਸ ਤੋਂ ਬਾਅਦ ਉਹ ਉੱਥੇ ਜਾ ਕੇ ਕਹਿ ਰਹੀ ਹੈ ਵੀ ਮੈਂ ਥੋੜਾ ਟਾਈਮ ਉਹਨੇ ਰੱਖੀ ਬਾਈ ਗੱਲਬਾਤ ਸਹੀ ਰੱਖੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਬਾਈ ਉਨੇ ਉਹ ਮੁੰਡੇ ਦੀ ਵੀ ਰਿਕਾਰਡਿੰਗ ਇੱਕ ਸੈਂਡ ਕੀਤੀ ਉੱਥੋਂ ਦਾ ਇੱਕ ਮੁੰਡਾ ਜਿਹੜਾ ਕਿ ਉਹਨੂੰ ਕਹਿ ਰਿਹਾ ਵੀ ਉਹ ਬੰਦੇ ਨਾਲ ਤੂੰ ਕੱਟ ਆਊਟ ਕਰ ਦੇ ਨਵੋਸ ਲੈ ਲੈ ਕਿ ਤੂੰ ਤਾਂ ਬਾਹਰ ਆ ਗਈਆਂ ਵੀ ਆਪਾਂ ਕੰਟੀਨਿਊ ਕਰਦੇ ਹਾਂ ਲਾਈਵ ਹਣਾ ਵੀ ਤੈਨੂੰ ਉਹਦੇ ਨਾਲ ਕੰਟੈਕਟ ਕਰਨ ਦੀ ਲੋੜ ਹੀ ਨਹੀਂ ਆਪਾਂ ਇੱਥੇ ਕੈਨੇਡਾ 'ਚ ਹੀ ਰਹੀ ਜਾਂਦੇ ਹਾਂ ਉਹ ਚੀਜ਼ ਬਾਈ ਕਿੰਨਾ ਕਿਤੇ ਜਿਹੜੀ ਫੈਮ ਤਿੰਨ ਭੈਣਾਂ ਬਾਈ ਉਹਦੇ ਉਹ ਮੁੰਡੇ ਦੇ ਤਿੰਨ ਭੈਣਾਂ ਪੈਸੇ ਬਾਈ ਉਹਨਾਂ ਦੇ ਲਾਤੇ ਸਾਰੇ ਹਣਾ ਐਸੈਟ ਲਾਤੇ ਆਪਣੇ ਬਾਈ ਜੇ ਦੋ ਟਾ ਹੀ ਕਿੱਲੇ ਪੈਲੀ ਸੀ ਉਹ ਵੀ ਲਾਤੀ ਬਾਈ ਹੁਣ ਬਾਈ ਬੰਦਾ ਕਿੱਥੇ ਜਾਊਗਾ ਤੁਸੀਂ ਸੋਚ ਕੇ ਦੇਖੋ ਮੈਨੂੰ ਇਦਾਂ ਕਿਸੇ ਦੀ ਦੱਸੀ ਗੱਲ ਤੇ ਪ੍ਰੋਪਰ ਤੇ ਯਕੀਨ ਨਹੀਂ ਹੈ ਪਰ ਇਦਾਂ ਦੀ ਗੱਲ ਕੋਈ ਮੇਰੇ ਦਿਮਾਗ 'ਚ ਕਿਸੇ ਨੇ ਪਾਈ ਸੀ ਕਰੇ ਮੇਰੇ ਸਾਹਮਣੇ ਗੱਲ કરી ਸੀ ਕਿ ਕੁੜੀ ਦਾ ਵਿਆਹ ਹੋਇਆ ਲਵ ਮੈਰਿਜ ਸੀ ਮੁੰਡਾ ਤੇ ਕੁੜੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਘਰ ਦੇ ਮਨਾਏ ਤੇ ਉਹ ਬਾਹਰ ਗਈ ਉੱਥੇ ਜਾ ਕੇ ਫੇਰ ਬਦਲ ਗਈ ਉਹਦੇ ਵਿੱਚ ਆਪਾਂ ਕੀ ਸੋਚਦੇ ਹਾਂ ਤੁਸੀਂ ਵੀ ਇਹ ਕਾਰਨ ਕੀ ਬਣਦੇ ਉਹ ਦੇਖੋ ਬਈ ਆਪਾਂ ਕਹਿੰਦੇ ਹਨ ਇੰਟੈਂਸ਼ਨ ਹੈ ਬਈ ਹਨਾ ਨੀਅਤ ਕਹਿ ਲਓ ਬਈ ਹਨਾ ਨੀयत ਪੰਜਾਬੀ ਕਹਦੀ ਵੀ ਹਨਾ ਨੀਤ ਜਦੋਂ ਬੰਦੇ ਦੀ ਬਾਈ ਬਦਲਦੀ ਹੈ ਬਾਈ ਉਹ ਕੁਝ ਨਹੀਂ ਦੇਖਦੀ ਬਾਈ ਹਾਂ ਨਾ ਫਿਰ ਬੰਦਾ ਦੇਖੇ ਨਾ ਪੈ ਬਾਈ ਇਹ ਨਹੀਂ ਪਤਾ ਕਿੱਥੇ ਕੀ ਹੋ ਜੇ ਹਨਾ ਫਿਰ ਬਾਈ ਬਹੁਤ ਕੇਸ ਹਨ ਬਾਈ ਇਦਾਂ ਦੇ ਵੀ ਜਿਹੜੀਆਂ ਫੈਮਲੀਆਂ ਬਾਈ ਚਲੋ ਜਿਹੜੇ ਮਾੜੇ ਘਰਾਂ ਦੇ ਹਨਾ ਬੰਦੇ ਪੈਸੇ ਲਾਉਂਦੇ ਆਪਾਂ ਚਲੋ ਐ ਨਹੀਂ ਕਹਿੰਦੇ ਹੈਗੇ ਨੂੰ ਨਾ ਡਾਊਨ ਨਹੀਂ ਕਹਿੰਦੇ ਹੈਗੇ ਇਹਦੀ ਚ ਗੱਲ ਆਪਾਂ ਵੀ ਹਾਂਜੀ ਮਾੜੇ ਘਰਾਂ ਸੁਈਆਂ ਹਾਂਜੀ ਹਾਂਜੀ ਬਾਈ ਠੀਕ ਤੇ ਮਤਲਬ ਜਿਹੜੇ ਤਾਂ ਸਰਦੇਪੁਰ ਦੇ ਘਰ ਨੇ ਉਹ ਤਾਂ ਤਾਂ ਹੋ ਜੇ ਹੋ ਜੇ ਕਈ ਫੈਮਿਲੀਆ ਬਈ 50 50 52 52 ਲੱਖ ਲਾਈਆਂ ਗੱਡੀਆਂ ਨੇ ਹੁਣ ਉਹਨੂੰ ਮਾੜਾ ਥੋੜੀ ਕਹਿ ਸਕਦੇ ਆ ਅੱਧਾ ਕਰੋੜ ਰੁਪਈਆ ਜਿਹੜੇ ਬੰਦੇ ਨੇ ਹਨਾ ਇੱਕ ਉਥੇ ਖਰਚਤਾ ਆਪਣੀ ਵਾਈਫ ਤੇ ਉਹ ਬੰਦਾ ਮਾੜਾ ਤਾਂ ਨਹੀਂ ਹੋ ਸਕਦਾ 20 30 ਲੱਖ ਰੁਪਈਆ ਫਿਰ ਉਹਨੇ ਵਿਆਹ ਤੇ ਲਾਇਆ ਹੋਇਆ ਬਈ ਪਿੱਛੇ ਜੇ ਕੇਸ ਆਇਆ ਸੀਗਾ ਇਹ ਹੁਣ ਉਹਦੀ ਵਾਈਫ ਵੀ ਉੱਥੇ ਜਾ ਕੇ ਚੇਂਜ ਹੋ ਗਈ ਉਹ ਕਹਿੰਦੀ ਵੀ ਮੈਂ ਬੁਲਾਉਣਾ ਨਹੀਂ ਹੈਗਾ ਤੈਨੂੰ ਮਤਲਬ ਜਲੋ ਆਨੇ ਬਹਾਨੇ ਲੱਗ ਜਾਂਦੀ ਜਿੱਦਾਂ ਕਰਨਾ ਤੇ ਹੁਣ ਉੱਥੇ ਬਈ ਕੀ ਕਹੀ ਉੱਥੇ ਹੁਣ ਜਿਹੜਾ ਹੁਣ ਹਾਲ ਦੇ ਵਿੱਚ ਉਹਦੇ ਨਾਲ ਹਨਾ ਦੇਖੋ ਬਈ ਇਹਦੇ ਇਹ ਕੇਸਾਂ ਦੇ ਵਿੱਚ ਬਈ ਪਤਾ ਇੱਕ ਹੋਰ ਗੱਲ ਕੀ ਆ ਯਾਰ ਮੈਂ ਜਿੰਨੇ ਕੁ ਮੈਂ ਕੇਸ ਦੇਖਿਆ ਬਈ ਹਣਾ ਮੈਂ ਤੁਹਾਨੂੰ ਆਪਦਾ ਐਕਸਪੀਰੀਅੰਸ ਸੇਅਰ ਕਰਦਾ ਕੋਈ ਨਾ ਕੋਈ ਬੰਦਾ ਨਾ ਜ਼ਰੂਰ ਹੁੰਦਾ ਬਈ ਸਾਰੇ ਤਾਣੇ ਬਾਣੇ ਦੇ ਵਿੱਚ ਨਾ ਹੂੰ ਸ਼ਾਇਦ ਇਹਨਾਂ ਵਾਲਾ ਬੰਦਾ ਜ਼ਰੂਰ ਹੁੰਦਾ ਮੈਂ ਦੂਜੀ ਸਾਈਡ ਦੀ ਗੱਲ ਕਰ ਰਿਹਾ ਫੀਮੇਲ ਵਾਲੇ ਪਾਸੇ ਹਾਂਜੀ ਵੀ ਐਦਾਂ ਕਰ ਲੈ ਐਦਾਂ ਕਰ ਲੈ ਹਣਾ ਉਹ ਫਿਰ ਬਈ ਕਿਤਨਾ ਕਿਤੇ ਇਧਰਲੇ ਪਾਸਿਓਂ ਕਹਾਣੀ ਡਿਵੋਰਸ ਤੇ ਚੱਲ ਜਾਂਦੀ ਹੈ ਡਿਵੋਰਸ ਕਰਕੇ ਵੀ ਬਈ ਬੰਦਾ ਕਿੱਧਰ ਜਾਊਗਾ ਹੂੰ ਹਣਾ ਪੈਸਾ ਬਈ ਲਾ ਬੈਠਦਾ ਹੈ ਬੰਦਾ ਠੀਕ ਹੈ ਤੇ ਉਹ ਜਿਹੜੀ ਫਿਰ ਕਹਾਣੀ ਹੈ ਨਾ ਬਾਈ ਡਿਸਪਿਊਟ ਖੜਾ ਕਰਦੀ ਹੈ ਉਹ ਸਾਰੇ ਡਿਸਪਿਊਟ ਦੇ ਵਿੱਚ ਬਾਈ ਹਨਾ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਧਰ ਕਿਹੜੀ ਉਹ ਹੈ ਬਟ ਹਾਲ ਦੀ ਘੜੀ ਦੇ ਵਿੱਚ ਕੀ ਹੈ ਜਿਹੜੀ ਆਹ ਧਰ ਹੈ ਨਾ ਬਾਈ ਮੁੰਡੇ ਵਾਲੀ ਤੇ ਰਹਿਣਾ ਮੇਲਸ ਨਹੀਂ ਗਏ ਨਾ ਬਾਈ ਉਹ ਬਾਈ ਪਿਸਦਾ ਫਿਰ ਹਨਾ ਸੁਸਾਈਡ ਹੁੰਦੇ ਨੇ ਬਾਈ ਫਿਰ ਹਨਾ ਕੋਈ ਕਿਦਾਂ ਕੋਈ ਨਸ਼ਿਆਂ 'ਚ ਪੈ ਕਈ ਮੁੰਡੇ ਬਾਈ ਇਹੇ ਜਿਹੇ ਨੇ ਮੈਂ ਬਾਈ ਜਿਹੜੇ ਮੁੰਡੇ ਮੇਰੇ ਨਾਲ ਸੀਗੇ ਹਨਾ ਕੋਈ ਜਾ ਕੇ ਬਾਈ ਕਿਸੇ ਨੇ ਹਨਾ ਇੱਕ ਇੱਕ ਮੇਰੇ ਨਾਲ ਮੁੰਡਾ ਸੀਗਾ ਬਾਈ ਇਨਸੀਡੈਂਟ ਉਹਦਾ ਸ਼ੇਅਰ ਕਰਦੀਏ ਉਹ ਬੰਦਿਆਂ ਬਈ ਨਸ਼ਿਆਂ 'ਚ ਪੈ ਗਿਆ ਪਹਿਲਾਂ ਉਹ ਨਸ਼ਿਆਂ 'ਚ ਪਿਆ ਬਈ ਨਸ਼ਾ ਕਰਨ ਲੱਗ ਪਿਆ ਬਈ ਡੇਲੀ ਮਾਪੇ ਨੂੰ ਬਈ ਹਣਾ ਕਿੰਦਾ ਨਹੀਂ ਦੱਸ ਪਾਉਂਦਾ ਬਈ ਸਾਰੀਆਂ ਗੱਲਾਂ ਉਹ ਵੀ ਟੈਨਸ਼ਨ ਲੈਣਗੇ ਉਸ ਤੋਂ ਬਾਅਦ ਬਈ ਉੱਤੇ ਪਰਚੇ ਹੋ ਗਏ ਉਹ ਕਿਸਾਂ ਜੁੜਜ ਗਿਆ ਉਹਦੀ ਲਾਈਫ ਤਾਂ ਬਈ ਲੀਹੋ ਲੱਥ ਗਈ ਸਾਰਾ ਕੈਨੇਡਾ ਦੇ ਚੱਕਰ ਦੇ ਵਿੱਚ ਵੀ ਬਾਹਰ ਜਾਣਾ ਤੇ ਇਸ ਚੀਜ਼ ਤੇ ਵੀ ਆਪਾਂ ਇੱਕ ਗੱਲ ਕਰਦੇ ਆ ਜਿਹੜਾ ਬਾਹਰ ਜਾਣ ਦਾ ਮੈਨੂੰ ਲੱਗਦਾ ਹੁਣ ਮੈਨੂੰ ਕਈ ਲੋਕ ਕਹਿਣਗੇ ਵੀ ਤੋਂ ਨੂੰ ਗੱਲਾਂ ਤਾਂ ਆਂਦੀਆਂ ਨੇ ਤੁਸੀਂ ਸਾਰਾ ਕੁਝ ਪਾ ਲਿਆ ਪਾ ਲੇ ਭਾਈ ਹਾਂਜੀ ਪਰ ਭਾਈ ਇੱਕ ਤੁਹਾਨੂੰ ਗੱਲ ਦੱਸਾਂ ਜਦੋਂ ਅਸੀਂ ਇਹ ਕੁਝ ਨਹੀਂ ਵੀ ਪਾਇਆ ਸੀ ਮੈਂ 20 ਸਾਲਾਂ ਦਾ ਸੀ ਜਦੋਂ ਟਰੱਕ ਦਾ ਲਾਇਸੈਂਸ ਬਣਾਉਣ ਦਪਈ ਗਿਆ ਕਿ ਮੈਂ ਉੱਥੋਂ ਲਾਇਸੈਂਸ ਲੈ ਕੇ ਕੈਨੇਡਾ ਜਾਣਾ ਸਾਡੇ ਦਿਮਾਗ 'ਚ ਕਿਉਂ ਨਹੀਂ ਆਇਆ ਕਿ ਵਿਆਹ ਕਰਾ ਕੇ ਚੱਲ ਜਾਏ ਬਿਲਕੁਲ ਭਾਈ ਚਾਹੇ ਬਾਅਦ 'ਚ ਚਾਹੇ ਜਿੱਦਾਂ ਵੀ ਲੱਗਣੇ ਤਾਂ ਸਾਡੇ ਵੀ ਲੈਸ ਹਾਂਸ ਤੇ ਵੀ ਪੈਸੇ ਲੱਗਣੇ ਹੀ ਦਬਈ ਉਸ ਤੋਂ ਬਾਅਦ ਐਲ ਐਮ ਆਈ ਤੇ ਵੀ ਲੱਗਣੇ ਹੀ ਪਰ ਸਾਡੇ ਦਿਮਾਗ 'ਚ ਨਹੀਂ ਆਈ ਇਹ ਗੱਲ ਕਹਿਣ ਦਾ ਬਾਬਾ ਸੀ ਉਹ ਗੱਲ ਨੂੰ ਗਲਤ ਕਹਿ ਰਿਹਾ ਜਿਹੜੀ ਸਾਡੇ ਲਈ ਪਹਿਲਾਂ ਵੀ ਗਲਤ ਸੀ ਅੱਜ ਜੇ ਸਾਡੇ ਥੋੜੇ ਬਹੁਤੇ ਪੈਰ ਲੱਗ ਗਿਆ ਅੱਜ ਵੀ ਸਾਡੇ ਲਈ ਉਹ ਗਲਤ ਗਲਤ ਹਾਂਜੀ ਹਾਂਜੀ ਪੰਜਾਬ ਦੀ ਗੱਲ ਕਰੀਏ ਤੇ ਬਈ ਜਿਹੜੀ ਕੁੜੀ ਆਈ ਨਾ ਇੱਕ ਬੰਦਿਸ਼ 'ਚੋਂ ਇੱਥੇ ਜਦੋਂ ਉਹਨੇ ਆ ਕੇ ਇੱਥੇ ਕੋਈ ਜੇ ਤਾਂ ਚੰਗੀ ਐ ਉਹਨੂੰ ਸਮਝ ਹੈਗੀ ਐ ਸੋਚ ਸਮਝ ਦੀ ਚੰਗੀ ਹੈ ਮਚਿਓਰਟੀ ਹੈਗੀ ਇਹਨੂੰ ਫੇਰ ਤਾਂ ਉਹ ਚੰਗੇ ਸਰਕਲ ਚ ਆਊਗੀ ਬਿਲਕੁਲ ਜੇ ਉਹਨੂੰ ਸੋਚ ਸਮਝ ਨਹੀਂ ਹੈ ਉਹਦੀ ਮਚਿਓਰਟੀ ਨਹੀਂ ਹੈ ਫੇਰ ਉਹ ਇੱਥੇ ਮਾੜੇ ਲੋਕਾਂ ਕੋਲੇ ਬਿਲਕੁਲ ਜਿਹੜੀ ਕਿ ਜ਼ਿਆਦਾ ਹੈ ਬਾਈ ਹਾਂ ਜਦੋਂ ਮਾੜੇ ਲੋਕਾਂ ਕੋਲ ਆਊਗੀ ਬਾਈ ਬਿਲਕੁਲ ਬਾਈ ਫੇਰ ਉਹ ਮਾੜੀਆਂ ਚੀਜ਼ਾਂ ਨੂੰ ਚੰਗੀਆਂ ਕਰਕੇ ਦੱਸਣਗੇ ਬਿਲਕੁਲ ਫੇਰ ਉਹ ਆਏ ਦੱਸਣਗੇ ਵੀ 2:30 ਵਜੇ ਆਣਾ ਚੰਗੀ ਗੱਲ ਹੈ ਚੰਗੀ ਗੱਲ ਕਲੱਬਾਂ ਚ ਰੋਜ਼ ਜਾਣਾ दारू ਪੀਣੀ ਚੰਗੀ ਗੱਲ ਹੈ ਚੰਗੀ ਗੱਲ ਹੈ ਬਦਲ ਬਦਲ ਕੇ ਮੰਡਿਆ ਨਾਲ ਘੁੰਮਣਾ ਚੰਗੀ ਗੱਲ ਹੈ ਤੇ ਨਜ਼ਾਰਾ ਆਂਦਾ ਅੱਜ ਤੁਸੀਂ ਜਿੰਦਗੀ ਦਾ ਇਹ ਚੀਜ਼ ਬਹਾਨਾ ਹੈ ਕਿ ਜੇ ਤੁਸੀਂ ਸਾਰੇ ਦਰਵਾਜ਼ੇ ਖੋਲ ਖੋਲ ਕੇ ਦੇਖੋਗੇ ਨਾ ਹਾਂ ਜਿੰਦਗੀ ਚ ਵੀ ਤੁਰੇ ਹੋ ਵੀ ਹਾਂ ਆਹ ਕਮਰੇ ਦਾ ਇਹ ਵੀ ਦੇਖਣਾ ਆਹ ਦਾ ਵੀ ਦੇਖਣਾ ਫੇ ਡੁੱਬ ਜਾਓਗੇ ਬਿਲਕੁਲ ਬਈ ਮੈਂ ਪਿਆਰ ਨੂੰ ਵੀ ਇਹ ਗੱਲ ਮੰਨਦਾ ਬਈ ਤੁਹਾਡਾ ਪਿਆਰ ਤੇ ਪਾਰਟਨਰ ਹੈ ਨਾ ਇੱਕ ਇੱਕ ਸਮੁੰਦਰ ਆ ਬਹੁਤ ਵੱਡਾ ਜਿਹਦੇ ਚ ਬਹੁਤ ਸਾਰੀਆਂ ਕਿਸ਼ਤੀਆਂ ਨੇ ਮਤਲਬ ਤੁਹਾਨੂੰ ਬਹੁਤ ਦੁਨੀਆ ਦਿਖਦੀ ਹੈ ਜੇ ਤੁਸੀਂ ਇਸ ਗੱਲ ਤੇ ਆ ਗਿਓਂ ਵੀ ਆਪਾਂ ਯਾਰ ਐਨ ਐਨ ਆਹ ਸੋਣੀ ਆਹ ਸੋਣੀ ਆ ਫਿਰ ਤੁਸੀਂ ਡੁੱਬ ਜਾਓਗੇ ਤੁਸੀਂ ਇਹ ਦੇਖੋ ਜਿਹੜਾ ਤੁਹਾਡੀ ਤੁਹਾਡਾ ਭਾਰ ਚੱਲ ਰਹੀ ਹੈ ਤੁਹਾਡੀਆਂ ਗੱਲਾਂ ਨੂੰ ਸਮਝ ਰਹੀ ਹੈ ਤੁਹਾਡੇ ਨਾਲ ਉਹਦੀ ਨਿਭ ਸਕਦੀ ਹੈ ਉਹਦੇ ਤੇ ਬਸ ਬੈਠ ਜਾਓ ਉਹ ਤੁਹਾਨੂੰ ਪਾਰ ਲਾ ਦੂਗੀ ਜੇ ਤੁਸੀਂ ਐਦਾਂ ਦੇਖਣ ਲੱਗ ਪਏ ਫਿਰ ਤੁਸੀਂ ਭਾਰ ਨਹੀਂ ਲੱਗਣਾ ਭਾਈ ਫਿਰ ਤੁਸੀਂ ਡੁੱਬ ਜਾਓਗੇ ਡੁੱਬ ਜਾਓ ਐਦਾਂ ਚੀਜ਼ਾਂ ਨਹੀਂ ਬਿਲਕੁਲ ਭਾਈ ਬਿਲਕੁਲ ਇਹ ਪੰਜਾਬ ਦੀਆਂ ਵੀ ਅਸੀਂ ਗੱਲਾਂ ਇਹ ਜਿਹੀਆਂ ਕਰਦੇ ਆ ਹਾਂਜੀ 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 ਖੈਰ ਤੁਹਾਡੇ ਨਾਲ ਤੁਹਾਨੂੰ ਮੈਂ ਥੋੜਾ ਜਿਹਾ ਆਪ ਜਿਆਦਾ ਹੋ ਗਿਆ ਨਾ ਬਈ ਦੇਖੋ ਬਈ ਵਧੀਆ ਇਹ ਇਹ ਬੇਸਿਕਲੀ ਠੀਕ ਆ ਤੁਸੀਂ ਆਪਣੇ ਹੁੰਦਾ ਅੱਜ ਸਮਝਾ ਰਹੇ ਹੋ ਬਈ ਗੱਲ ਤੁਸੀਂ ਮੈਂਟੈਲਿਟੀ ਦੀ ਗੱਲ ਕਰ ਰਹੇ ਹੋ ੜੀਣਾ ਫੀਮੇਲ ਮੈਂਟੈਲਿਟੀ ਦੀ ਤੁਸੀਂ ਨੇ ਗੱਲ ਕੀਤੀ ਹੈ ਬਈ ਹਣਾ ਸਾਈਕੋਲੋਜੀਕਲ ਵੇਨਾ ਮੈਂ ਦੋਵਾਂ ਦੀ ਕਰਦਾ ਹਾਂ ਹਾਂਜੀ 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 ਇਹਦੇ ਚ ਦੋਵਾਂ ਹਾਂਜੀ ਦੋਹੇ ਪੱਖ ਲਾ ਲਓ ਹਾਂਜੀ ਇਹ ਮੈਂਟੈਲਿਟੀ ਹੈ ਬੇਸਿਕਲੀ ਬਈ ਸਹੀ ਇਹ ਗੱਲ ਜੇ ਪੰਜਾਬ ਚ ਦੇਖੀ ਤਾਂ ਬਈ ਪੰਜਾਬ ਚ ਵੀ ਹੈ ਪਰ ਇੱਥੇ ਬਈ ਬੰਦਾ ਇੰਨਾ ਕਿ ਥੋੜਾ ਜਿਹਾ ਬਚਤ ਰਹਿ ਜਾਂਦੀ ਹੈ ਉਹਦੇ ਐਸੈਟ ਨਾ ਉਹਦੇ ਕੋਲੇ ਹੁੰਦੇ ਨੇ ਸੋਰਸਸ ਕੋਲੇ ਹੁੰਦੇ ਨੇ ਜਿੰਮੀ ਜਦਾਂ ਕੋਲੇ ਹੁੰਦੀ ਹੈ ਜਦੋਂ ਬਈ ਕਿਤੇ ਕੈਨੇਡਾ ਦਾ ਸੁਪਨਾ ਬੰਦਾ ਬਣ ਲੈਂਦਾ ਬਈ ਬਈ ਬੰਦੇ ਪੈਲੀ ਵੇਚ ਦਿੰਦੇ ਆ ਹੂੰ ਜਦੋਂ ਪੈਲੀ 베ਗੀ ਬਈ ਪਿਛੇ ਰਿਆ ਕੁਛ ਨਹੀਂ ਇੱਕ ਤਾਂ ਹਾਨੂੰ ਧੋਖਾ ਮਿਲ ਗਿਆ ਬਈ ਹਨਾ ਉਧਰੋਂ ਦੂਜਾ ਤੁਹਾਡਾ ਪੈਲੀ ਨਹੀਂ ਹੈਗੀ ਤੁਹਾਡੇ ਕੋਲੇ ਤੀਜਾ ਡਿਪਰੈਸ਼ਨ ਬਈ ਬਿਲਕੁਲ ਬਈ ਮੈਂਟਲੀ ਤੁਸੀਂ ਡਰਾਮਟਾਈਜ਼ ਹੁੰਦੇ ਹੋ ਡਰਾਮਟਾਈਜ਼ ਹੁੰਦੇ ਹੋ ਬਈ ਫੇਰ ਬਾਈ ਕਹਾਣੀ ਕਿਤਨਾ ਬਹੁਤ ਵੱਡੀ ਚੱਲ ਜਾਂਦੀ ਹੈ ਬਾਈ ਬਿਲਕੁਲ ਬਾਈ ਫੇਰ ਬੰਦਾ ਬਾਈ ਅੱਕ ਕੇ ਜਿਹੜੇ ਹਨਾ ਸਟੈਪ ਲੈਂਦੇ ਹੈ ਬਾਈ ਨਸ਼ਿਆਂ ਵਾਲੇ ਲਾ ਲੋ ਜਾਂ ਜਾਂ ਬਾਈ ਸੁਸਾਈਡ ਵਾਲੇ ਲਾ ਲੋ ਹਨਾ ਫੇਰ ਬਾਈ ਪਰਿਵਾਰਾਂ ਦੇ ਪਰਿਵਾਰ ਉਜੜਦੇ ਨੇ ਬਾਈ ਜਿਹੜੇ ਪਰਿਵਾਰ ਚ ਮੈਂ ਜਾ ਕੇ ਆਇਆ ਬਾਈ ਰੀਸੈਂਟ ਹੁਣ ਖੈਰ ਮੈਂ ਬਹੁਤ ਪਰਿਵਾਰਾਂ ਚ ਗਿਆ ਬਾਈ ਜੇ ਰੀਸੈਂਟ ਜਾ ਕੇ ਆਉਂ ਮੁੰਡਾ ਦਾ ਬਾਈ ਮੇਰੇ ਨਾਲ 2-3 ਮਹੀਨਿਆਂ ਤੋਂ ਪਿਛਲੇ ਗੱਲ ਕਰਦਾ ਸੀ ਹੂੰ ਮੈਨੂੰ ਦੱਸਦਾ ਰਹਿੰਦਾ ਸੀ ਸਾਰਾ ਕੁਝ ਬਾਈ ਐਦਾਂ ਹੋ ਰਿਹਾ ਐਦਾਂ ਹੋ ਰਿਹਾ ਮੇਰੀ ਵਾਈਫ ਐਦਾਂ ਕਰ ਰਹੀ ਹੈ ਉਸ ਤੋਂ ਬਾਅਦ ਉਹਦਾ ਬ੍ਰਦਰ ਵੀ ਮੇਰੇ ਨਾਲ ਡਾਚੇ ਸੀਗਾ ਤੇ ਬੰਦਾ ਉਹ 1.5 ਸਾਲ ਤੋਂ ਕੈਨੇਡਾ ਹੈ ਮੁੰਡਾ ਕੈਨੇਡਾ ਸੀਗਾ 1.5 ਸਾਲ ਤੋਂ ਜਿੰਮੀ ਦੀ ਆਪਾਂ ਗੱਲ ਕਰਦੇ ਆਂ ਬਈ ਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਉਹ ਇੱਥੇ ਆ ਜਾਂਦਾ ਬਈ ਇੱਥੇ ਆ ਕੇ ਬੜਾ ਖੁਸ਼ ਰਹਿੰਦਾ ਬਈ ਉਹ ਜਿੰਮੀ ਬਈ ਜਿਹੜੀ ਤੁਸੀਂ ਗੱਲ ਕਰੀ ਹੈ ਨਾ ਇਹਨੂੰ ਬਰੀਫਲੀ ਦੱਸਿਓ ਤੁਸੀਂ ਰੀਲ ਪਾਈ ਸੀ ਹਾਂਜੀ 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 ਸੈਂਡੋ ਮੁੰਡੇ ਜੀ ਹਾਂਜੀ ਹਾਂਜੀ ਬਈ ਹਾਂਜੀ ਸੈਡਲੀ ਸੁਸਾਈਡ ਕਰ ਸੁਸਾਈਡ ਕਰ ਗਿਆ ਬਈ ਉਹ ਉਹ ਸੀਗਾ ਬਈ ਖਮਾਣੋ ਦਾ ਕੇਸ ਹੈਗਾ ਬਈ ਉਹ ਹਾਂਜੀ ਤੇ ਕਰਨਬੀਰ ਸਿੰਘ ਉਹਦਾ ਰੀਅਲ ਨੇਮ ਸੀਗਾ ਮੁੰਡੇ ਦਾ ਜਿੰਮੀ ਉਹਨੂੰ ਕਹਿੰਦੇ ਸੀਗੇ ਪਿਆਰ ਨਾਲ ਕਿ ਉਹ ਪਹਿਲਾਂ ਆਸਟ੍ਰੇਲੀਆ ਰਹਿ ਕੇ ਆਉਂਦਾ ਹੋਈ ਆਸਟ੍ਰੇਲੀਆ ਰਹਿੰਦਾ ਹੈ ਉੱਥੇ ਤੇ ਉਸ ਤੋਂ ਬਾਅਦ ਇੰਡੀਆ ਆ ਜਾਂਦਾ ਹੈ ਬਈ ਉਹਦਾ ਮਤਲਬ ਵਿਆਹ ਕਰ ਦਿੱਤਾ ਜਾਂਦਾ ਹੈਗਾ ਹਾਂ ਤੇ ਆਹ ਤੋਂ ਬਾਅਦ ਕੀ ਹੁੰਦਾ ਉਹਦੀ ਵਾਈਫ ਥੋੜੇ ਕੁ ਮਹੀਨੇ ਉਹਦੇ ਕੋਲੇ ਰਹਿ ਕੇ ਕੈਨੇਡਾ ਚਲ ਜਾਂਦੀ ਹੈ ਆਸਟ੍ਰੇਲੀਆ ਹਾਂ ਇਹ ਮੁੰਡਾ ਆਸਟ੍ਰੇਲੀਆ ਤੋਂ ਇੱਥੇ ਆ ਜਾਂਦਾ ਹੈ ਇਹਦੀ ਵਾਈਫ ਕੈਨੇਡਾ ਚਲ ਜਾਂਦੀ ਹੈ ਵੀ ਚਲੋ ਇੰਡੀਆ ਤੋਂ ਜਾਂਦੀ ਹੈ ਇੰਡੀਆ ਤੋਂ ਹਾਂਜੀ ਇੰਡੀਆ ਤੋਂ ਤੇ ਇਹ ਵਿਆਹ ਮਤਲਬ ਕਿਸੇ ਸੌਦੇਬਾਜ਼ੀ ਚ ਨਹੀਂ 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 ਬਈ ਇਹ ਇਹ ਇਦਾਂ ਸੀਗਾ ਵੀ ਦੋਏ ਮਤਲਬ ਫੈਮਲੀਆਂ ਇੱਕੋ ਟਾਊਨ ਦੀਆਂ ਬਈ ਖਮਾਣੋਂ ਦੇ ਯੋ ਸੀ ਖਮਾਣੋਂ ਦੀ ਏ ਸੀ ਰਿਲੇਟਿਵ ਸੀਗੇ ਮਤਲਬ ਹਨਾ ਐਂਟਰ ਕਨੈਕਟਿਡ ਸੀਗੇ ਸਾਰੇ ਉਹੀ ਕੇਸ ਆ ਗਿਆ ਜਿਹੜਾ ਆਪਾਂ ਕਿਹਾ ਕਿ ਕਈ ਸੌਦੇਬਾਜ਼ੀ ਤੋਂ ਜਿਹੜੇ हट ਕੇ ਕੇਸ ਆ ਵੀ ਇਹ ਇਹ ਮਤਲਬ ਆਪਾਂ ਕਹਿ ਲਈਏ ਵੀ ਇਦਾਂ ਅਰੇਂਜ ਮੈਰਿਜ ਕਹਿੰਦੀ ਆ ਪੋਦਾਂ ਸੀਗਾ ਕਿ ਮੁੰਡਾ ਬਾਹਰੋਂ ਆਇਆ ਜੀ ਵਿਆਹ ਕਰਨਾ ਉਹਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਉਹ ਜਿਹੜੀ ਫੈਮਿਲੀ ਹੁੰਦੀ ਹੈ ਬਈ ਆਪਾਂ ਕੁੜੀ ਵਾਲੀ ਫੈਮਿਲੀ ਦੀ ਗੱਲ ਕਰਦੇ ਆ। ਕੁੜੀ ਚਲ ਜਾਂਦੀ ਬਈ ਕੈਨੇਡਾ ਚਲ ਜਾਂਦੀ ਹੈ। ਤੇ ਥੋੜਾ ਟਾਈਮ ਬਈ ਅ ਵਿਆਹ ਤੋਂ ਨਾ ਬਈ ਚੌਥੇ ਦਿਨ ਨੇ ਉਹਦੀ ਕੁੜੀ ਦੀ ਚੈਟ ਫੜੀ ਜਾਂਦੀ ਹੈ। ਓਕੇ। ਤੇ ਜਿਹਨੂੰ ਕਹੇ ਜੰਮੀ ਕੀ ਕਰਦਾ ਵੀ ਚਲੋ ਹਣਾ ਉਹ ਕਹਿੰਦੀ ਹੈ ਜਦੋਂ ਉਹਨਾਂ ਨੇ ਉਹਨੇ ਉਹਨੇ ਵੀ ਤਾਂ ਅਸਲ ਦੇ ਵਿੱਚ ਕੁਝ ਚੀਜ਼ਾਂ ਯੂਜ਼ ਕੀਤੀਆਂ ਕੁੜੀਆਂ ਟਰਿਕਾਂ ਯੂਜ਼ ਕੀਤੀਆਂ। ਵੀ ਆਰ ਕੋਈ ਗੱਲ ਨਹੀਂ ਹਣਾ ਵੀ ਮੈਂ ਹੁਣ ਤੇਰੀ ਇਹ ਹੋ ਗਈ। ਤੇ ਤੇਰੇ ਨਾਲ ਮੈਂ ਹਣਾ ਉਹ ਜਿੱਦਾਂ ਵਰਡ ਯੂਜ਼ ਕੀਤੇ ਉਸ ਕੁੜੀ ਦੀ ਰਿਗਾਰਡਿੰਗ ਬਈ ਮੈਂ ਤੁਹਾਡੇ ਕੋਲੇ ਕਹਿ ਰਿਹਾ ਵੀ ਮੈਂ ਬੈਡੀ ਸ਼ੇਅਰ ਕਰ ਲਈ ਪਿੱਛੇ ਕੀ ਰਹਿ ਗਿਆ ਮਤਲਬ ਤੇਰੀ ਹੋ ਰਹਿਣਾ ਵੀ ਚੈਟ ਫੜੀ ਗਈ ਮੇਰੀ ਇਟਸ ਓਕੇ ਇਹ ਪਾ ਅੱਗੇ ਵਧਦੇ ਹਾਂ ਜਿੰਮੀ ਵੀ ਬਾਈ ਐਗਰੀ ਕਰਦਾ ਜਿੰਮੀ ਦੀ ਫੈਮਿਲੀ ਵੀ ਐਗਰੀ ਕਰਦਾ ਉਸ ਤੋਂ ਬਾਅਦ ਉਹ ਕੈਨੇਡਾ ਚਲ ਜਾਂਦੀ ਹੈ ਕੁੜੀ ਉੱਥੇ ਜਾ ਕੇ ਸੇਮ ਰਹਿੰਦੇ ਆ ਬਾਈ ਹਾਲਾਤ ਉਹਦੇ ਸੇਮ ਕਿਸੇ ਤੇ ਮਤਲਬ ਵੀ ਜਿਹੜਾ ਇੱਥੇ ਵਾਲਾ ਨਾ ਉਹਦਾ ਕਿਸ ਨਾਲ ਉਹ ਕੰਟੈਕਟ ਦੇ ਵਿੱਚ ਸੀਗੀ ਉਹ ਨਾਲੇ ਉੱਥੇ ਜਾ ਕੇ ਵੀ ਕੰਟੈਕਟ ਹੁੰਦੀ ਹੈ ਮਤਲਬ ਜਿੰਮੀ ਨੂੰ ਇਸ ਚੀਜ਼ ਦਾ ਪਤਾ ਤਾਂ ਲੱਗਦਾ ਜੋ ਕਾਲਸ ਨਾ ਚੱਕਣੀਆਂ ਬਲੌਕ ਕਰ ਦੇਣਾ ਹਨਾ ਫਿਰ ਹੌਲੀ-ਹੌਲੀ ਨਾ ਬਾਈ ਉਹ ਸਟੋਰੀ ਬਹੁਤ ਇਮੋਸ਼ਨਲ ਹੈ ਬਾਈ ਉਹਦੀ ਜਿੰਮੀ ਦੀ ਉਹਨਾਂ ਬਾਈ ਜਿੰਮੀ ਨੂੰ ਕੀ ਕਹਿੰਦੀ ਆ ਜਦੋਂ ਜਿੰਮੀ ਇੰਡੀਆ ਹੁੰਦਾ ਬਾਈ ਇੱਥੇ ਕਿਤੇ ਨਾਲ ਜਾਣਾ ਹੁੰਦਾ ਤਾਂ ਬਾਈ ਉਹਨੂੰ ਜਿੰਮੀ ਨੂੰ ਮਤਲਬ ਇਦਾਂ ਦੇ ਵਰਡ ਯੂਜ਼ ਕਰਦੀ ਉਹਦੇ ਦੀ ਯਾਰ ਤੂੰ ਮੇਰੇ ਲੈਵਲ ਦਾ ਨਹੀਂ ਉਹ ਕੁੜੀ ਨੂੰ ਇਹ ਸੀਗਾ ਮੈਂ ਸੋਹਣੀ ਬਹੁਤ ਜ਼ਿਆਦਾ ਹਾਂ ਤੇ ਰਹਿੰਦੀ ਇੱਥੇ ਸੀ ਉਹ ਮੁੰਡਾ ਆਸਟ੍ਰੇਲੀਆ ਤੋਂ ਆਇਆ ਉਹ ਹਾਂ ਇੱਥੇ ਸੀਗਾ ਜਦੋਂ ਮਤਲਬ ਇੱਥੇ ਇਕੱਠੇ ਸੀ ਵਿਆਹ ਕੇ ਤੇ ਦਮ ਅਹਿਸਾਸ ਕਰਾਉਂਦੀ ਆ ਵੀ ਯਾਰ ਵੀ ਤੂੰ ਮੇਰੇ ਲੈਵਲ ਦਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਜਦੋਂ ਉਹ ਕੁੜੀ ਕੈਨੇਡਾ ਚਲ ਜਾਂਦੀ ਆ ਬਾਈ ਸਿਮਰਨ ਜਿਹਦਾ ਨਾਮ ਹੈਗਾ ਉੱਥੇ ਜਾ ਕੇ ਵੀ ਸੇਮ ਬਾਈ ਸੇਮ ਹੀ ਰਹਿੰਦੀ ਹੈ ਸਿਚੁਏਸ਼ਨ ਕਈ ਵਾਰੀ ਫਾਈਲ ਹੋ ਬਈ ਇਹਦੀ ਜਿਹੜੀ ਆਪਣੇ ਮੁੰਡੇ ਦੀ ਉਹ ਏਦਾਂ ਕਰਕੇ ਹਨਾ ਵੀ ਯਾਰ ਵੀ ਨਾ ਲੱਗੇ ਕਿਸੇ ਹਾਲਾਤ ਦੇ ਵਿੱਚ ਹਨਾ ਵੀ ਇਹ ਇੱਥੇ ਹੀ ਰਹਿ ਜੇ ਹਾਲਾਂਕਿ ਪੈਸੇਆਂ ਜਿਹੜੇ ਬਾਈ ਜਿੰਮੀ ਦੀ ਫੈਮਿਲੀ ਨੇ ਲਾਏ ਸੀਗੇ ਉੱਥੇ ਚਲੋ ਜੀ ਇਹਦੀ ਕਿਸਮਤ ਚਲੋ ਕਿਸਮਤ ਚੰਗੀ ਕਹਿ ਲਓ ਜਾਂ ਮਾੜੀ ਕਹਿ ਲਓ ਬਈ ਇਹ ਚੱਲ ਜਾਂਦਾ ਕੈਨੇਡਾ ਚੱਲ ਜਾਂਦਾ ਦੂਜੇ ਦਿਨੇ ਬਾਈ ਉੱਥੇ ਆਪਣੇ 9 11 ਕਰ ਦਿੰਦੀ ਉੱਥੇ ਵੀ ਮੈਂ ਉਹ ਚਲੋ ਦੇਖੋ ਹਸਬੰਡ ਵਾਈਫ ਹਨ ਬਾਈ ਉਹ ਵੀ ਉਸ ਨਾਲ ਰਿਲੇਸ਼ਨ ਬਣੂਗਾ ਹੁਣ ਉਹ ਕੁੜੀ ਕਿਸੇ ਹੋਰ ਨਾਲ ਰਿਲੇਸ਼ਨ ਚ ਸੀਗੀ ਬਾਈ ਉਹਨੂੰ ਜਿੰਮੀ ਨੂੰ ਡੱਟ ਨਹੀਂ ਕਰਨ ਦਿੰਦੀ ਉਹ ਕੈਨੇਡਾ ਦਾ ਰਿਲੇਸ਼ਨ ਸੀ ਜਾਂ ਇੰਡੀਆ ਇੰਡੀਆ ਹੀ ਸੀ ਕਿ ਬਾਈ ਮੁੰਡਾ ਉਹ ਇੰਡੀਆ ਹੀ ਸੀਗਾ ਪਹਿਲਾਂ ਉੱਥੇ ਜਾ ਕੇ ਜਿੰਮੀ ਜਦੋਂ ਇਹ ਸਾਰੀਆਂ ਚੀਜ਼ਾਂ ਮਤਲਬ ਹਨਾ ਇੱਕ ਵਾਈਫ ਦੇ ਤੌਰ ਤੇ ਹਨਾ ਉਹ ਤਾਂ ਵਾਈਫ ਦੇ ਤੌਰ ਤੇ ਲੈਣਾ ਸਮਝ ਗਿਆ ਉਹ ਬਾਈ ਕੀ ਕਰਦਾ ਉੱਥੇ ਸਿਮਰਨ ਕੀ ਕਰਦੀ ਉਹਨੂੰ ਹਨਾ ਮਤਲਬ ਇਹ ਕਰਦਣੀ ਮੈਂ ਯਾਰ ਨਹੀਂ ਕਰਨਾ ਕੁਝ ਵੀ ਸਮਝ ਗਿਆ ਮੈਂ ਹਾਂਜੀ ਉਸ ਤੋਂ ਬਾਅਦ ਕੀ ਹੁੰਦਾ ਤੇ ਸੇਮ ਹੀ ਇੱਥੇ ਇੰਡੀਆ ਸੀ ਇੰਡੀਆ ਵੀ ਸੇਮ ਹੀ ਸੀਗਾ ਭਾਈ ਇੰਡੀਆ ਵੀ ਸੇਮ ਇੰਡੀਆ ਚਲੋ ਇਹਨਾਂ ਨੂੰ ਐ ਸੀਗਾ ਵੀ ਚਲੋ ਟਾਈਮ ਲੰਘੂਗਾ ਚੀਜ਼ ਹਲਾ ਹਨਾ ਚੇਂਜ ਹੋ ਜਾਣਗੇ ਹਲਾ ਤਾਂ ਚੇਂਜ ਹੋ ਜਾਣਗੇ ਹਨਾ ਵੀ ਘਰੇ ਸਹੀ ਰਹੇ ਸਾਰਾ ਕੁਝ ਤੇ ਜਿਮੀ ਭਾਈ ਇਨੋਸੈਂਟ ਸੀਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਨੋਸੈਂਟ ਸੀਗਾ ਜਿਮੀ ਉਹ ਜਿਹੜੇ ਨਾਲ ਦੇ ਨਾ ਭਾਈ ਆਸਟ੍ਰੇਲੀਆ ਤੋਂ ਹਨਾ ਕਦੇ ਲਵਾਂਗੇ ਭਾਈ ਕਾਲ ਤੇ ਉਹਨਾਂ ਨੂੰ ਉਹ ਬੰਦੇ ਦੱਸਦੇ ਉਹ ਵੀ ਇੰਨਾ ਕੁ ਯਾਰ ਮਤਲਬ ਮੇਲ ਮਲਾਪ ਵਾਲਾ ਬੰਦਾ ਬਹੁਤ ਇਨੋਸੈਂਟ ਬੰਦਾ ਸੀਗਾ ਉਹ ਦੁੱਖਦਾਰ ਤੋਂ ਦੱਸਦਾ ਵੀ ਨਹੀਂ ਸੀ ਕਿਸੇ ਨੂੰ ਤੇ ਉੱਥੇ ਜਦੋਂ ਉਹ ਦੂਜੇ ਤੀਜੇ ਦਿਨ ਬਾਈ 911 ਕਰ ਦਿੰਦੀ ਕੁੜੀ ਉਸ ਆ ਜਾਂਦੀ ਹੈ ਬਈ ਇਹ ਬੰਦਾ ਮੈਨੂੰ ਤੰਗ ਕਰਦਾ ਤਾਂ ਹਸਬੰਦ ਉੱਥੇ ਬਈ ਤੁਹਾਨੂੰ ਕਹਿਣ ਲੱਗੇ ਸਿਚੁਏਸ਼ਨ ਦਾ ਬਤਾਏ ਉੱਥੇ ਵੀ ਕੁੜੀ ਦੀ ਬਹੁਤ ਜ਼ਿਆਦਾ ਸੁਣੀ ਜਾਂਦੀ ਹੈ ਬਈ ਸਾਰੇ ਜਾਣਦੇ ਹੀ ਹਨ ਆਪਣੇ ਨੌਨ ਹੈਗੇ ਜਿੰਮੀ ਨੂੰ ਬਈ ਉੱਥੋਂ 2500 ਕਿਲੋਮੀਟਰ ਦੂਰ ਉਹਦੇ ਮਾਮੇ ਕੋਲੇ ਭੇਜ ਦਿੱਤਾ ਜਾਂਦਾ ਉੱਥੋਂ ਕੈਨੇਡਾ ਚ ਨਹੀਂ ਤੇ ਜਿੰਮੀ ਬਈ ਉੱਥੇ ਰਹਿਣ ਲੱਗ ਜਾਂਦਾ ਤੇ ਕੁੜੀ ਕੀ ਕਰਦੀ ਹੈ ਬਈ ਨਾ ਕੁੜੀ ਡਿਵੋਰਸ ਮੰਗਣਾ ਸਟਾਰਟ ਕਰ ਦਿੰਦੀ ਹੈ ਜਿੰਮੀ ਤੋਂ ਤਾਂ ਮਹੀਨੇ ਦੇ ਵਿੱਚ ਹੀ ਸਾਰੇ ਹਾਂਜੀ ਹਾਂਜੀ ਡਿਵੋਰਸ ਮੰਗਣਾ ਸਟਾਰਟ ਕਰ ਦਿੰਦੀ ਹੈ ਉਹਦਾ ਸਾਲ ਡੇਢ ਸਾਲ ਦਾ ਟਾਈਮ ਪੀਰੀਅਡ ਜਿੰਮੀ ਦਾ ਉੱਥੇ ਲੰਘਿਆ ਉਦੇ ਵਿੱਚ ਉਹ ਹਰਾਸ਼ਮੈਂਟੇ ਚੱਲਦਾ ਜਿੰਮੀ ਇਨੋਸੈਂਟ ਸੀਗਾ ਤੇ ਉਹਨੂੰ ਟਾਰਚਰ ਕੀਤਾ ਜਾਂਦਾ ਬਈ ਵਾਇਸ ਨੋਟਸ ਤੁਸੀਂ ਜੇ ਸੁਣੀ ਨੇ ਹਣਾ ਬਈ ਆਪਾਂ ਲਾਈਵ ਵੀ ਆ ਵੀਡੀਓ ਦੇ ਵਿੱਚ ਚੈਟਸ ਵਗੈਰਾ ਹਜੇ ਬਈ ਪਾਈਆਂ ਨਹੀਂ ਹਜੇ ਬਹੁਤ ਕੁਝ ਹੈ ਬਈ ਹੁਣ ਜਿਹੜੀ ਜਿੰਮੀ ਦੀ ਫੈਮਿਲੀ ਦੇ ਜਦੋਂ ਸਾਹਮਣੇ ਆਉਣਗੇ ਉਹ ਕੈਮਰੇ ਤੇ ਜਿਹੜਾ ਕਿ ਬਾਹਰ ਆਊਗਾ ਬਈ ਹਣਾ ਇਹਨੂੰ ਫਿਊਚਰ ਤੇ ਉਸ ਤੋਂ ਬਾਅਦ ਕੀ ਹੁੰਦਾ ਜਿੰਮੀ ਨੂੰ ਇੰਡੀਆ ਬਦਲ ਲਿਆ ਜਾਂਦਾ ਬਈ ਉਹਦੇ ਘਰਦੇ ਹਾਂਜੀ ਉਹਦੇ ਘਰਦੇ ਆ ਬੰਦੋਂ ਵੀ ਯਾਰ ਇਹਦੇ ਬ੍ਰਦਰ ਦਾ ਅਸਲ ਤਾਂ ਜਿੰਮੀ ਦਾ ਜਿਹੜਾ ਵੱਡਾ ਬ੍ਰਦਰ ਹੈ ਬਈ ਰਵਿੰਦਰ ਉਹਦਾ ਵੀ ਚਲੋ ਹਣਾ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਵੀ ਚਲ ਇਕੱਠੇ ਜਾਵਾਂਗੇ ਹਨਾ ਥੋੜਾ ਜਿਹਾ ਆਪਸ ਚ ਹਨਾ ਜੀ ਲੱਗੂ ਜਾਂ ਆਪਾਂ ਕਰ ਲਾਂਗੇ ਹਨਾ ਮੈਨੇਜ ਕਰ ਲਾਂਗੇ ਸਾਰਾ ਕੁਝ ਇੱਥੇ ਬਾਈ ਜਿੰਮੀ ਸਾਰੇ ਐਫਰਟ ਕਰ ਰਿਹਾ ਸੀ ਬਣਾ ਪੀਆਰ ਦੇ ਲਾ ਲੋ ਹਨਾ ਨੇ ਪੀਆਰ ਲਈ ਕਿਉਂਕਿ ਉਹਦੀ ਕੁੜੀ ਨਾਲ ਮੈਰਿਜ ਹੋਈ ਹੋਈ ਸੀਗੀ ਬਾਈ ਹਨਾ ਉਹ ਸਾਰੇ ਐਫਰਟ ਇਹ ਉਹਰੇ ਲਾ ਰਿਹਾ ਸੀਗਾ ਹੂੰ ਸਡਨਲੀ ਕੀ ਹੁੰਦਾ ਬਾਈ ਉਹ ਕੁੜੀ ਕੀ ਕਰਦੀ ਐ ਦਬਾਅ ਪਾਉਂਦੀ ਐ ਪ੍ਰੈਸ਼ਰਾਈਜ਼ ਕਰਦੇ ਜਿੰਮੀ ਨੂੰ ਮੈਨੂੰ ਡਿਵੋਰਸ ਦੇ ਡਿਵੋਰਸ ਪੇਪਰ ਦੋ ਮੈਨੂੰ ਜਿੰਮੀ ਦੀ ਫੈਮਿਲੀ ਨੂੰ ਬਾਈ ਬਹੁਤ ਤੰਗ ਕੀਤਾ ਜਾਂਦਾ ਹੂੰ ਤੇ ਜਦੋਂ ਬਾਈ ਕਿਤੇ ਹਨਾ ਆ ਗੱਲ ਜਿੰਮੀ ਦੀ ਜਦੋਂ ਜਿੰਮੀ ਨੇ ਸੁਸਾਈਡ ਕੀਤਾ ਹੈਗਾ ਉਸ ਤੋਂ ਥੋੜੇ ਦਿਨ ਪਹਿਲਾਂ ਹਨਾ ਜਿੰਮੀ ਦੇ ਹੋਰ ਜਿਹੜੇ ਬਾਈ ਯਾਰਾਂ ਦੋਸਤਾਂ ਨਾਲ ਵੀ ਗੱਲ ਨਾਰਮਲ ਸੀਗਾ ਬਾਈ ਕੋਈ ਇਹੋ ਜਿਹਾ ਇਸ਼ੂ ਹੈ ਨਹੀਂ ਸੀਗਾ ਸ਼ਾਮ ਨੂੰ ਉਹਨੂੰ ਗੋਲ ਆਉਂਦੀ ਹੈ ਬਾਈ ਕੀ ਦੀ ਗੋਲ ਆਉਂਦੀ ਹੈ ਕਿਵੇਂ ਆਉਂਦੀ ਹੈ ਬਾਈ ਕੁਝ ਨਹੀਂ ਪਤਾ ਹਜੇ ਹਨਾ ਕਿਉਂਕਿ ਉਹਦਾ ਫੋਨ ਨਹੀਂ ਲੱਭਿਆ ਲੱਭਿਆ ਬਾਈ ਜਿੰਮੀ ਦਾ ਹਨਾ ਡਾਟਾ ਜਿੰਨਾ ਕੁ ਚਲੋ ਰਿਕਵਰ ਹੋਇਆਗਾ ਬਾਈ ਜਿੰਮੀ ਛਾਲ ਮਾਰਦ ਹੁੰਦਾ ਬਾਈ ਨਹਿਰ 'ਚ ਛਾਲ ਇਹ ਇਹ ਚੀਜ਼ਾਂ ਦਾ ਵੀ ਬਾਈ ਸਸਪੈਂਸ ਹੈ ਵੀ ਜਿੰਮੀ ਜਿੰਮੀ ਨਾ ਬਾਈ ਪਾਣੀ ਤੋਂ ਬਹੁਤ ਜ਼ਿਆਦਾ ਡਰਦਾ ਸੀ ਨਾ ਕਦੇ ਉਹ ਲੇਕ ਗਿਆ ਨਾ ਬੀਚ ਗਿਆ ਬਈ ਉੱਥੋਂ ਦੇ ਦੋਸਤਾਂ ਤੋਂ ਗਣਵਰਮ ਕੀਤੀ ਜਾ ਸਕਦੀ ਹੈ ਇਹ ਗੱਲ ਉਹਦੀ ਫੈਮਲੀ ਵੀ ਕਨਫਰਮ ਕਰਦੀ ਹੈ ਉਹਨੇ ਛਾਲ ਮਾਰੀ ਹੈ ਬਈ ਜਾਂ ਛਾਲ ਮਰਵਾਈ ਗਈ ਹੈ ਇਹ ਵੀ ਬਈ ਹਜੇ ਸਸਪੈਂਸ ਹੈ ਹਜੇ ਪੁਲਿਸ ਚ ਇਨਵੈਸਟੀਗੇਸ਼ਨ ਚੱਲੂਗੀ ਚਲੋ ਹਨਾ ਚੀਜ਼ਾਂ ਬਾਅਦ ਚੋਂ ਸਾਹਮਣੇ ਆਉਣਗੀਆਂ ਹਜੇ ਟੂ अर्ਲੀ ਹੋ ਜੂਗਾ ਬਈ ਹਨਾ ਕੁਝ ਵੀ ਕਹਿ ਦੇਣਾ ਹੁਣ ਇਸ ਸਾਰੇ ਕੇਸ ਦੇ ਵਿੱਚ ਬਈ ਜਿੰਮੀ ਚੱਲ ਜਾਂਦਾ ਜਿੰਮੀ ਦੇ ਮਾਂ ਦੇ ਹਾਲਾਤ ਬਈ ਹਨਾ ਚਲੋ ਮੈਂ ਗਿਆ ਬਈ ਫੈਮਲੀ ਚ ਬੜਾ ਬੜਾ ਯਾਰ ਬੜਾ ਬਈ ਓਕੇ ਹਾਂ ਜਾਣ ਜਾਣੀ ਕਿਸੇ ਹਾਂ ਬਈ ਹਾਂ ਜਿਹਦਾ ਯਾਰ ਜਵਾਨ ਪੁੱਤ ਬਈ ਹਨਾ ਤੁਰ ਗਿਆ ਯਾਰ ਹਨਾ ਉਹਦੀ ਫੈਮਲੀ ਦੇ ਹਾਲਾਤ ਬਈ ਬਹੁਤ ਮਾੜੇ ਹੋ ਜਾਂਦੇ ਆ ਬਈ ਹਨਾ ਠੀਕ ਆ ਤੇ ਉੱਥੇ ਬਈ ਇੱਕ ਚੀਜ਼ ਮੈਂ ਜਿਹੜੀ ਮਤਲਬ ਆਪ ਯਾਰ ਖੁਦ ਦੇਖੀ ਹਨਾ ਉੱਦਾਂ ਦੇ ਕਿੰਨੇ ਹੀ ਪਰਿਵਾਰਾਂ ਚ ਬਈ ਪਹਿਲਾਂ ਵੀ ਗਿਆ ਯਾਰ ਵੀ ਉੱਥੇ ਬਈ ਪਰਿਵਾਰ ਉਜੜ ਜਾਂਦਾ ਇੱਕ ਹਨਾ ਸਿਰਫ ਉਸ ਚੀਜ਼ ਉਸ ਚੀਜ਼ ਕਰਕੇ ਕਾਸ਼ ਉਹ ਜੇ ਜੇ ਉਹਦੀ ਵਾਈਫ ਹਨਾ ਇਸ ਤਰ੍ਹਾਂ ਨਾ ਕਰਦੀ ਤਾਂ ਜਿੰਮੀ ਬਈ ਜਾਂਦਾ ਹੋਣਾ ਸੀਗਾ ਤੁਸੀਂ ਦੂਜਾ ਪੱਖ ਦੇਖਿਆ ਉਦਾਂ ਖਸ਼ ਉਧਰੋਂ ਵੀ ਦੂਜਾ ਪੱਖ ਬਾਈ ਮੇ ਮੈਂ 3-4 ਮਹੀਨੇ ਤੋਂ ਨਾ ਅਸੀਂ ਬਹੁਤ ਸਾਰੇ ਮੈਸੇਜਸ ਬਾਈ ਉਸ ਕੁੜੀ ਤੱਕ ਪਹੁੰਚਾਏ ਯਾਰ ਵੀ ਇਸ ਲੈਵਲ ਦਾ ਟਾਰਚਰ ਨਾ ਕਰ ਜੇ ਕਿਤੇ ਪਾਸੇ ਹੋਣਾ ਵੀ ਹੈ ਹਨਾ ਵੀ ਤਾਂ ਚੀਜ਼ਾਂ ਇਦਾਂ ਸੌਲਵ ਸੌਟ ਆਊਟ ਹੋ ਸਕਦੀਆਂ ਬਟ ਬਾਈ ਉਹੀ ਗੱਲ ਆ ਗਈ ਨਾ ਕਹਿੰਦੇ ਵੀ ਜਿਹੜੀ ਚੀਜ਼ ਨਾ ਜਾਂ ਕੁਝ ਵੀ ਕਹਿ ਲਓ ਬਾਈ ਹਨਾ ਹੁਣ ਦੂਜੇ ਪੱਖ ਨੂੰ ਬਾਈ ਜੇ ਆਪਾਂ ਤੁਸੀਂ ਨਾ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਦਾ ਦੂਜੇ ਪੱਖ ਦੀ ਗੱਲ ਕਈ ਇਹ ਚਲੋ ਤੁਸੀਂ ਨੇ ਵੀ ਬਾਈ ਹਨਾ ਗੱਲ ਇਹ ਚੱਕੇ ਦੂਜਾ ਪੱਖ ਆਪਾਂ ਸੁਣਿਆ ਜਾਂ ਕੀ ਸੀਗਾ ਸੁਣਨਾ ਚਾਹੀਦਾ ਬਈ ਬਿਲਕੁਲ ਸੁਣਨਾ ਚਾਹੀਦਾ ਦੂਜਾ ਪੱਖ ਬਈ ਅੱਗੇ ਜਾ ਕੇ ਕਰਾਂਗੇ ਪਰ ਰੀਲ ਦੂਜਾ ਪੱਖ ਨਾ ਬਈ ਇੰਨਾ ਕੁ ਜ਼ਿਆਦਾ ਬਈ ਮਤਲਬ ਉਹਨੂੰ ਕਹਿ ਲਈਦਾ ਇੱਕ ਆਪਾਂ ਹੇਟ ਪੈਦਾ ਕਰਨ ਦੀ ਇੱਕ ਵਾਰ ਸੁਣ ਲਈ ਆਲਰੇਡੀ ਆਪਣਾ ਇੱਕ ਰਿਲੇਸ਼ਨ ਹੈ ਬਈ ਹਣਾ ਆਪਾਂ ਵਿਆਹ ਵੀ ਕਰਾ ਲਿਆ ਆਪਾਂ ਉਹ ਕੰਟੀਨਿਊ ਰੱਖ ਰਹੇ ਹਾਂ ਤੇ ਬਈ ਉਹਦੇ ਵਿੱਚ ਬਈ ਫਿਰ ਵਿਆਹ ਕਿੱਦਾਂ ਚੱਲੂਗਾ ਯਾਰ ਕਿੱਦਾਂ ਵਰਕ ਕਰੂਗਾ ਨਹੀਂ ਇਹ ਚੀਜ਼ ਹੈ ਜਿਹੜੀਆਂ ਨੇ ਕਿ ਦੂਜਾ ਪੱਖ ਮੈਂ ਇਹ ਨਹੀਂ ਕਹਿ ਰਿਹਾ ਕਿ ਮੁੰਡਾ ਕੀ ਉਹਨੂੰ ਕਹਿ ਰਿਹਾ ਸੀ ਕੁੜੀ ਦੀ ਸਭ ਤੋਂ ਪਹਿਲੀ ਗਲਤੀ ਹੈ ਜਦੋਂ ਤੂੰ ਜਿੰਮੀ ਦੇ ਨਾਲ ਵਿਆਹ ਕਰਵਾਉਣੀ ਹੈ ਤੇ ਉਹਨੂੰ ਆਪ ਦਾ ਪਿੱਛੇ ਜਾ ਤਾਂ ਬੰਦ ਕਰਕੇ ਆਣਾ ਚਾਹੀਦਾ ਸੀ ਜਾਂ ਫਿਰ ਜਿੰਮੀ ਕੋਲੇ ਆਣਾ ਹੀ ਨਹੀਂ ਚਾਹੀਦਾ ਸੀ ਆਣਾ ਨਹੀਂ ਚਾਹੀਦਾ ਸੀ ਕਬਈ ਜਿਨ੍ਹਾਂ ਮਾਪਿਓ ਨੇ ਆਪ ਦਾ ਬੱਚਾ ਆਸਟ੍ਰੇਲੀਆ ਤੋਂ ਲਿਆ ਕੇ ਵਿਆਹਾ ਚਾਵਾਂ ਨਾਲ ਚਾਵਾਂ ਦੇ ਨਾਲ ਉਹਨਾਂ ਦਾ ਬੱਚਾ ਤੇ ਸੈੱਟ ਸੀ ਇੱਕ ਤਰ੍ਹਾਂ ਦਾ ਬਿਲਕੁਲ ਬਿਲਕੁਲ ਭਾਈ ਜਿਹੜਾ ਆਸਟ੍ਰੇਲੀਆ ਚਲ ਗਿਆ ਉਹ ਕਿਤੇ ਵੀ ਬਾਹਰ ਭੁੱਖਾ ਨਹੀਂ ਮਰਦਾ ਬਿਲਕੁਲ ਬਿਲਕੁਲ ਭਾਈ ਬਿਲਕੁਲ ਉਹਨਾਂ ਨੇ ਵਿਆਹ ਆ ਇਸ ਕਰਕੇ ਕਿ ਚਲੋ ਆਪਣੇ ਇੱਕ ਮਾਂ ਪਿਓ ਨੂੰ ਐਦਾਂ ਹੁੰਦਾ ਕਿ ਆਪਾਂ ਜਿਉਂਦੇ ਜੀ ਆਪਣੇ ਬੱਚੇ ਨੂੰ ਵਿਆਹ ਦੀਏ ਹਾਂ ਬਿਲਕੁਲ ਬਿਲਕੁਲ ਭਾਈ ਤੇ ਉਹਨਾਂ ਦੇ ਜਿਉਂਦੇ ਜੀ ਉਹਨਾਂ ਦਾ ਬੱਚਾ ਚਲਾ ਗਿਆ ਉਹਨਾਂ ਦੀ ਜ਼ਿੰਦਗੀ ਨਰਕ ਹੈ ਨਰਕ ਜਿਹੜੀ ਉਹ ਕੁੜੀ ਹੈ ਹੈਨਾ ਜਿਹੜੀ ਉਹਦੀ ਵਾਈਫ ਜਿਵੇਂ ਸਿਮਰਨ ਤੇ ਪਲੱਸ ਜਿੱਥੇ ਵੀ ਉਹਦਾ ਅਫੇਅਰ ਸੀ ਹੈ ਨਾ ਜਿਹੜੀ ਇਹ ਚੀਜ਼ ਹੈ ਇਹਦੇ ਵਿੱਚ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਨਾ ਕਿ ਉਹਨਾਂ ਦੋ ਬੰਦਿਆਂ ਦੀ ਜ਼ਿੰਦਗੀ ਜੇ ਉਹ ਜਮੀ ਨੂੰ ਨਾ ਦੇ ਦਿੰਦੇ ਪਹਿਲੇ ਦਿਨ ਹੀ ਕਿ ਆਪਾਂ ਯਾਰ ਕਰਦਿਆਂ ਨਹੀਂ ਕਰ ਦਿੱਤਾ ਯਾਰ ਤੂੰ ਹੀ ਨਾ ਦੇ ਦੇ ਆਪਣੇ ਆਪ ਇਹ ਚੀਜ਼ ਆਪਾਂ ਅੱਗੇ ਨਹੀਂ ਹੈ ਨਾ ਵਿਆਹ ਤੱਕ ਨਹੀਂ ਲੈ ਕੇ ਜਾਣੀਗੇ ਰਿਸ਼ਤਾ ਹੀ ਹੋਇਆ ਹੋਊਗਾ ਪਹਿਲਾਂ ਪੈਂਦੇ ਸੱਟੇ ਤੇ ਵਿਆਹ ਨਹੀਂ ਕਰ ਦਿੱਤਾ ਹੋਊਗਾ ਹਾਂਜੀ ਹਾਂਜੀ ਉਦੋਂ ਹੀ ਇਸ ਚੀਜ਼ ਨੂੰ ਖਤਮ ਕਰ ਦਿੰਦੇ ਤੇ ਅੱਜ ਉਹ ਮੁੰਡਾ ਖਤਮ ਨਹੀਂ ਹੋਣਾ ਸੀ ਹਾਂਜੀ ਹਾਂਜੀ ਉੱਥੇ ਇੱਕ ਚੀਜ਼ ਹੋਰ ਸੀ ਬਈ ਉਹ ਵੀ ਆਪਾਂ ਕਰ ਲਈ ਜਾਨਾ ਡਿਸਕਸ ਅਸਲ 'ਚ ਨਾ ਜਿਹੜੀ ਉਹ ਫੈਮਿਲੀ ਸੀਗੀ ਉਹ ਕੈਪੇਬਲ ਨਹੀਂ ਸੀਗੀ ਮਤਲਬ ਆਪ ਪੈਸੇ ਲਾ ਕੇ ਨਾ ਕੁੜੀ ਨੂੰ ਬਾਹਰ ਭੇਜਦੀ ਏ ਇਹ ਸੀਗਾ ਬਈ ਫਿਰ ਉੱਥੇ ਬਈ ਜਿੰਮੀ ਇੱਕ ਨਾ ਮੋਹਰਾ ਚੁਣ ਲਿਆ ਉਹਨਾਂ ਨੇ ਵੀ ਜਿੰਮੀ ਦੀ ਫੈਮਿਲੀ ਜਿਹੜੀ ਬਈ ਪੈਸੇ ਲਾ ਸਕਦੀ ਆ ਯਾਰ ਮੋਹਰਾ ਵੀ ਇਹ ਤਾਂ ਜੇ ਐਕਚੁਅਲ 'ਚ ਸਾਰਾ ਕੁਝ ਇਹ ਅਸਲੀ ਹੈ ਤੇ ਬਹੁਤ ਮਾੜਾ ਹੋਇਆ ਬਹੁਤ ਜ਼ਿਆਦਾ ਮਾੜਾ ਬਈ ਤੇ ਜਿਨ੍ਹਾਂ ਨੇ ਇਹ ਮਾੜਾ ਕਰਿਆ ਉਹ ਜ਼ਿੰਦਗੀ 'ਚ ਕੁਝ ਵੀ ਪਾ ਕੇ ਸਕੂਨ ਨਹੀਂ ਲੱਸ ਬਿਲਕੁਲ ਬਿਲਕੁਲ ਚਾਹੇ ਕੁਝ ਵੀ ਜਿੰਨਾ ਮਰਜੀ ਪੈਸਾ ਉਹ ਇਕੱਠੇ ਵੀ ਰਹਿਣ ਲੱਗ ਜਾਣ ਜੋ ਵੀ ਯਾਰ ਇੱਕ ਇੱਕ ਉਹ ਬੰਦਾ ਆਪਣੀ ਜਾਨ ਦੇ ਗਿਆ ਬਿਲਕੁਲ ਜਾਨ ਦੇਣਾ ਮੈਨੂੰ ਲੱਗਦਾ ਕਿ ਇੱਕ ਉਹ ਚੀਜ਼ ਤੇ ਆ ਕੇ ਬੰਦਾ ਸੁਸਾਈਡ ਕਰਦਾ ਜਿੱਥੇ ਸਾਰਾ ਕਿਤੇ ਹਨੇਰਾ ਹੋ ਜਾਂਦਾ ਕੋਈ ਰਾਹ ਨਹੀਂ ਦਿਖਦਾ ਬਿਲਕੁਲ ਉਹਨੂੰ ਲੱਗਦਾ ਕਿ ਹੁਣ ਜ਼ਿੰਦਗੀ 'ਚ ਕੋਈ ਪਿਆਰ ਨਹੀਂ ਹੈ ਮੈਂ ਮੈ ਇਹ ਗੱਲ ਸਮਝਦਾ ਕਿ ਚਲਾਕ ਬੰਦਾ ਨਹੀਂ ਸੁਸਾਈਡ ਕਰਦਾ ਬਿਲਕੁਲ ਭਾਈ ਬਿਲਕੁਲ ਹਾਂ ਜਿਹੜਾ ਬੰਦਾ ਚੁਸਤ ਚਲਾਕ ਆ ਉਹ ਸੁਸਾਈਡ ਨਹੀਂ ਕਰਦਾ ਹਾਂ ਜਿਹੜਾ ਬੰਦਾ ਭੋਲਾ ਹੈ ਨਾ ਜਿਹਨੂੰ ਨਹੀਂ ਦੁਨੀਆਦਾਰੀ ਦਾ ਪਤਾ ਜਿਹਦੇ ਹੱਥ ਖੜੇ ਹੋ ਜਾਂਦੇ ਨੇ ਕਿ ਯਾਰ ਨਹੀਂ ਬਿਲਕੁਲ ਭਾਈ ਉਹ ਚਲੋ ਇਸ ਚੀਜ਼ ਦਾ ਵੀ ਹੱਲ ਹੈਗਾ ਸੀ ਵੈਸੇ ਹੱਲ ਹੈਗਾ ਸੀਗਾ ਭਾਈ ਕਿ ਨਹੀਂ ਕਰਨੀ ਚਾਹੀਦੀ ਸੀ ਬਹੁਤੀ ਗੱਲ ਸੀ ਜੀ ਤਲਾਕ ਦਾ ਪ੍ਰੈਸ਼ਰ ਸੀ ਉਹ ਤਲਾਕ ਕਰਕੇ ਆਪ ਮੈਨੂੰ ਲੱਗਦਾ ਕਿ ਇੱਕ ਵਾਰੀ ਨਿਕਲ ਜੋ ਹੈ ਨਾ ਮਰਨਾ ਹੋਣੀ ਇੱਕ ਕਹਾਵਤ ਹੈ ਕਿ ਰੋਜ਼-ਰੋਜ਼ ਮਰਨ ਨਾਲੋਂ ਇੱਕ ਵਾਰੀ ਮਰਨਾ ਚੰਗਾ ਵਾਰੀ ਬਟ ਚ ਕਿ ਰੋਜ਼ ਦੀਆਂ ਲੜਾਈਆਂ ਝਗੜਿਆਂ ਨਾਲੋਂ ਇੱਕ ਵਾਰੀ ਗੱਲ ਨਿਬੇੜੀ ਚੰਗੀ ਹੈ ਚਾਹੇ ਉਹ ਨਾ ਦੀ ਚਾਹੇ ਉਹ ਹਾਂ ਦੀ ਚਾਹੇ ਨਾਲ ਰਹਿਣ ਦੀ ਚਾਹੇ ਨਾ ਰਹਿਣ ਦੀ ਬਿਲਕੁਲ ਬਾਈ ਇਦਾਂ ਦੇ ਕਈ ਹੱਲ ਸੀ ਪਰ ਹੰਕਈ ਅੱਜ ਸਾਡੀ ਗੱਲ ਨੂੰ ਕੋਈ ਸੁਣਦਾ ਹੋਵੇ ਇਹੋ ਜੇ ਕਿ ਸਾਲਾ ਬੰਦਾ ਜਿਹ ਇਹੋ ਜੀ ਸਿਚੁਏਸ਼ਨ ਚ ਫਸਿਆ ਕੁੜੀ ਮੁੰਡਾ ਕੋਈ ਵੀ ਹਰ ਚੀਜ਼ ਦਾ ਹੱਲ ਹੁੰਦਾ ਬਿਲਕੁਲ ਬਿਲਕੁਲ ਵੱਡੇ ਵੱਡੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਕ੍ਰਾਈਮ ਕਰੇ ਉਹ ਵੀ ਲੋਕੀ ਜੀਂਦੇ ਜਾਗਦੇ ਬੈਠੇ ਨੇ ਜੇਲ੍ਹਾਂ 'ਚ ਬਿਲਕੁਲ ਬਾਈ ਬਿਲਕੁਲ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਕਿ ਤੁਹਾਡੇ ਤੋਂ ਕੋਈ ਗੁਨਾਹ ਐਡਾ ਵੱਡਾ ਨਹੀਂ ਹੋਗਾ ਕਿ ਤੁਹਾਡੀ ਜ਼ਿੰਦਗੀ ਖਤਮ ਹੋ ਗਈ ਤੁਸੀਂ ਸੁਸਾਈਡ ਕਰ ਲਓ ਬਿਲਕੁਲ ਬਾਈ ਇਸ ਚੀਜ਼ ਨੂੰ ਜਰੂਰ ਸਮਝੋ ਕਿ ਹਰ ਚੀਜ਼ ਦਾ ਹੱਲ ਹੈਗਾ ਏ ਪੇਸ਼ੈਂਸ ਰੱਖੋ ਕੁਝ ਚੀਜ਼ਾਂ ਜੇ ਤੁਹਾਡੇ ਦੇਖੋ ਮਾਪਿਓ ਨੇ ਉਹ ਕੀ ਸਲਾਹ ਦੇ ਦੇਣਗੇ ਉਹ ਤਾਂ ਵਿਚਾਰੇ ਆਪ ਇੱਕ ਟੈਨਸ਼ਨ ਚ ਹੁੰਦੇ ਹੋਣਗੇ ਕਿ ਯਾਰ ਅਸੀਂ ਮੁੰਡਾ ਵਿਆਹਿਆ ਤੇ ਆ ਚੀਜ਼ ਨਿਕਲ ਗਈ ਹੈ ਨਾ ਅੱਗੇ ਉਹ ਮੁੰਡੇ ਨੂੰ ਵੀ ਹੋਰ ਬੰਦਿਆਂ ਦੀਆਂ ਕਈਆਂ ਦੀ ਸਲਾਹ ਲੈਣੀ ਚਾਹੀਦੀ ਸੀ ਜੋ ਇਦਾਂ ਉਹਨੂੰ ਤਾਂ ਅਮਕੀ ਵੀ ਹੋ ਸਕਦੀ ਕੋਈ ਉਸ ਕੋਲ ਤੇ ਕਿਸੇ ਵੀ ਤਰੀਕੇ ਨਾਲ ਆਪਾਂ ਤਾਂ ਚਲੋ ਇਸ ਟੀਜ ਨੂੰ ਨਹੀਂ ਕਲੀਅਰ ਕਰ ਸਕਦੇ ਜਿਹੜੇ ਕਾਨੂੰਨ ਦੇ ਹੱਥ ਨੇ ਉਹ ਬਹੁਤ ਲੰਬੇ ਨੇ ਉਹ ਆਪਣੇ ਆਪ ਉਹਨਾਂ ਤੱਕ ਪਹੁੰਚ ਜਾਂਦੇ ਨੇ ਗੁਨਾਹਾਂ ਤੱਕ ਗੁਨੇਗਾਰਾਂ ਤੱਕ ਉੱਥੇ ਨਾ ਬਾਈ ਇੱਕ ਗੱਲ ਹੋਰ ਦੇਖੋ ਜਦੋਂ ਸਾਰਾ ਕੁਝ ਹੋ ਗਿਆ ਬਾਈ ਜਿਹੜੀ ਕੁੜੀ ਵਾਲੀ ਫੈਮਿਲੀ ਦਾ ਬਾਈ ਜਦੋਂ ਅਸੀਂ ਗਏ ਹਨਾ ਅਸੀਂ ਭੋਗ ਤੇ ਵੀ ਗਿਆ ਬਾਈ ਆਂਦੀ ਫੈਮਿਲੀ ਦਾ ਬਾਈ ਕੋਈ ਵੀ ਮੈਂਬਰ ਨਹੀਂ ਆਇਆ ਉੱਥੇ ਬਾਈ ਨਾ ਹੀ ਸੰਸਕਾਰ ਤੇ ਤੇ ਨਾ ਹੀ ਬਾਈ ਉਹਦੇ ਭੋਗ ਤੇ ਹੁਣ ਇੱਥੋਂ ਬਾਈ ਕੀ ਇੱਥੋਂ ਕੀ ਨਿਕਲ ਕੇ ਆਉਂਦੇ ਬਾਈ ਨਾਲੇ ਉਹਨਾਂ ਦਾ ਤਲਾਕ ਨਹੀਂ ਸੀ ਹੋਇਆ ਹਾਂਜੀ ਹਾਂਜੀ ਉਹ ਇੱਕ ਉਹਨਾਂ ਦਾ ਜਵਾਈ ਮਰਿਆ ਹਾਂਜੀ ਹਾਂਜੀ ਹਾਂ ਵੀ ਥੋੜੀ ਯਾਰ ਜਮਾਈ ਹਮਦਰਦੀ ਨਹੀਂ ਸੀਗੀ ਉਸ ਬੰਦੇ ਨਾਲ ਤੇ ਉਹ ਬੰਦਾ ਬਾਈ ਉਹਨਾਂ ਦੀ ਫੈਮਿਲੀ ਦੇ ਮੈਂਬਰ ਉਹਦੇ ਜਿਹੜੇ ਕੁੜੀ ਕੁੜੀ ਦੇ ਹੋਰ ਰਿਲੇਟਿਵ ਨੇ ਉਹ ਮੰਨਦੇ ਨੇ ਕਹਿੰਦੇ ਵੀ ਜਿੰਮੀ ਦੀ ਜਿਹੜੀ ਬੋਲਚਾਲ ਸੀ ਨਾ ਐਦਾਂ ਦੀ ਸੀਗੀ ਵੀ ਆਹ ਉਹ ਹਰੇਕ ਨਾਲ ਵਰਤਦਾ ਸੀ ਚਾਹੇ ਅਸੀਂ ਉਹਦੇ ਨਾਲ ਮਤਲਬ ਸਾਡੀ ਕੁੜੀ ਐਦਾਂ ਕਰ ਰਹੀ ਸੀ ਪਰ ਸਾਡੇ ਨਾਲ ਬੋਲਚਾਲ ਸੀ ਨਾ ਉਹ ਤਾਂ ਈਵਨ ਈਵਨ ਲੋਕ ਕਿ ਉਹਦੀ ਵਾਈਫ ਇਹ ਗੱਲ ਮੰਨਦੀ ਆ ਚਲੋ ਹੁਣ ਤਾਂ ਸ਼ਾਇਦ ਉਹ ਨਾ ਇਹ ਗੱਲ ਹਨਾ ਮਤਲਬ ਅਕਸੈਪਟ ਕਰੇ ਉਹਦੀ ਵਾਈਫ ਵੀ ਮੰਨਦੀ ਸੀ ਵੀ ਇਹ ਬੰਦਾ ਜਿਹੜਾ ਨਾ ਵੀ ਇਹ ਮੇਰੇ ਨਾਲ ਐਦਾਂ ਹੀ ਰਹਿੰਦਾ ਹਨਾ ਵੀ ਜਿੰਨਾ ਮਰਜ਼ੀ ਮੈਂ ਲੜਪਾਂ ਪਰ ਇਹ ਬੰਦਾ ਮੇਤੋਂ ਉਹ ਨਹੀਂ ਕਰਦਾ ਹੈਗਾ ਵੀ ਹਨਾ ਵੀ ਕਿਨਾਰਾ ਨਹੀਂ ਕਰਦਾ ਯਾਰ ਵੀ ਹਨਾ ਉਜਲ ਤੋਂ ਮੈਨੂੰ ਸਾਈਡ ਹੈ ਯਾਰ ਮੈਂ ਸੱਚੀ ਐਮੋਸ਼ਨਲ ਹਾਂਜੀ ਬਾਕੀ ਐਮੋਸ਼ਨਲ ਬਿਲਕੁਲ ਬਈ ਇੱਕ ਬਹੁਤ ਭੋਲਾ ਜਿਹਾ ਬੰਦਾ ਸੀ ਹਾਂਜੀ 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 ਬਿਲਕੁਲ ਬਈ ਇਦਾਂ ਹੀ ਸੀਗਾ ਬਈ ਜਿਨੇ ਆਪਦੀ ਵਾਈਫ ਨੂੰ ਹੈਨਾ ਇੱਕ ਤੇ ਪਹਿਲੀ ਮੈਂ ਇਸ ਗੱਲ ਨੂੰ ਇਹ ਨਹੀਂ ਕਹਿੰਦਾ ਕਿ ਕੋਈ ਮਾੜਾ ਏ ਕੋਈ ਵੱਡਾ ਏ ਹੂੰ 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 ਇੱਕ ਬੰਦਾ ਬਾਹਰ ਵੀ ਵਿਆਹ ਕਰਾ ਸਕਦਾ ਸੀ ਜਿੱਥੇ ਉਹ ਹੈਗਾ ਸੀ ਆਸਟ੍ਰੇਲੀਆ ਹੈਨਾ ਉਹਨੇ ਆਪ ਦੇ ਘਰਦਿਆਂ ਦੀ ਗੱਲ ਮੰਨੀ ਉਹਨੇ ਇੱਕ ਰੇਂਜ ਮੈਰਿਜ ਕਰਵਾਈ ਅੱਜ ਦੇ ਸਾਮਣੇ ਚ ਔਰ ਉਹਨੇ ਇਹ ਨਹੀਂ ਦੇਖਿਆ ਕਿ ਕੁੜੀ ਕੀ ਹੋ ਜਈ ਹੈ ਕਿ ਹਾਂਜੀ ਹਾਂਜੀ ਅੱਜ ਕੱਲ ਬੰਦੇ ਬਹੁਤ ਇਨਕੁਆਰੀ ਕਰਦੇ ਨੇ ਪਿੱਛੇ ਤੱਕ ਬਿਲਕੁਲ ਬਈ ਮੈਨੂੰ ਲੱਗਾ ਤਾਂ ਕਰਨੀ ਵੀ ਚਾਹੀਦੀ ਹੈ ਕਰਨੀ ਵੀ ਚਾਹੀਦੀ ਹੈ ਹਾਲਾਤ ਬਈ ਇਦਾਂ ਦੇ ਇਹੋ ਜਿਹੇ ਹੋਣਗੇ ਨਹੀਂ ਤੇ ਉਹ ਫੇਰ ਵੀ ਆ ਗਿਆ ਉਹਨੇ ਫੜ ਵੀ ਲਿਆ ਹੈ ਨਾ ਹਾਂਜੀ ਤੇ ਕੁੜੀ ਨੇ ਉੱਥੋਂ ਇਹ ਵੀ ਕਿਹਾ ਜੋ ਪਿੱਛੇ ਰਹਿ ਗਿਆ ਰਹਿ ਗਿਆ ਅੱਜ ਤੋਂ ਮੈਂ ਹੁਣ ਤੇ ਮੈਂ ਤੇਰੀ ਹਾਂ ਹੁਣ ਆਪਾਂ ਅੱਗੇ ਚੱਲੀਏ ਫਿਰ ਉਸ ਤੋਂ ਬਾਅਦ ਜਦੋਂ ਇਹ ਗੱਲ ਕਹਿ ਰਹੀ ਹੈ ਫਿਰ ਉਹਨੂੰ ਹੱਕ ਵੀ ਜਿਹੜੇ ਹੈਗੇ ਹਨ ਉਹ ਸਮਝਣੇ ਚਾਹੀਦੇ ਸੀ ਕਿ ਜਿਹੜੇ ਮੇਰੇ ਮੇਰੇ ਮੇਰੀਆਂ ਜ਼ਿੰਮੇਵਾਰੀਆਂ ਨੇ ਜਾਂ ਮੇਰੇ ਘਰ ਵਾਲੇ ਦੇ ਮੇਰੇ ਤੇ ਹੱਕ ਨੇ ਜਾਂ ਇਸ ਰਿਸ਼ਤੇ 'ਚ ਜੋ ਚੀਜ਼ਾਂ ਨੇ ਹਨਾ ਉਹ ਸਾਰੀਆਂ ਸਮਝਣੀਆਂ ਚਾਹੀਦੀਆਂ ਸੀ ਉਤੋਂ ਬਾਅਦ ਉਹ ਕੁੜੀ ਨੂੰ ਮੁੰਡਾ ਪਹਿਲਾਂ ਬਾਹਰ ਭੇਜ ਰਿਹਾ ਬਿਲਕੁਲ ਤੇ ਉੱਥੇ ਜਾ ਕੇ ਤੁਸੀਂ ਦੱਸ ਰਹੇ ਹੋ ਕਿ ਬੜੀ ਔਖੀ ਫਾਈਲ ਲੱਗਦੀ ਹੈ ਫਾਈਲ ਲੱਗਣ ਤੋਂ ਬਾਅਦ ਉਹ ਮੁੰਡਾ ਉੱਥੇ ਕੈਨੇਡਾ ਜਾਂਦਾ ਤੇ ਦੂਜੇ ਦਿਨ ਹੀ ਉਹ ਪੁਲਿਸ ਨੂੰ ਕਾਲ ਕਰ ਦਿੰਦੀ ਹੈ ਹੂੰ ਕਿ ਮੇਰੇ ਨਾਲ ਇਦਾਂ ਇਦਾਂ ਕਰਕੇ ਗਲਤ ਕਰ ਰਿਹਾ ਹਾਂਜੀ ਹਾਂਜੀ ਬਾਈ ਤੇ ਮੇਰੀ ਉਹ ਚੀਜ਼ ਦੇ ਨਾਲ ਫਿਰ ਉਹ ਮੁੰਡਾ ਹੈ ਨਾ ਉੱਥੋਂ ਵੀ ਉਹਨੂੰ ਅਲੱਗ ਛੱਡ ਦਿੰਦਾ ਤੇ ਆਪ ਕਿਤੇ ਹੋਰ ਜਗ੍ਹਾ ਰਹਿਣ ਲੱਗ ਜਾਂਦਾ ਫਿਰ ਉਹ ਪ੍ਰੈਸ਼ਰ ਕਰਦੀ ਹੈ ਉਹਦੇ ਤੇ ਉਹਦੇ ਵਿੱਚ ਬੰਦਾ ਇੱਕ ਵਾਰ ਵੀ ਨਹੀਂ ਮਿਲਿਆ ਉਹਨੂੰ ਕੁੜੀ ਨੂੰ ਉਸ ਤੋਂ ਬਾਅਦ ਨੀ ਉਸ ਤੋਂ ਬਾਅਦ ਹਾਂ ਬਿਲਕੁਲ 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 ਉਹ ਸੈਪਰੇਟ ਰਿਹਾ ਬਈ ਉਤੋਂ ਉਹ ਅਲੱਗ ਰਿਹਾ ਤੇ ਇਹ ਕਹਿ ਰਹੀ ਸੀ ਕਿ ਤੂੰ ਤਲਾਕ ਦੇ ਨਾ ਹੀ ਕੋਈ ਦੇ ਵੱਲੋਂ ਐਫਰਟ ਕੀਤੇ ਗਏ ਵੀ ਹਾਂ ਆ ਜਾ ਵਾਪਸ ਆ ਜਾ ਵਾਪਸ ਬਿਲਕੁਕਲ ਵੀ ਨਹੀਂ ਬਈ ਤੇ ਜਦੋਂ ਉਹ ਮੁੰਡਾ ਫਿਰ ਇੰਡੀਆ ਆ ਗਿਆ ਇੰਡੀਆ ਆ ਗਿਆ ਬਈ ਇੰਡੀਆ ਆ ਗਿਆ ਉਹਨੇ ਵਾਪਸ ਜਾਣਾ ਸੀ ਜਾਣਾ ਸੀਗਾ ਹਾਂਜੀ ਹਾਂਜੀ ਆਪਣੇ ਭਰਾ ਦੇ ਨਾਲ ਹਾਂਜੀ 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 ਤੇ ਜਦੋਂ ਉਹ ਇੰਡੀਆ ਆਇਆ ਤੇ ਉਹਦੇ ਉੱਤੇ ਹੋਰ ਪ੍ਰੈਸ਼ਰ ਪਾਇਆ ਗਿਆ ਹਾਂਜੀ 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 ਕਿਤਨਾ ਕਿਤਨਾ ਉਹਨਾਂ ਨੂੰ ਡਾਊਟ ਸੀਗਾ ਵੀ ਜਦੋਂ ਇਹ ਇੱਥੋਂ ਵੀ ਨਿਕਲਿਆ ਆਇਆ ਹਨਾ ਵੀ ਇੱਥੋਂ ਚਲੋ ਇਧਰ ਆ ਗਿਆ ਆਪਣੀ ਫੈਮਿ ਉਹ ਮੈਂ ਜਿਵੇਂ ਦੀ ਫੈਮਿਲੀ ਇਹਨੂੰ ਸਪੋਰਟ ਕਰਦਾ ਓਬਵੀਅਸ ਗੱਲ ਹੈ ਇਹਣਾ ਵੀ ਕਿਤਨਾ ਕਿਤੇ ਜੇ ਡਿਵੋਰਸ ਮਿਲ ਜੇ ਵੀ ਮੈਂ ਤਾਂ ਬਾਹਰ ਆ ਗਿਆ ਉਹਦੇ ਬਾਈ ਤਾਂ ਬਹੁਤ ਇੱਕ ਨਾ ਬਈ ਉਹਦੀਆਂ ਮਤਲਬ ਚੈਟਸ ਨੇ ਕਿਆਂ ਕੁੜੀ ਦੀਆਂ ਇਹੇ ਮੁੰਡੇ ਨਾਲਾਂ ਨੇ ਕਿਆਂ ਚੈਟ ਚਲੋ ਪਾਉ ਨਾਮ ਨਹੀਂ ਲਵਾਗੇ ਹਜੇ ਅੱਗੇ ਜਾ ਕੇ ਸ਼ਾਇਦ ਕਰੀਏ ਰਿਵੀਲ ਉਹ ਬੰਦਾ ਉਹਨੂੰ ਕਹਿ ਰਿਹਾ ਵੀ ਉਹ ਕੋਈ ਗੱਲ ਕਰ ਰਹੀ ਹੈ ਤੇ ਉਹ ਬੰਦਾ ਉਹਨੂੰ ਕਹਿ ਰਿਹਾ ਵੀ ਯਾਰ ਇੰਨਾ ਨਾ ਡੀਪ ਜਾ ਵੀ ਤੈਨ ਸਿਰਫ ਬਾਹਰ ਜਾਣਾ ਤੇਰਾ ਮੋਟਿਵ ਸਿਰਫ ਬਾਹਰ ਦਾ ਸੀ ਉਹ ਹੱਲ ਹੋ ਗਿਆ ਹੂੰ ਤੇਰਾ ਮੋਟਿਵ ਸਿਰਫ ਬਾਹਰ ਜਾਣ ਦਾ ਸੀ ਕੈਨੇਡਾ ਪਹੁੰਚਣ ਦਾ ਸੀ ਪੈਸੇ ਬੰਦਿਆਂ ਨੂੰ ਲਾਤਦੇ ਨੇ ਵੀ ਇੰਨੀ ਟੈਨਸ਼ਨ ਨਾ ਲੈ ਵੀ ਕੋਈ ਚੱਕਰ ਨਹੀਂ ਹੈ। ਕੀ ਆ ਯਾਰ ਬਿਜ਼ਨਸ ਹੀ ਕਰ ਹਾਂ। ਹਾਂਜੀ ਹਾਂਜੀ ਬਾਈ ਤੁਸੀਂ ਹਿਸਾਬ ਲਾ ਕੇ ਦੇਖੋ ਇਸ ਗੱਲ ਦਾ ਬਾਈ ਕਿੱਧਰ ਨੂੰ ਜਾਊਗੀ ਇਹ ਗੱਲ। ਇਹ ਚੀਜ਼ ਸੀਗੀ ਬਾਈ। ਮਤਲਬ ਦੂਜਾ ਪੱਖ ਕਈ ਬੰਦੇ ਨਾ ਕਹਿੰਦੇ ਬਾਈ ਦੂਜਾ ਪੱਖ ਕਿਵੇਂ ਹੈ ਕੀ ਸੀਗਾ ਦੂਜਾ ਪੱਖ ਤਾਂ ਬਾਈ ਇਹ ਸੀ ਚੌਥੇ ਦਿਨ ਸਟਾਰਟ ਹੋ ਗਿਆ ਸੀ ਉਹਦਾ ਕੁੜੀ ਦਾ ਪਹਿਲਾ ਆਫੇਅਰ ਸੀਗਾ ਜਿਹੜਾ ਉਹ ਚੌਥੇ ਦਿਨ ਮਤਲਬ ਦੁਬਾਰਾ ਕੰਟੀਨਿਊ ਕਰਦੇ ਸੀ ਨਾ ਇਹ ਬਾਈ ਦੂਜਾ ਪੱਖ ਸੀਗਾ। ਠੀਕ ਹੈ ਜਿਹੜਾ ਕਿ ਉਹਨੇ ਕੰਟੀਨਿਊ ਰੱਖਿਆ ਤੇ ਸਟਿਲ ਕੰਟੀਨਿਊ ਹੈ ਬਾਈ। ਇਹ ਚੀਜ਼ ਹੈ ਸੀਗੀ ਬ ਇਹਨਾਂ ਲੋਕਾਂ ਨੂੰ ਬਈ ਇੱਥੇ ਵੀ ਸਕੂਨ ਨਹੀਂ ਮਿਲਣਾ ਤੇ ਅੱਗੇ ਵੀ ਬੜਾ ਬਿਲਕੁਲ ਬਈ ਬਿਲਕੁਲ ਤੁਹਾਨੂੰ ਕਿੰਨਾ ਦੁੱਖ ਲੱਗਦਾ ਹਾਂਜੀ ਹਾਂਜੀ ਬਈ ਬਿਲਕੁਲ ਮੈਂ ਪਹਿਲੀ ਵਾਰ ਤੁਹਾਡੇ ਮੂੰਹ ਤੋਂ ਇਹ ਗੱਲ ਸੁਣੀ ਹੈ ਇਹਦੇ ਤੋਂ ਪਹਿਲਾਂ ਵੀ ਸਾਡੀ ਗੱਲ ਨਹੀਂ ਹੋਈ ਹਾਂਜੀ ਬਈ ਬਿਲਕੁਲ ਆਪਾਂ ਦੇ ਚਲੋ ਰੀਸ ਦੇ ਦਟਚ ਚਾਹੀਏ ਹਾਂਜੀ ਹਾਂਜੀ ਬਈ ਇੱਥੇ ਬੈਠ ਕੇ ਤੁਸੀਂ ਗੱਲ ਮੈਨੂੰ ਦੱਸੀ ਤੇ ਮੇਰਾ ਸਾਰਾ ਧਿਆਨ ਉਸ ਇਨਸਾਨ ਨਾਲ ਚਲ ਗਿਆ ਜਿਹਦੀ ਜਾਨ ਚਲੀ ਗਈ ਬਿਲਕੁਲ ਬਈ ਠੀਕ ਐਨੇ ਸਾਊ ਬੰਦੇ ਹੂੰ ਬਿਲਕੁਲ ਬਈ ਲੋਕੀ ਅੱਜ ਦੇ ਸਮੇਂ ਤੇ ਨਾ ਚੰਗੇ ਭਲੇ ਜਿਹੜੇ ਤੁਹਾਨੂੰ ਸਿੱਖੋ ਹਾਂਜੀ ਬਿਲਕੁਲ ਜਿਹੜੇ ਮੁੰਡੇ ਆਪਦੇ ਮਤਲਬ ਕਈ ਇਹੋ ਜਿਹੇ ਰਿਸ਼ਤੇ ਨੇ ਲੋਕੀ ਆਪ ਦੀਆਂ ਨਾਲ ਦੀਆਂ ਚ ਜਾਂ ਕੁੜੀਆਂ ਆਪਣੇ ਘਰ ਵਾਲਿਆਂ ਚ ਕਮੀਆਂ ਕੱਢੀ ਜਾਂਦੀਆਂ ਨੇ ਇੰਨਾ ਕੁਛ ਮਾੜਾ ਹੈ ਨਾ ਦੁਨੀਆ 'ਚ ਸ਼ਾਇਦ ਤੁਸੀਂ ਮਾੜੇ ਲੋਕ ਦੇਖੇ ਨਹੀਂ ਆ ਤੁਸੀਂ ਆਪਦੇ ਪਾਰਟਨਰ ਦੀਆਂ ਛੋਟੀਆਂ ਗਲਤੀਆਂ ਨੂੰ ਵੀ ਵੱਡੀਆਂ ਕਰ ਰਹੇ ਹੋ ਚਾਹੇ ਮੁੰਡਾ ਚਾਹੇ ਕੁੜੀ ਜ਼ਿੰਦਗੀ 'ਚ ਦੇਖੋ ਕਿੰਨਾ ਕੁਛ ਮਾੜਾ ਹੋ ਰਿਹਾ ਲੋਕਾਂ ਨਾਲ ਕੁਸੀਂ ਉਹਨਾਂ ਤੋਂ ਕਿੰਨੇ ਚੰਗੇ ਹੋ ਬਿਲਕੁਲ ਬਾਈ ਲੋਕੀ ਡ੍ਰੀਮੀ ਜ਼ਿੰਦਗੀ ਕਈ ਲੋਕ ਡ੍ਰੀਮੀ ਜ਼ਿੰਦਗੀ ਪੜ੍ਹਦੇ ਨੇ ਹੂੰ ਕਈ ਈ ਦਾ ਮੈਨੂੰ ਲੱਗਦਾ ਕਿ ਵਿਆਹ ਤੋਂ ਬਾਅਦ ਨਾ ਜਿੱਦਣ ਤੁਹਾਡਾ ਵਿਆਹ ਹੋਇਆ ਉਸ ਦਿਨ ਪਿਆਰ ਨਿਕਲ ਗਿਆ ਸਿਰਫ ਅੰਡਰਸਟੈਂਡਿੰਗ ਹੀ ਹੁੰਦਾ ਰਿਸ਼ਤਾ ਚਲਾ ਸਕਦੀ ਚਲਾ ਸਕਦੀ ਹਾਂਜੀ ਹਾਂਜੀ ਇੱਥੇ ਅੱਜ ਬਈ ਤੁਸੀਂ ਆਏ ਹੋ ਇਹ ਗੱਲਾਂ ਵੀ ਮੈਂ ਤੁਹਾਡੇ ਨਾਲ ਹੀ ਖੋਲ ਸਕਦਾ ਇਹ ਸ਼ਾਇਦ ਹੋਰ ਕੋਈ ਬੰਦਾ ਹੁੰਦਾ ਇਹਦਾ ਮੈਂ ਡੀਪ ਨਾ ਜਾਂਦਾ ਤੁਸੀਂ ਜਿਹੜੇ ਹੁਣ ਇਹ ਕੇਸ ਦੱਸੇ ਨੇ ਕਿੰਨੀ ਤੁਸੀਂ ਨੇੜੇ ਤੋਂ ਇਹ ਚੀਜ਼ਾਂ ਨੂੰ ਦੇਖਿਆ ਹੋਇਆ ਬਿਲਕੁਲ ਬਿਲਕੁਲ ਇਹ ਤਾਂ ਚਲੋ ਬਈ ਆਪਾਂ ਇੱਕ ਮੁੰਡੇ ਦੀ ਗੱਲ ਕਰੀਏ ਹੈ ਨਾ ਵੀ ਮੁੰਡਾ ਇਨੋਸੈਂਟ ਸੀ ਕਈ ਕੇਸ ਐਜੋ ਜੇ ਨੇ ਜਿੱਥੇ ਕੁੜੀਆਂ ਨਾਲ ਬਹੁਤ ਮਾੜਾ ਹੁੰਦਾ ਬਿਲਕੁਲ ਬਈ ਬਿਲਕੁਲ ਹੁੰਦਾ ਬਿਲਕੁਲ ਹੁੰਦਾ ਬਈ ਮੈਂ ਤੁਹਾਨੂੰ ਚਲੋ ਜਿਹੜੀ ਤੁਸੀਂ ਗੱਲ ਦੱਸਣੀ ਹੈ ਉਹ ਤੁਸੀਂ ਦੱਸਣੀ ਹੈ ਮੈਂ ਤੁਹਾਨੂੰ ਇੱਥੋਂ ਦੀਆਂ ਕੁਝ ਐਜੋ ਜੀਆਂ ਚੀਜ਼ਾਂ ਦੱਸਦਾ ਕਿ ਕੁਝ ਕੁੜੀਆਂ ਨਾਲ ਇੰਨਾ ਮਾੜਾ ਹੋਇਆ ਨਾ ਬੇਸ਼ੱਕ ਦੀ ਉਹਨਾਂ ਦੀਆਂ ਗਲਤੀਆਂ ਕਰਕੇ ਹੋਇਆ ਉਹਨਾਂ ਦੇ ਅਲੜ ਪੋਣੇ ਕਰਕੇ ਹੋਇਆ ਜਲਦਬਾਜੀ ਚ ਲਏ ਹੋਏ ਫੈਸਲਿਆਂ ਕਰਕੇ ਕਿਸੇ ਤੇ ਕੀਤੇ ਇੰਨੇ ਯਕੀਨ ਕਰਕੇ ਪਰ ਉਹ ਦੱਸ ਨਹੀਂ ਸਕਦੀਆਂ ਬਿਲਕੁਲ ਭਾਈ ਮਤਲਬ ਐਦਾਂ ਦੇ ਮੈਨੂੰ ਕਈ ਯਾਰ ਨਾ ਮੇਲ ਆਂਦੀ ਮੈਸੇਜ ਆਂਦੇ ਲੋਕਾਂ ਦੇ ਉਹ ਸ਼ਾਇਦ ਮੈਨੂੰ ਐ ਆਪਣਾ ਸਮਝਦੇ ਨੇ ਆਪਣੇ ਦਿਲ ਦੀ ਗੱਲ ਕਰਦੇ ਨੇ ਤੇ ਮੈਂ ਪੜਦਾ ਤੇ ਮੈਂ ਦੇਖਦਾ ਯਾਰ ਕਿੰਨਾ ਜ਼ਿਆਦਾ ਹੈ ਨਾ ਕਿ ਐਦਾਂ ਕੋਈ ਬੰਦਾ ਕਿਸੇ ਨੂੰ ਪਿਆਰ ਕਰਦਾ ਉਹਦੇ ਲਈ ਆਪਦੇ ਮਾਪਿਓ ਵੀ ਪਿੱਛੇ ਪਾ ਦਿੰਦਾ ਏ ਛੱਡ ਦਿੰਦਾ ਏ ਜਾਂ ਕਹਿ ਲਓ ਉਹਨਾਂ ਤੋਂ ਬਾਹਰ ਆ ਹੋ ਕੇ ਜਾਂਦਾ ਏ ਤੇ ਉਹ ਜਿਹੜਾ ਮੁੰਡਾ ਏ ਉਹਨੂੰ ਐ ਲੱਗ ਰਿਹਾ ਵੀ ਇਹ ਆਪਣੇ ਮਾਪਿਓ ਦੀ ਨਹੀਂ ਬਣੀ ਏ ਮੇਰੀ ਕਿੱਥੇ ਬਣੀ ਮੇਰੀ ਕਿੱਥੇ ਬਣੀ ਬਿਲਕੁਲ ਬਾਈ ਇਹ ਗੱਲ ਕਿੱਡੀ ਗਲਤ ਹੈ ਤੁਹਾਡੇ ਦਿਮਾਗ 'ਚ ਜੇ ਕੋਈ ਆਪਦੇ ਮਾਪ ਆਪਣੇ ਮਾਪਿਓ ਤੋਂ ਬਾਹਰ ਹੀ ਹੋ ਕੇ ਥੋੜੀ ਇੱਜ਼ਤ ਕਰ ਰਹੀ ਆ ਤੁਹਾਨੂੰ ਪਿਆਰ ਕਰ ਰਹੀ ਆ ਥੋੜੀ ਗੱਲ ਮੰਨ ਰਹੀ ਆ ਉਹਨੂੰ ਪਹਿਲਾਂ ਤਾਂ ਇਹ ਦੱਸੋ ਕਿ ਤੇਰੇ ਮਾਪਿਓ ਤੇਰੇ ਲਈ ਸਭ ਤੋਂ ਜ਼ਰੂਰੀ ਨੇ ਪਹਿਲਾ ਨੇ ਮੈਂ ਤੈਨੂੰ ਅੱਜ ਮਿਲਿਆ ਉਹਨਾਂ ਨੇ ਤੈਨੂੰ ਪਾਲਿਆ ਬਿਲਕੁਲ ਇੱਕ ਮਾਂ ਨੇ ਤੈਨੂੰ ਜਨਮ ਦਿੱਤਾ ਮਾਂ ਦੇ ਸਰੀਰ ਦਾ ਅੰਗ ਹੁੰਦਾ ਹੈ ਬੱਚਾ ਬਿਲਕੁਲ ਜਦੋਂ ਬਾਹਰ ਬੱਚਾ ਆਉਂਦਾ ਉਹਨੂੰ ਕੱਟਦੇ ਨਹੀਂ ਮਾਂ ਨਾਲ ਉਹਦਾ ਹੀ ਅੰਗ ਹੁੰਦਾ ਉਹਨੂੰ ਕਿੰਨਾ ਪਿਆਰਾ ਹੁੰਦਾ ਹੋਊਗਾ ਉਹ ਕਦੇ ਆਪ ਦੇ ਬੱਚੇ ਲਈ ਕੋਈ ਗਲਤ ਫੈਸਲਾ ਨਹੀਂ ਇਹ ਨਹੀਂ ਸੋਚ ਸਕਦੇ ਬੰਦੇ ਨੂੰ ਇਹ ਦੱਸਣਾ ਚਾਹੀਦਾ ਕਿ ਪਹਿਲਾਂ ਤੇਰੇ ਮਾਪਿਓ ਨੇ ਹਾਂ ਮੈਂ ਤੇਰੇ ਕਾਬਲ ਹੈ ਜਾਂ ਨਹੀਂ ਜੋ ਵੀ ਚੀਜ਼ ਨਾ ਕਲੀਅਰਟੀ ਬਹੁਤ ਜ਼ਰੂਰੀ ਹੈ ਹਾਂਜੀ ਤੁਸੀਂ ਕਿਸੇ ਨੂੰ ਸੁਪਨੇ ਦਿਖਾ ਦਿਓ ਹੈਨਾ ਜਾਂ ਕਿਸੇ ਲਾਲਚ ਲਈ ਤੁਸੀਂ ਉਹਨੂੰ ਵਰਤ ਲੋ ਉਹ ਬਾਅਦ ਚ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਨਾ ਬਾਈ ਇੱਕ ਬੰਦੇ ਦੇ ਦਿਮਾਗ 'ਚ ਟਰੋਮੇ ਬਣ ਜਾਂਦੇ ਨੇ ਬਿਲਕੁਲ ਅੱਜ ਦੇ ਸਮੇਂ 'ਚ ਆਪਾਂ ਮੈਂ ਤਾਂ ਇਦਾਂ ਦੇਖਦਾ ਕਿ ਕਈ ਲੋਕ ਇਹੀ ਸੋਚ ਕੇ ਆਪਣੇ ਅਸਲੀ ਉਹ ਨਹੀਂ ਲੱਭ ਰਹੇ ਕਿ ਕਈ ਲੋਕਾਂ ਨੂੰ ਲੱਗਦਾ ਕਿ ਨਾ ਯਾਰ ਪਿਆਰ ਚ ਨਹੀਂ ਪਹਿਣਾ ਬਸ ਟਾਈਮ ਪਾਸ ਕਰਨਾ ਉਹਨਾਂ ਨੂੰ ਤੇ ਪੁੱਛੋ ਕਿਉਂ ਨਹੀਂ ਪਹਿਣਾ ਉਹ ਇਹਦੇ ਚ ਧੋਖਾ ਹੈ ਯਾਰ ਇਹ ਜਿਹੜਾ ਤੂੰ ਟਾਈਮ ਪਾਸ ਚ ਪਹਿਣਾ ਜੇ ਉਹਦੇ ਉਹਦੇ ਚ ਕਿਸੇ ਨੂੰ ਧੋਖਾ ਦੇ ਹੋ ਗਿਆ ਬਿਲਕੁਲ ਉਹਦੇ ਚ ਕੋਈ ਪਿਆਰ ਚ ਹੋਇਆ ਤੂੰ ਟਾਈਮ ਪਾਸ ਤੇ ਹੋਇਆ ਫਿਰ ਮਤਲਬ ਇਹ ਲੋਕਾਂ ਦੀ ਮੈਂਟੈਲਿਟੀ ਹੈ ਹੂੰ ਐਦਾਂ ਸੋਚਦੇ ਨੇ ਹੈਨਾ ਬਿਲਕੁਲ ਬਾਈ ਹੈਗੀ ਗੱਲ ਬਾਈ ਟਾਈਮ ਪਾਸ ਨਾਮ ਦਾ ਅਖਰ ਨਹੀਂ ਹੋਣਾ ਚਾਹੀਦਾ ਮੇਨੂੰ ਬਿਲਕੁਲ ਬਾਈ ਮੁੰਡਾ ਐ ਚਾਹੀਦਾ ਉਹਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਜਦੋਂ ਆਪਾਂ ਕੁੜੀ ਨੂੰ ਕਹਿ ਦਿੰਦੇ ਆ ਨਾ ਕੈਰੇਕਟਰਲੈਸ ਹੈ ਜੇ ਇਹ ਇਹਦੇ ਦੋ ਮੁੰਡਿਆਂ ਨਾਲ ਗੱਲ ਹੈ ਆਪਾਂ ਵੀ ਕੈਰੇਕਟਰਲੈਸ ਆਂ ਜੇ ਸਾਡੀ ਵੀ ਬਿਲਕੁਲ ਬਿਲਕੁਲ ਇੱਕ ਤੋਂ ਵੱਧ ਐਂਦਾਂ ਗੱਲ ਇਹ ਚੀਜ਼ਾਂ ਨੂੰ ਐਦਾਂ ਸਮਝ ਕੇ ਚੱਲਣਾ ਚਾਹੀਦਾ ਜੋ ਤੁਸੀਂ ਕਿਸੇ ਤੇ ਲਾ ਰਹੇ ਹੋ ਉਹ ਤੁਹਾਨੂੰ ਆਪਣੇ ਤੇ ਵੀ ਲਾਣਾ ਪਵੇ ਬਲਵਣ ਦੇਵ ਲਾ ਕੇ ਦੇਖਣਾ ਪਵੇ ਬਈ ਬਿਲਕੁਲ ਬਿਲਕੁਲ ਬਈ ਇਹ ਐਓ ਜੀਆਂ ਚੀਜ਼ਾਂ ਨੇ ਕਿਤੇ ਆਪਾਂ ਗਲਤ ਹੋ ਸਕਦੇ ਆ ਪਰ ਇੰਨਾ ਕਿ ਜਰੂਰ ਪਤਾ ਸਾਨੂੰ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਇਹਦੇ 'ਚ ਐਦਾਂ ਹੋ ਸਕਦਾ ਹੈ ਕਿ ਬਹੁਤ ਗੱਲਾਂ ਤੋਂ ਅਸੀਂ ਅਣਜਾਣ ਹੋਈਆਂ ਪਰ ਇਹ ਗੱਲਾਂ ਜ਼ਰੂਰ ਹੈ ਕਿ ਇੱਕ ਜਿਹੜੀ ਮਾਂ ਹੈ ਹੁਣ ਜਿਨੇ ਆਪਣਾ ਮੁੰਡਾ ਗਵਾਇਆ ਹੈ ਨਾ ਕਿਸੇ ਦੀ ਆਸ਼ਕੀ ਨੇ ਕਿਸੇ ਦਾ ਘਰ ਪਟ ਤਾ ਘਰ ਪਟ ਤਾ ਬਿਲਕੁਲ ਬਾਈ ਉਹ ਚੀਜ਼ ਹਾਂਜੀ ਉਹ ਚੀਜ਼ ਤੁਸੀਂ ਸੌਟ ਕਰ ਸਕਦੇ ਜੀ ਪਹਿਲੀ ਨਾਂ ਆਂਦੇ ਕਿਸੇ ਦੀ ਜ਼ਿੰਦਗੀ 'ਚ ਬਿਲਕੁਲ ਕਲੀਅਰ ਕਰ ਦੋ ਕਿਸੇ ਨੂੰ ਜੇ ਤੁਸੀਂ ਹੈਨਾ ਨਹੀਂ ਉਹਦੇ ਕਾਬਲ ਯਾਰ ਥੋੜੇ ਕਾਬਲ ਨਹੀਂ ਬਿਲਕੁਲ ਭਾਈ ਤੁਸੀਂ ਪਹਿਲੀ ਉਹ ਚੀਜ਼ ਛੱਡ ਦਿਓ ਬਿਲਕੁਲ ਲੰਘ ਜੋ ਉਥੋਂ ਪਰ ਜੀ ਤੁਸੀਂ ਕਰਕੇ ਇਹ ਕੋਈ ਖੇਡ ਨਹੀਂ ਹੈ ਯਾਰ ਬਹੁਤ ਮਾੜੀ ਗੱਲ ਹੋਈ ਬਈ ਇਹ ਜਿਹੜੀ ਹੋਈ ਹੈ ਕਿਸੇ ਦੀ ਜਾਨ ਚਲੀ ਗਈ ਐਦਾਂ ਇਹ ਬਹੁਤ ਵੱਡੀ ਗੱਲ ਦਾ ਭਾਈ ਬਹੁਤ ਵੱਡੀ ਗੱਲ ਦਾ ਇਹ ਕਿੰਨੀ ਕਿੰਨੀ ਕੀ ਜ਼ਿੰਦਗੀ ਹੈ ਕਿਉਂ ਜੀ ਕੀ ਚੱਲ ਰਿਹਾ ਹਾਂਜੀ ਇਹ ਸਾਰੇ ਨਜ਼ਾਰੇ ਲੋ ਬਿਲਕੁਲ ਭਾਈ ਮਤਲਬ ਤੁਸੀਂ ਆਪ ਦੀ ਜ਼ਿੰਦਗੀ ਚਾਏ ਹੋ ਹਾਂ ਤੁਸੀਂ ਖੇਡੋ ਤੁਸੀਂ ਜੋ ਤੁਹਾਡਾ ਦਿਲ ਹੈ ਕਰੋ ਪਰ ਯਾਰ ਇਹ ਜ਼ਰੂਰ ਦੇਖ ਕੇ ਕਰੋ ਕਿ ਮੇਰੇ ਲਈ ਮਾੜਾ ਹੈ ਜਾਂ ਚੰਗਾ ਹੈ ਮੇਰੇ ਫਨ ਦੇ ਨਾਲ ਮੇਰੇ ਮ제 ਦੇ ਨਾਲ ਕਿਸੇ ਨੂੰ ਦੁੱਖ ਤਕਲੀਫ ਨਹੀਂ ਹੁਣ ਉਹ ਆਪਾਂ ਗੱਲ ਕਰਕੇ ਆਟਿਆਂ ਵੀ ਕਿਸੇ ਦੀ ਆਸ਼ਕੀ ਕਿਸੇ ਦੀ ਜਾਨ ਉਹਨਾਂ ਦੇ ਤਾਂ ਉਹ ਪਲਾਨ ਸੀਗੇ ਹਾਂਜੀ ਤੂੰ ਐਦਾਂ ਕਰਕੇ ਬਾਹਰ ਚਲ ਜੀ ਤੂੰ ਨੂੰ ਤਲਾਕ ਦੇ ਦੇ ਦੀ ਫਿਰ ਤੂੰ ਮੈਨਾਂ ਵਿਆਹ ਕਰਾ ਲਈ ਫਿਰ ਮੈਂ ਆ ਜਾਣਾ ਉਹ ਤੁਸੀਂ ਕਿਸੇ ਦੇ ਮੋਢੇ ਰੱਖ ਕੇ ਜਿਹਦੇ ਚਲਾ ਰਹੇ ਸੀ ਉਹ ਵੀ ਬੰਦਾ ਹੀ ਸੀ ਬੰਦਾ ਹੀ ਸੀ ਉਹ ਮੋਢਾ ਵੀ ਗਿਆ ਉਹ ਬੰਦਾ ਵੀ ਗਿਆ ਉਹ ਪੁੱਤ ਵੀ ਗਿਆ ਕਿਸੇ ਦਾ ਬਿਲਕੁਲ ਬਾਈ ਬਹੁਤ ਮਾੜੀ ਗੱਲ ਹੋਈ ਏ ਤਾਂ ਬਿਲਕੁਲ ਬਾਈ ਬਿਲਕੁਲ ਤੇ ਮਨਦੀਪ ਬਾਈ ਤੁਹਾਡੇ ਕੋਲੇ ਇਹ ਵੀ ਕੋਈ ਨਾ ਕੋਈ ਇਹੋ ਜਿਹਾ ਤੁਹਾਡੇ ਨਿਗਾਹ 'ਚ ਕੋਈ ਕੇਸ ਆਇਆ ਹੋਊਗਾ ਜਿਹਦੇ ਵਿੱਚ ਕੁੜੀ ਨਾਲ ਕੁਝ ਮਾੜਾ ਹੋਇਆ ਹੋਊਗਾ ਕਦੇ ਬਹੁਤ ਕੇਸ ਨੇ ਬਹੁਤ ਸਾਰੀਆਂ ਨੇ ਮੈਂ ਬਾਈ ਤੁਹਾਨੂੰ ਮੈਂ ਦੱਸਦਾ ਇੱਕ ਚਲੋ ਆਪਾਂ ਨਾਮ ਨਹੀਂ ਲੈਂਦੇ ਉਹ ਕੇਸ ਦਾ 20 ਸਾਲ ਦੀ ਕੁੜੀ ਹੈ ਬਾਈ ਖੰਨੇ ਕੋਲੇ ਉਹਦਾ ਪਿੰਡ ਨਾਮ ਚਲੋ ਆਪਾਂ ਨਹੀਂ ਲੈਂਦੇ ਜੀ ਹਨਾ 20 ਸਾਲ ਦੀ ਉਹਦੀ ਏਜ ਐ ਮੁੰਡੇ ਦੀ ਏ ਸੀ 26 26 ਸਾਲ ਦਾ ਮੁੰਡਾ ਸੀਗਾ ਤੇ ਮੁੰਡਾ ਕੈਨੇਡਾ ਹੁਣ ਡੇਢ ਕਿ ਮਹੀਨਾ ਕੁੜੀ ਉਹਦੇ ਘਰੇ ਰਹਿੰਦੀ ਆ ਬਾਈ ਪੈਸੇ ਵੀ ਪੇ ਕਰਦੀ ਆ ਕੁੜੀ ਵਾਲੀ ਫੈਮਲੀ ਵੀ ਮੁੰਡਾ ਯਾਰ ਮੁੰਡਾ ਪੀ ਆਰ ਸੀ ਆ ਬਾਈ ਕੈਨੇਡਾ ਦਾ ਤੇ ਕੁੜੀ ਵਾਲੀ ਫੈਮਲੀ ਪੈਸੇ ਵੀ ਪੇ ਕਰਦੀ ਆ ਡੇਢ ਮਹੀਨੇ ਬਾਅਦ ਜਦੋਂ ਜਾ ਕੇ ਬਾਈ ਸਾਰਾ ਕੁਝ ਹਨਾ ਉਹਨਾਂ ਰਹਿੰਦੀ ਆ ਵਿਆਹ ਹੋ ਜਾਂਦਾ ਇੱਕ ਵੱਡਾ ਵਿਆਹ ਹੁੰਦਾ ਬਾਈ ਵੱਡਾ ਕੇਸ ਆ ਬਾਈ ਉਹ ਵੀ ਤੇ ਉਸ ਤੋਂ ਬਾਅਦ ਕੀ ਹੁੰਦਾ ਉੱਧਰ ਜਾ ਕੇ ਬਈ ਮੁੰਡਾ ਨੁਕਰ ਜਾਂਦਾ ਬਈ ਹਾਂ ਲਾਕੇ ਬਹੁਤ ਸੋਹਣੀ ਕੁੜੀ ਆ ਐਦਾਂ ਦੀ ਕੋਈ ਗੱਲ ਨਹੀਂ ਸੀ ਵੀ ਜਾਂ ਕੁਝ ਹੋਰ ਹੋਵੇ ਹੁਣ ਉਹ ਕੇਸ ਦੇ ਵਿੱਚ ਲੋਕ ਕੀ ਕਰਦੇ ਨੇ ਬਈ ਕੋਈ ਨਾ ਕੋਈ ਚੀਜ਼ ਤਾਂ ਹੋਣੀ ਆ ਹਾਂ ਵੀ ਕੁਝ ਨਾ ਕੁਝ ਹੋਣਾ ਉਹ ਦਿਮਾਗ ਸੀ ਬਈ ਆਉਂਦੀ ਫੈਮਿਲੀ ਦੀ ਹੋਰ ਵੀ ਅਸੀਂ ਪੀਆਰ ਬੰਦੇ ਆ ਹਾਂ ਵੀ ਹੋਰ ਹੋਰ ਦਿੱਤਾ ਜਾਵੇ ਸਾਨੂੰ ਹਨਾ ਕਿਸੇ ਏਨੇ ਕਦਾਂ ਰਾਜ਼ੀ ਨਹੀਂ ਪ੍ਰੈਸ਼ਰਾਈਜ਼ ਕਰਦੇ ਸੀ ਕੁੜੀ ਵਾਲੀ ਫੈਮਿਲੀ ਨੂੰ ਪ੍ਰੈਸ਼ਰਾਈਜ਼ ਕਰਦੇ ਸੀ ਤੇ ਮੈਂ ਉਹ ਕੁੜੀ ਨੂੰ ਕਿਹਾ ਯਾਰ ਵੀ ਕੋਈ ਗੱਲ ਨਹੀਂ ਵੀ ਅਸੀਂ ਅਸੀਂ ਖੜੇ ਹਾਂ ਤੇਰੇ ਨਾਲ ਯਾਰ ਵੀ ਜੇ ਤੋ ਕੁਝ ਐਦਾਂ ਦਾ ਕਰਨਾ ਵੀ ਤਾਂ ਆਪਾਂ ਇੱਕ ਹਨਾ ਵੀਡੀਓ ਕਰਦੇ ਆ ਮੈਂ ਬਾਈ ਆਪਣੇ ਵੱਲੋਂ ਕਿਹਾ ਕਿਉਂਕਿ ਮੇਰੇ ਮੇਰੇ ਚੈਨਲ ਤੇ ਨਾ ਬਾਈ ਹਨਾ ਮੇਰੇ ਪਈ ਇਤਜ਼ਾਦਦਾਰ ਨੂੰ ਇਹ ਲੱਗਦਾ ਵੀ ਖਣੀ ਮੁੰਡਿਆਂ ਦੀ ਪੱਖ ਬਾਈ ਇੱਕ ਪਾਰਟਿਕੂਲਰ ਪੱਖ ਹੈ ਜਿਹੜਾ ਮੁੰਡਿਆਂ ਦਾ ਜੱਕਿਆ ਜਾਂਦਾ ਉਹਦਾ ਰੀਜ਼ਨ ਇਹ ਹੈ ਬਾਈ ਦੋ ਰੀਜ਼ਨ ਹੈ ਬਾਈ ਉਹਦਾ ਇੱਕ ਰੀਜ਼ਨ ਤਾਂ ਇਹ ਹੈ ਵੀ ਔਮਨ ਕਮਿਸ਼ਨਸ ਨੇ ਹੋਰ ਸਾਰਾ ਕੁਝ ਨਾ ਲੋਟ ਆਫ ਸਟੱਫ ਹੈ ਬਾਈ ਜਿਹੜਾ ਕਿ ਕੁੜੀਆਂ ਨੂੰ ਬਾਈ ਪ੍ਰੋਟੈਕਟ ਕਰਦਾ ਜਾਂ ਕੁੜੀ ਨੂੰ ਮਤਲਬ ਬੈਕਅਪ ਦਿੰਦਾ ਇਹ ਸਾਰੀਆਂ ਚੀਜ਼ਾਂ ਚੋਂ ਨਿਕਲਣ ਲਈ ਮੁੰਡਿਆਂ ਲਈ ਕੋਈ ਨਹੀਂ ਹੈਗਾ ਬਾਈ ਹੂੰ ਮੁੰਡਿਆਂ ਲਈ ਲਾਜ਼ ਵੀ ਨਹੀਂ ਹੈਗੇ ਬਾਈ ਹਾਂਜੀ ਤੇ ਉਹ ਉਹ ਵੀ ਰੀਜ਼ਨ ਆ ਇੱਕ ਦੂਜਾ ਰੀਜ਼ਨ ਇਹ ਆ ਵੀ ਬਹੁਤ ਸਾਰੀਆਂ ਕੁੜੀਆਂ ਬਈ ਦੇਖੋ ਕੁੜੀ ਨੂੰ ਬਈ ਇੱਜ਼ਤ ਮੰਨਿਆ ਜਾਂਦਾ ਹੈ 노 ਡਾਊਟ ਬਾਈ ਕੁੜੀ ਇੱਜ਼ਤ ਹੈ ਬਿਲਕੁਲ ਠੀਕ ਹੈ ਕਿਸੇ ਦੀ ਫੈਮਿਲੀ ਦੀ ਹੈ ਨਾ ਕਿਸੇ ਦੀ ਕਿਸੇ ਦੇ ਪਰਿਵਾਰ ਦੀ ਇੱਜ਼ਤ ਹੈ ਉਹ ਸਾਹਮਣੇ ਨਹੀਂ ਆਉਣੀ ਚਾਹੁੰਦੀਆਂ ਬਈ ਕਿਉਂਕਿ ਬਈ ਇੱਜ਼ਤ ਕਿਤਨਾ ਲੋਕ ਅਸਲ ਦੇ ਵਿੱਚ ਪਤਾ ਕੀ ਆ ਆਪਾਂ ਚਲੋ ਬਾਈ ਨਹੀਂ ਕਹਿੰਦੇ ਹੈਗੇ ਵੀ ਹਣਾ ਸਾਰੇ ਇਦਾਂ ਨਾ ਤਮਾਸ਼ਾ ਬਣਦੇ ਹੋ ਬਈ ਹੂੰ ਤਮਾਸ਼ਾ ਬਣਦਾ ਬਈ ਤੇ ਤਮਾਸ਼ਾ ਦੇਖਣ ਵਾਲੇ ਬਹੁਤ ਨੇ ਬਈ ਆਪਾਂ ਹੁਣ ਇੰਸਟਾਗ੍ਰam ਖੋਲ ਲੋ ਤੁਸੀਂ ਆਪਾਂ ਬਈ ਚਲੋ ਕਿਸੇ ਦੇ ਨਾਮ ਨਹੀਂ ਲੈਂਦੇ ਹੈਗਾ ਹਣਾ ਤਮਾਸ਼ਾ ਹੈ ਕਿ ਨਹੀਂ ਹੈ ਬਈ ਤਮਾਸ਼ਾ ਵੀ ਨਹੀਂ ਹੈ ਬਈ ਉਹ ਸਾਰੇ ਚੱਕਰ ਦੇ ਕਰਕੇ ਬਈ ਕੁੜੀਆਂ ਅੱਗੇ ਨਹੀਂ ਆ ਪਉਂਦੀਆਂ ਬਈ ਆਪਾਂ ਪੌਡਕਾਸਟ ਦੇਖਦੇ ਆ ਬਈ ਚਲੋ ਕਿੰਨੇ ਬੰਦੇ ਪੌਡਕਾਸਟ ਕਰਦੇ ਹੈ ਹਣਾ ਤੇ ਉਹ ਪੌਡਕਾਸਟਾਂ ਤੇ ਬਈ ਮੈਂ ਚਲੋ ਬਈ ਉਹ ਪੌਡਕਾਸਟਾਂ ਨਾਲ ਚੱਕ ਕੇ ਉਹ ਫੈਮਲੀਆਂ ਬਾਰੇ ਉਹ ਕੁੜੀਆਂ ਦੀ ਡਿਟੇਲ ਪਤਾ ਕਰਾਈ ਹੈ ਮੁੰਡਿਆਂ ਦਾ ਪੌਡਕਾਸਟ ਘਰ ਹੋਏ ਨਹੀਂ ਜਿੰਨੀਆਂ ਕੁ ਕੁੜੀਆਂ ਦੇ ਹੋਏ ਸੀ ਬਾਈ ਹਨਾ ਫੀਮੇਲ ਪੌਡਕਾਸਟ ਹੋਏ ਸੀ ਫੀਮੇਲ ਦਾ ਪੱਖ ਦਿਖਾਇਆ ਗਿਆ ਬਾਈ ਲਗਾਤਾਰ ਪੱਖ ਦਿਖਾਇਆ ਗਿਆ ਵੀ ਇਦਾਂ ਹੁੰਦਾ ਜੀ ਸੌਰੀ ਮੈਨੂੰ ਰੋਕ ਰਿਹਾ ਤੁਸੀਂ ਇਹ ਗੱਲ ਕਹਿ ਰਹੇ ਹੋ ਜਿਹੜੇ ਹੁਣ ਆ ਰੀਸੈਂਟ ਜਿਹੜੇ ਵੀ ਕੋਈ ਕੁੜੀਆਂ ਜਿਹਦੇ ਵਿੱਚ ਬੋਲ ਰਹੀਆਂ ਕਿਸੇ ਨੂੰ ਗਲਤ ਹੋ ਰਿਹਾ ਹੈ ਹਾਂਜੀ ਹਾਂਜੀ ਹਾਂ ਅੱਗੇ ਕੈਮਰੇ ਬਹੁਤ سارے ਪੌਡਕਾਸਟ ਹੋ ਰਹੇ ਨੇ ਬਾਈ ਉਸ ਨਾਲ ਉਹਨਾਂ ਦੇ ਜਿਹੜੇ ਤੁਸੀਂ ਅੱਗੇ ਡੀਟੇਲ ਜਿਹੜੀ ਤੁਸੀਂ ਹਾਂਜੀ ਹਾਂਜੀ ਬਾਈ ਹਨਾ ਡੀਪ ਗਏ ਹੋ ਤੇ ਕੀ ਨਿਕਲਦਾ ਆਪਾਂ ਬਾਈ ਪਿੰਡ ਵੀ ਪਤਾ ਕਰਾ ਜੀ ਪਿੰਡ ਦੇ ਬੰਦਿਆਂ ਤੋਂ ਪੰਚਾਇਤਾਂ ਤੋਂ ਹਨਾ ਕੰਟੈਕਟ ਕਰਕੇ ਬਹੁਤ ਸਾਰੀ ਡਿਟੇਲ ਕਢਾਈ ਗਈ ਬਈ ਐਕਚੁਅਲ ਜੋ ਹੋਇਆ ਜ ਕੁਝ ਨਹੀਂ ਸੀਗਾ ਬਈ ਐਕਚੁਅਲ ਸਿਚੁਏਸ਼ਨ ਬੜੀ ਬਿਲਕੁਲ ਉਲਟ ਸੀਗੀ ਇੱਕ ਕੇਸ ਸੀਗਾ ਜਦੋਂ ਉਹ ਚੱਲਦਾ ਪਾਣਾ ਥੋੜਾ ਜਿਹਾ ਉਹ 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 ਨਾ ਵੀਡੀਓ ਹੋ ਗਈ ਆਪਣੇ ਬ੍ਰਦਰ ਦੇ ਪੋਡਕਾਸਟ ਤੇ ਚਲੋ ਇੰਨੀ ਕੁ ਕਰ ਲੈਂਦੇ ਆ ਉਹਦੇ ਬਈ ਮਿਲੀਅਨਸ ਚ ਵਿਊਜ਼ ਨੇਗੇ ਹਨਾ ਸਾਰੇ ਲੋਕਾਂ ਨੇ ਉਹ ਕੇਸ ਸੁਣਿਆ ਉਹਦੇ ਵਿੱਚ ਨਾ ਬੰਦੇ ਨੂੰ ਬਰੂਟਲ ਦਿਖਾਤਾ ਬਈ ਇਹ ਬੰਦਾ ਤਾਂ ਸ਼ੈਤਾਨ ਆ ਯਾਰ ਹਾਂਜੀ ਬੀਤੋ ਜਮਨ ਸ਼ੈਤਾਨ ਹੈ ਹੁਣ ਉੱਥੇ ਬੰਦਿਆਂ ਨੇ ਨਾ ਕਮੈਂਟਸ ਆਈ ਵੀਰ ਦੂਜਾ ਪੱਖ ਕੀ ਸੀ ਦੂਜਾ ਪੱਖ ਬਾਈ ਹੁਣ ਤੱਕ ਸਾਹਮਣੇ ਨਹੀਂ ਆਇਆ ਮੈਂ ਬਹੁਤ ਟਰਾਈ ਕਰਨੀ ਉਹ ਉਹ ਬੰਦੇ ਪਤਾ ਕੀ ਕਹਿੰਦੇ ਨੇ ਕਹਿੰਦੇ ਯਾਰ ਵੀ ਅਸੀਂ ਇੱਜ਼ਤਦਾਰ ਬੰਦੇ ਆ ਉਹਨੂੰ ਜੋ ਕਰਨਾ ਸੀ ਕਰਤਾ ਵੀ ਅਸੀਂ ਯਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਵੀ ਅਸੀਂ ਨਹੀਂ ਕਰਨਾ ਇਹ ਵੀ ਹੋ ਜਾਂਦਾ ਬਾਈ ਸੇਮ ਚੀਜ਼ ਬਾਈ ਕਈ ਕੁੜੀਆਂ ਵਾਲੇ ਪਾਸੇ ਹੋ ਜਾਂਦਾ ਜਿਹੜੇ ਬੰਦੇ ਬਾਈ ਅਸਲ ਦੇ ਵਿੱਚ ਤਾਂ ਇੱਜ਼ਤ ਥੋੜਾ ਜਿਹਾ ਹਨਾ ਇੱਕ ਇਹ ਹੈ ਡਰਦਾ ਯਾਰ ਉਹਨੂੰ ਐ ਲੱਗਦਾ ਕਿ ਉਹ ਫੇਰ ਵੀ ਕਿਤੇ ਨਾ ਕਿਤੇ ਕਿਸੇ ਹੋਪ ਤੇ ਬੈਠਾ ਹੁੰਦਾ ਵੀ ਚਲੋ ਜੇ ਟੁੱਟ ਗਿਆ ਹੈ ਨਾ ਵੀ ਸ਼ਾਇਦ ਆਪਾਂ ਕਿਤੇ ਹੋਰ ਕੁੜੀ ਅੱਗੇ ਤੋਰਦਾ ਹਾਂਜੀ ਹਾਂਜੀ ਇਹ ਚੀਜ਼ ਹੈ ਵੀ ਜੇ ਹੁਣੇ ਤਾਂ ਐਡਾ ਰੋਲਾ ਪਾ ਦਈਏ ਫਿਰ ਉਹ ਹੈ ਨਾ ਮੁੜ ਕੇ ਹਾਂਜੀ ਦੁਨੀਆ 'ਚ ਮੈਂ ਕੋ ਗੱਲ ਹੁਣੇ ਹੀ ਲਿਖੀ ਵੀ ਲੋਕਾਂ ਲਈ ਤਮਾਸ਼ਾ ਬਣਦਾ ਬੰਦਾ ਦੁੱਖ ਦੱਸੇ ਤੇ ਹਾਸਾ ਬਣਦਾ ਸਭ ਦਾ ਬਿਲਕੁਲ ਜੇ ਬੰਦਾ ਆਪਣਾ ਦੁੱਖ ਦੱਸਦਾ ਅੱਜ ਕੱਲ੍ਹ ਦੇ ਟਾਈਮ 'ਚ ਉਹਦਾ ਵੀ ਹਾਸਾ ਬਣਦਾ ਇੱਕ ਇਹ ਹੈ ਬਾਈ ਜਿਹੜੇ ਜਿਹੜੇ ਚਲੋ ਹਨਾ ਆਪਾਂ ਅੱਜ ਬਈ ਇਸ ਚੀਜ਼ ਤੇ ਬੈਠੇ ਆ ਬਹੁਤ ਸੋਹਣਾ ਐਫਰਟ ਬਾਈ ਤੁਸੀਂ ਲਾਇਆ ਹਨਾ ਚਲੋ ਇਹ ਚੀਜ਼ ਦਾ ਹੈ ਵੀ ਯਾਰ ਕਿਸੇ ਨੇ ਤਾਂ ਹਨਾ ਜਿਹਦਾ ਚਲੋ ਨਾਮ ਹੈ ਗਾਲ ਰੈਡੀ ਹਨਾ ਵੀ ਉਹ ਬੰਦੇ ਨੇ ਹਨਾ ਇਹ ਐਫਰਟ ਕੀਤਾ ਯਾਰ ਵੀ ਆਹ ਗੱਲ ਉਹ ਆਉਣੀ ਚਾਹੀਦੀ ਆ ਸਾਹਮਣੇ ਤੇ ਬਾਈ ਅ ਜਿਹੜੇ ਕੇਸ ਪਿੱਛੇ ਹੋਏ ਆਗੇ ਬਾਈ ਜਿੰਨੇ ਵੀ ਕੇਸ ਹੋਏ ਆਗੇ ਯਾਰ ਆਪਾਂ ਇਹ ਚਾਹੁੰਦੇ ਆ ਬਾਈ ਵੀ ਮੁੰਡੇ ਯਾਰ ਵੀ ਸੁਸਾਈਡ ਵੱਲ ਕਦਰਨਾ ਚਾਹਣ ਕਦੇ ਨਾ ਜਾਓ ਬਾਈ ਸੁਸਾਈਡ ਵੱਲ ਠੀਕ ਬਹੁਤ ਸਾਰੇ ਹਾਲ ਨੇ ਪਹਿਲੀ ਗੱਲ ਬਾਈ ਤੁਸੀਂ ਹਨਾ ਜੇ ਯਾਰ ਵੀ ਸ਼ੇਅਰ ਕਰ ਲੋ ਯਾਰ ਕਿਸੇ ਨਾਲ ਕਿਸੇ ਨਾਲ ਤਾਂ ਕਰ ਲੋ ਬਾਈ ਹਾਂਜੀ ਹਨਾ ਤੁਹਾਡੇ ਯਾਰ ਦੋਸਤ ਨਾਲ ਜੇ ਹਨਾ ਚਾਹੇ ਫੀਮੇਲ ਹੈ ਚਾਹੇ ਮੇਲ ਹੈ ਬਾਈ ਦੋਵੇਂ ਪਾਸੇ ਗੈਰ ਰਿਆਂਗਾ ਮੈਂ ਇਹ ਗੱਲ ਕਹਿੰਦਾ ਕਿ ਆਪਾਂ ਨਾ ਦੇਖੋ ਜਿੱਦਾਂ ਇੱਕ ਮੈਂ ਇੱਕ ਗੱਲ ਕਹਿਣਾ ਹਾਂਜੀ ਕੋਈ ਧਰਮ ਮਾੜਾ ਨਹੀਂ ਹੈ ਧਰਮ ਅਜ ਬੰਦੇ ਮਾੜੇ ਨਹੀਂ ਬਿਲਕੁਲ ਬਾਈ ਮੁੰਡਾ ਕੁੜੀ ਇਦਾਂ ਨਹੀਂ ਆਪਾਂ ਕਹਿ ਸਕਦੇ ਕਿ ਮੁੰਡੇ ਹੀ ਗਲਤ ਆ ਕੁੜੀਆਂ ਹੀ ਨਹੀਂ ਕਦੇ ਵੀ ਨਹੀਂ ਬਾਈ ਇਹ ਸੋਚਾਂ ਨੇ ਸੋਚਾਂ ਨੇ ਸੋਚਾਂ ਚੰਗੀਆਂ ਮਾੜੀਆਂ ਨੇ ਕਿਤੇ ਮੁੰਡੇ ਦੀਆਂ ਕਿਤੇ ਕੁੜੀਆਂ ਦੀਆਂ ਹਾਂਜੀ ਠੀਕ ਹੈ ਤੇ بڑا ਰੋਲ ਜਿਹੜਾ ਰਹਿੰਦਾ ਹੈ ਮਨ ਲੱਗਦਾ ਤੇ ਘਰ ਵਸਾਣ ਚ ਜਿੱਥੇ ਵਿਆਹ ਹੋਏ ਨੇ ਉੱਥੇ ਦੋਵਾਂ ਧਿਰ ਨੇ ਜਿਹੜੇ ਕੁੜੀ ਤੇ ਮੁੰਡੇ ਵਾਲੇ ਉਹਨਾਂ ਦੋਵਾਂ ਦੇ ਪਰਿਵਾਰਾਂ ਦਾ ਵੀ ਵੱਡਾ ਰੋਲ ਰਹਿੰਦਾ ਵੱਡਾ ਰੋਲ ਬਾਈ ਬਹੁਤ ਕੁੜੀ ਨੂੰ ਛੇ ਨਾ ਦੋ ਤੇ ਮੁੰਡੇ ਨੂੰ ਆਪਣੇ ਬੱਚੇ ਨੂੰ ਬਚਾਓ ਨਾ ਬਚਾਓ ਨਾ ਬਿਲਕੁਲ ਜਿਹੜੀ ਚੀਜ਼ ਗਲਤ ਉਹਨੂੰ ਗਲਤ ਕਹੋ ਜਿਹੜੀ ਸਹੀ ਹੈ ਉਹਨੂੰ ਸਹੀ ਕਹੋ ਬਿਲਕੁਲ ਬਿਲਕੁਲ ਜਿਹੜੇ ਦੋਵੇਂ ਮਾਪਿਓ ਨੇ ਉਹਨਾਂ ਨੂੰ ਵੀ ਇਹ ਬਿਨਾ ਆਪਣੇ ਬੱਚੇ ਆਪਣੇ ਬੱਚੇ ਰੱਖ ਕੇ ਚੰਗਾ ਕੌਣ ਚੰਗਾ ਹੈ ਕੌਣ ਮਾੜਾ ਬਿਲਕੁਲ ਜਿਹੜਾ ਕਲਚਰ ਹੈ ਕਿਤੇ ਨਾ ਕਿਤੇ ਮਨਦੀਪ ਬਈ ਤੁਹਾਨੂੰ ਐਦਾਂ ਲੱਗਦਾ ਕਿ ਜਿਹੜਾ ਕਲਚਰ ਆਪਾਂ ਵੈਸਟਰਨ ਲੈ ਕੇ ਆਏ ਬਾਹਰ ਦਾ ਹਾਂਜੀ ਇਹ ਕਿਤੇ ਜ਼ਿਆਦਾ ਹੀ ਗਾਂ ਲੰਘ ਗਿਆ ਹਾਂ ਬਈ ਬਿਲਕੁਲ ਬਈ ਦੇਖੋ ਆਪਣੇ ਨਾਲ ਬਾਈ ਜਦੋਂ ਕਿਤੇ ਗੱਲ ਕਰਦੇ ਨੇ ਬਾਈ ਕਲਚਰ ਦੀ ਤੁਸੀਂ ਜਦੋਂ ਕਲਚਰ ਵਰਡ ਯੂਜ਼ ਕੀਤੇ ਹਨ ਸਭਿਆਚਾਰ ਕਰਕੇ ਦੇਖਿਓ ਕਿਤੇ ਬਹੁਤੇ ਲੋਕ ਵੀਡੀਓ ਗਾਹ ਮਾਰਦੇ ਆਂ ਵੀ ਬਾਈ ਇਹ ਕੀ ਕਹਤਾ ਹਨਾ ਪਰ ਬਾਈ ਅਸਲ ਦੇ ਵਿੱਚ ਨਾ ਜਿਹੜਾ ਸਮੂਚਾ ਪੰਜਾਬੀ ਜੀ ਕਰਨ ਦੀ ਜਮਨ ਤਾਣਾ ਬਾਣਾ ਸੀ ਨਾ ਬਾਈ ਜਿਹੜਾ ਬਹੁਤ ਪਿਆਰ ਸੀਗਾ ਬਾਈ ਬਹੁਤ ਬਹੁਤ ਯਾਰ ਉਹ ਚੀਜ਼ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਬਾਈ ਵੈਸਟ ਦਾ ਕਲਚਰ ਬਾਈ ਜੇ ਆਪਾਂ ਹਨਾ ਕਹਿ ਦੀ ਵੀ ਇੱਥੇ ਫਿੱਟ ਕਰਦੀ ਉਹਨੂੰ ਟੋਟਲੀ ਬਾਈ ਬਿਲਕੁਲ ਗਲਤ ਚੱਲ ਜੂ ਕਿਹੜਾ ਕਿ ਹੁਣ ਕੀਤਾ ਜਾ ਰਿਹਾ ਬਈ ਹਾਂਜੀ ਜੰਨੀਆਂ ਬਈ ਮਾੜੀਆਂ ਹਨ ਵੈਸਟ ਦੀਆਂ ਕ੍ਰੀਤੀਆਂ ਸੀ ਹੈਗੀਆਂ ਜਿਨ੍ਹਾਂ ਨੂੰ ਕਿ ਖੁਦ ਉੱਥੋਂ ਦੇ ਲੋਕ ਮੰਨਦੇ ਆ ਬਈ ਅਸਲ 'ਚ ਪਤਾ ਕੀ ਆਪਣੇ ਸ਼ੋਸ਼ਾ ਦੇਖਦੇ ਆ ਬਈ ਵੀ ਜਿਹੜੀ ਚੀਜ਼ ਆ ਗਈ ਹਨਾ ਮੂਵੀਜ਼ ਦੇ ਥਰੂ ਆ ਗਈ ਜੀ ਉਸ ਚੀਜ਼ ਨੂੰ ਨਾ ਰਿਐਲਿਟੀ ਮੰਨ ਲੈਂਦੇ ਨੇ ਬਿਲਕੁਲ ਜੀ ਹਾਲੀਵੁੱਡ ਦੀਆਂ ਬਈ ਮੈਂ ਮੈਂ ਬਹੁਤ ਸਾਰਾ ਬਈ ਹਾਲੀਵੁੱਡ ਹਨਾ ਡਿਸਕਵਰੀ ਮਤਲਬ ਮੂਵੀਜ਼ ਬਹੁਤ ਦੇਖੀਆਂ ਬਈ ਮੈਂ ਮੈਂ ਕਲਚਰ ਬਹੁ ਪੜਿਆ ਬਈ ਹਾਂਜੀ ਵੈਸਟ ਦਾ ਕਲਚਰ ਬਹੁ ਪੜਿਆ ਬਹੁ ਬੁੱਕਸ ਪੜੀਆਂ ਬਈ ਮੈਂ ਉਸ ਕਲਚਰ ਤੇ ਅਸਲ ਦੇ ਵਿੱਚ ਜਿਹੜਾ ਮੂਵੀਜ਼ 'ਚ ਦਿਖਾਇਆ ਜਾਂਦਾ ਨਾ ਬਈ ਉਹ ਸਾਰਾ ਵੈਸਟ ਦਾ ਕਲਚਰ ਨਹੀਂ ਹੈਗਾ ਬਈ ਬਿਲਕੁਲ ਠੀਕ ਆ ਮਤਲਬ ਕਹਿੰਦੇ ਨੇ ਵੀ ਹਾਂ ਐਦਾਂ ਹੁੰਦਾ ਉੱਥੇ ਐਦਾਂ ਹਨਾ ਐਨਾ ਓਪਨ ਆਪ ਚੀਜ਼ਾਂ ਨੇਗੀਆਂ ਉਹ ਹੈ ਤਾਂ ਹੈ ਨੇ ਬਟ ਉਸ ਕਦਰ ਨਹੀਂ ਜਿਸ ਕਦਰ ਤੁਸੀਂ ਆਪਣੇ ਇੱਥੇ ਫਿਟ ਕਰਤੀਆਂ ਹਾਂਜੀ ਠੀਕ ਆ ਜਿਹੜਾ ਆਪਣੇ ਵਾਲਾ ਬਈ ਕਲਚਰ ਸੀਗਾ ਨੇ ਰਿਚ ਸੀਗਾ ਬਈ ਹਨਾ ਜਿਹਦੇ ਵਿੱਚ ਬਈ ਆਪਣੇ ਵਿੱਚ ਸਿਧਾਂਤ ਸੀਗੇ ਹਨਾ ਹਾਂਜੀ ਬੜੇ ਜੇ ਆਪਾਂ ਥੋੜੀ ਰਿਲੀਜੀਅਨ 'ਚ ਚੱਲ ਜੂਗੀ ਗੱਲ ਚਲੋ ਆਪਾਂ ਨਾ ਜਿਹੜੀ ਉਹ ਸਿੱਖੀ ਸਿਧਾਂਤ ਸੀਗੇ ਬਈ ਆਪਣੇ ਆਪਾਂ ਪੰਜਾਬ 'ਚ ਬਈ ਪੈਦਾ ਹੋਏ ਹਾਂ ਹਨਾ ਉਹ ਬਈ ਗੱਲੀ ਗੱਲੀ ਚੀਜ਼ਾਂ ਦਾ ਉਹ ਨਿਚੋੜ ਸੀਗੇ ਬਾਈ ਹਨਾ ਕੁਝ ਕਾਰਨ ਸੀ ਕੁਝ ਬੰਦੇ ਸਾਂ ਬੰਦੇਸ਼ਾਂ ਸੀਗੀਆਂ ਜਿਹੜੀਆਂ ਬਈ ਉਹ ਜਾਇਜ਼ ਸੀਆਂ ਗੀਆਂ ਬਾਈ ਹਾਂਜੀ ਠੀਕ ਹੈ ਉਹ ਜਦੋਂ ਬਾਈ ਟੁੱਟੀਆਂ ਨਾ ਦਾ ਸਮਾਜ ਦਾ ਉਹ ਤਾੜਾ ਮਾੜਾ ਟੁੱਟ ਗਿਆ ਬਈ ਆਪਣਾ ਉਹ ਟੁੱਟਣ ਨਾਲ ਤਾਂ ਬਾਈ ਕਿਤਨਾ ਕਿਤੇ ਲੋਕਾਂ ਦੀ ਜ਼ਿੰਦਗੀ ਬਾਈ ਨਰਕ ਵੀ ਬਣੀ ਹੋਈ ਹੈ ਬਾਈ ਬਹੁਤ ਸਾਰੇ ਲੋਕ ਬਾਈ ਜਿਹੜੇ ਹੁਣ ਨਾ ਆਪਾਂ ਪਰਿਵਾਰਾਂ ਚ ਬਈ ਨਾ ਚਲੋ ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਬਈ ਬਹੁਤ ਜ਼ਿਆਦੇ ਹਨਾ ਬਹੁਤ ਜ਼ਿਆਦੀ ਚੀਜ਼ਾਂ ਨਾ ਸਾਹਮਣੇ ਆ ਜਾਂਦੀਆਂ ਨੇ ਤੁਸੀਂ ਬਈ ਸੋਚ ਕੇ ਦੇਖੋ ਇੱਕ ਬੰਦੇ ਨੇ ਤੇ ਵੀਡੀਓ ਵੀ ਪਾਈ ਆ ਬਈ ਮੈਂ ਨਾਮ ਨਹੀਂ ਯਾਦ ਉਸ ਬੰਦੇ ਦਾ ਪੰਜਾਬ ਦੇ ਵਿੱਚ ਬਈ ਐਮ ਐਮ ਐਸ ਲੀਕ ਹੋਣੇ ਪੰਜਾਬਣਾਂ ਦੇ ਬਈ ਕਿ ਕਿੱਧਰ ਨੂੰ ਜਾ ਰਹੀ ਹੈ ਬਈ ਗੱਲ ਇਹ ਕੀ ਹੋ ਰਿਹਾ ਨਾਲੇ ਬਈ ਇਹ ਬਹੁਤ ਇੱਕ ਸੋਚਣ ਵਾਲੀ ਗੱਲ ਹੈ ਬਈ ਇਹ ਹੂੰ ਤੇ ਇਹ ਨੋਰਮਲਾਈਜ਼ ਕਰ ਰਹੇ ਆਪਾਂ ਹੌਲੀ ਹੌਲੀ ਅਕਸੈਪਟ ਕਰ ਰਹੇ ਹਾਂ ਹਾਂਜੀ 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 ਬਈ ਕਿ ਠੀਕ ਹੈ ਯਾਰ ਤੇ ਮੈਂ ਬਈ ਵੀਡੀਓਜ਼ ਦੇਖੀਆਂ ਇਸ ਚੀਜ਼ ਤੇ ਚਲੋ ਆਪਾਂ ਉਹਦਾ ਨਈ ਨਾਮ ਲੈਂਦੇ ਹਾਂ ਉਸ ਕੁੜੀ ਦਾ ਉਹ ਮੰਨ ਲਈ ਬਈ ਬਾਅਦ ਚ ਹੋਣਾ ਵੀ ਯਾਰ ਮੇਰੇ ਤੋਂ ਹਣਾ ਜਿਹਦਾ ਐਮਐਸਲ ਵੀਡੀਓ ਲੀਕ ਹੋਈ ਸੀ ਵੀਰ ਮੈਂ ਕੀਤਾ ਵੀ ਮੇਰੇ ਤੋਂ ਗਲਤੀ ਹੋ ਗਈ ਤੇ ਅੱਗੋਂ ਸਟੋਰੀਆਂ ਪੈ ਰਹੀਆਂ ਨੇ ਵੀ ਸੌਲਟ ਆਊਟ ਹੋ ਗਿਆ ਮਸਲਾ ਇਹ ਠੀਕ ਹੈ ਤੇ ਜੇ ਕੋਈ ਬੰਦਾ ਉਸ ਗੱਲ ਨੂੰ ਬਈ ਮਤਲਬ ਉਸ ਤੇ ਬੋਲਣਾ ਸਟਾਰਟ ਕਰ ਦੇ ਉਹਨੂੰ ਕਹਿ ਦਿੰਦਾ ਯਾਰ ਵੀ ਜਾਂ ਤਾਂ ਇਹ ਵਿਊਜ਼ ਲਈ ਕਰ ਰਹੇ ਆ ਜਾਂ ਫਿਰ ਬਈ ਇਹ ਕਰਨੀ ਨਹੀਂ ਚਾਹੀਦੀ ਹੋ ਸਕਦਾ ਉਹ ਬੰਦਾ ਖੁਦ ਕੁਝ ਸੁਸਾਈਡ ਕਰ ਜੇ ਤੇ ਬਈ ਚਲੋ ਜੋ ਵੀ ਹੈ ਪਰ ਇਹ ਹੈ ਬਹੁਤ ਮਾੜਾ ਬਈ ਗਲਤ ਤਾਂ ਦੇਖੋ ਕਰਨੀ ਪੈਣੀ ਐ ਇਸੇ ਐਨਾ ਜ਼ਰੂਰ ਸੋਚਣਾ ਚਾਹੀਦਾ ਕਿਸੇ ਵੀ ਮੁੰਡੇ ਨੂੰ ਪਹਿਲਾਂ ਖਾਸ ਕਰਕੇ ਜੇ ਤੁਸੀਂ ਕਿਸੇ ਕੁੜੀ ਨੂੰ ਵਰਤ ਰਹੇ ਹੋ ਐਨਾ ਜ਼ਰੂਰ ਸੋਚੋ ਵੀ ਉਹ ਕਿਸੇ ਦੀ ਭੈਣ ਹੈ ਬਿਲਕੁਲ ਕਿਸੇ ਦੀ ਧੀ ਹੈ ਤੇ ਕਿਸੇ ਦੀ ਉਹਨੇ ਘਰ ਵਾਲੀ ਬਣਨਾ ਜੇ ਤੂੰ ਨਹੀਂ ਰਖਣੀ ਹਮ ਬਿਲਕੁਲ ਤੇ ਇਹ ਫਿਰ ਜਦੋਂ ਕਰਮ ਕਮਾ ਕੇ ਲੈ ਕੇ ਆਉਂਦੇ ਨਾ ਉਹ ਬਹੁਤ ਔਖੇ ਹੁੰਦੇ ਨੇ ਬਿਲਕੁਲ ਇਹ ਦੁਨੀਆ ਹਲੇ ਸਮਝ ਨਹੀਂ ਰਹੀ ਪਰ ਜਿਹੜੇ ਲੋਕਾਂ ਨੇ ਜਿਨ੍ਹਾਂ ਦੇ ਘਰੇ ਉਹਨਾਂ ਨੇ ਦੇਖਿਆ ਨਹੀਂ ਕਿ ਮਾਂ ਸਾਡੇ ਵੀ ਹੈਗੀ ਐ ਭੈਣ ਸਾਡੇ ਵੀ ਹੈਗੀ ਐ ਉਹਨਾਂ ਨੇ ਬਾਹਰ ਰਾਜ ਕੇ ਕੁਕਰਮ ਕੀਤੇ ਹੋ ਜਿਹੜੇ ਉਹ ਇਹ ਚੀਜ਼ਾਂ ਕਰ ਗਏ ਨਾ ਲੋਕ ਉਹਨਾਂ ਨੂੰ ਨਾ ਬਾਅਦ ਵਿੱਚ ਰੱਬ ਨੇ ਕੁੜੀਆਂ ਦਿੱਤੀਆਂ ਤੇ ਜਦੋਂ ਉਹਨਾਂ ਕੁੜੀਆਂ ਤੇ ਜਵਾਨੀ ਆਈ ਨਾ ਤੇ ਉਹ ਬੰਦਿਆਂ ਨੂੰ ਸਾਰਾ ਹੀ ਜਹਾਨ ਆਪਣੇ ਅਰਗਾ ਦੇਖਣ ਲੱਗ ਪਿਆ ਬਿਲਕੁਲ ਬਾਈ ਇਹ ਐਸ ਨਿਗਾਹ ਨਾਲ ਦੇਖਦੇ ਹੋਣਗੇ ਸਾਡੀਆਂ ਕੁੜੀਆਂ ਨੂੰ ਫਿਰ ਉਹਨਾਂ ਦੇ ਦਿਲ ਡਰਨ ਲੱਗੇ ਬਿਲਕੁਲ ਬਾਈ ਇਹ ਕਰਮ ਨੇ ਮੁੜ ਕੇ ਆਂਦੇ ਨੇ ਤੁਸੀਂ ਅੱਜ ਜਿੰਨਾ ਮਰਜ਼ੀ ਕੁਝ ਕਰ ਲਓ ਜਦੋਂ ਤੁਹਾਡੇ ਕੱਲ ਨੂੰ ਧੀ ਜੰਮਣੀ ਫਿਰ ਤੁਸੀਂ ਇਹ ਗੱਲ ਦੇਖੋਗੇ ਇਹ ਗੱਲ ਸੋਚੋਗੇ ਕਿ ਹੁਣ ਮੇਰੇ ਅਰਗੇ ਨਾਲ ਕੋਈ ਹੂੰ ਬਿਲਕੁਲ ਬਈ ਬਿਲਕੁਲ ਇਹਨੂੰ ਆਪ ਦੀਆਂ ਗੱਲਾਂ ਚ ਲੈ ਲਈ ਜਾਂ ਉਹ ਲੋਕ ਨਾ ਇਹਨੂੰ ਮੇਰੇ ਅਰਗੇ ਬਿਲਕੁਲ ਬਈ ਬਿਲਕੁਲ ਬੰਦੇ ਨੂੰ ਆਪ ਦੀ ਜਵਾਨੀ ਚ ਇੱਤਾ ਆ ਜਾਂਦੀ ਕਹਿੰਦੇ ਨਾ ਵੀ ਬਾਪ ਆਪਣੀ ਕੁੜੀ ਦੀ ਆਪਣੀ ਕੁੜੀ ਦੇ ਕਰਮ ਲਿਖਦਾ ਆਪ ਦੀ ਜਵਾਨੀ ਚ ਆਪਾ ਬਈ ਥੋੜੇ ਜਿਹਾ ਤੁਹਾਡੀ ਜ਼ਿੰਦਗੀ ਹਲਾਉਣੇ ਆ ਹਾਂਜੀ ਬਾਈ ਕਦੋਂ ਤੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੋਟਿਸ ਕਰਨੀਆਂ ਸ਼ੁਰੂ ਕਰੀਆਂ ਤੇ ਕਦੋਂ ਤੋਂ ਤੁਹਾਡੀ ਨੋਵਲਿਜ ਦੇ ਵਿੱਚ ਆਉਣ ਲੱਗੀਆਂ ਕਿ ਥੋੜਾ ਜਿਹਾ ਬ੍ਰੀਫ ਮੈਂ ਨਾ ਬਈ ਜਦੋਂ ਆਪਾਂ ਪ੍ਰੋਪਰ ਇਨਸੀਡੈਂਟ ਤੇ ਨਹੀਂ ਜਾਂਦੇ 17 ਦੀ ਗੱਲ ਬਈ 2017 2017 ਉੱਥੋਂ ਨਾ ਮੈਂ ਬਈ ਕੁਝ ਕਨਸੀਡੈਂਟ ਇਦਾਂ ਦੇ ਹੋਏ ਖੁਦ ਦੀ ਲਾਈਫ ਨਾਲ ਬਈ ਹਾਂਜੀ ਤੇ ਉਹ ਚੀਜ਼ਾਂ ਬਾਈ ਜਿੱਦਾਂ ਆਪਾਂ ਕਹਿ ਲਈ ਹਨ ਬੰਦਾ ਕਿਸੇ ਚੀਜ਼ ਚ ਪੈ ਜੇ ਵੀ ਤੂੰ ਨਾ ਜਿਹੜੀ ਬਸੇ ਪਉ ਉਹ ਨਹੀਂ ਸੀਗੇ ਬਈ ਹਨਾ ਜੇ ਆਪਾਂ ਕਿਸੇ ਨੂੰ ਹਨਾ ਕਹਿ ਦੀ ਵੀ ਆਸਤਾਨਾ ਨਸ਼ੇ ਚ ਕੀਤਾ ਅਸੀਂ ਨਸ਼ੇ ਤੋਂ ਬਾਅਦ ਚੋਂ ਨਿਕਲੇ ਆਏ ਹਨਾ ਬਈ ਪਹਿਲੀ ਗੱਲ ਤਾਂ ਬਈ ਨਸ਼ਾ ਕਰਨਾ ਹੀ ਮੜਿਆ ਹਨਾ ਉਸ ਤੋਂ ਬਾਅਦ ਆਪਾਂ ਕਹਿ ਦੀ ਨਿਕਲਣਾ ਚਲੋ ਜਿਹੜੇ ਨਿਕਲੇ ਉਹ ਵਧੀਆ ਨੇ ਹਾਂਜੀ ਟੌਪਿਕ ਤੇ ਆਉਣੇ ਬਈ ਉਹ ਉਹ ਇਨਸੀਡੈਂਟ ਹੋਏ ਬਈ ਚਲੋ ਮੇਰੇ ਨਾਲ ਹਨਾ ਲਾਈਵ 'ਤੇ ਯਾਰ ਮੈਂ ਵੀ ਬਈ ਟਰਮਾਟਾਈਜ਼ ਹੋਇਆ ਬਹੁਤ ਜ਼ਿਆਦਾ ਕਿਉਂ ਬਈ ਮੈਂ ਵੀ ਬਹੁਤ ਜ਼ਿਆਦਾ ਇਮੋਸ਼ਨਲ ਆ ਹਨਾ ਤੇ ਉਹ ਸਾਰੀਆਂ ਚੀਜ਼ਾਂ ਬਈ ਜਦੋਂ ਸਟਾਰਟ ਹੋਈਆਂ ਨਾ ਤੇ ਉਦੋਂ ਦੋ ਹੀ ਰਸਤੇ ਹੁੰਦੇ ਆ ਬਈ ਇੱਕ ਨਸ਼ੇ ਵਾਲਾ ਹੁੰਦਾ ਜਿਹੜਾ ਕਹਿਣਾ ਵੀ ਚਲੋ ਕੁਛ ਕੁ ਘਟਕ ਬੰਦੇ ਚੂਜ਼ ਕਰਦੇ ਆ ਵੀ ਹਣਾ ਯਾਰ ਵੀ ਸੰਭਲिए ਹਣਾ ਵੀ ਅੱਗੇ ਜਾਣਾ ਯਾਰ ਜ਼ਿੰਦਗੀ 'ਚ ਮਾਪ-ਵਾਲੋਂ ਦੇਖ ਕੇ ਤੇ ਬਈ ਉਹ ਇਨਸੀਡੈਂਟ ਦੇ ਹੋਣ ਨਾਲ ਉਹ ਇਨਸੀਡੈਂਟ ਚਲੋ ਆਪਾਂ ਸ਼ੇਅਰ ਕਰਾਂਗੇ ਬਈ ਉਹ ਵੀ ਤੁਹਾਡੇ ਨਾਲ ਉੱਥੋਂ ਮੈਨੂੰ ਲੱਗਿਆ ਬਈ 2017 ਤੋਂ ਬਾਅਦ ਯਾਰ ਵੀ ਯਾਰ ਮੁੰਡਿਆਂ ਦੀ ਲਾਈਫ ਕਹੀ ਜੀ ਆ ਯਾਰ ਹਮ ਨਾ ਪੜਦਾ ਪੈ ਜਾਂਦਾ ਯਾਰ ਅਸਲ 'ਚ ਨਾ ਤੁਸੀਂ ਇੱਕ ਗੱਲ ਕਹੀ ਸੀ ਬਈ ਤੁਹਾਡੀ ਵੀਡੀਓ ਆ ਉਹ ਕਹਿੰਦੇ ਵੀ ਜਿੰਨਾ ਚਿਰ ਨਾ ਬੰਦਾ ਪਿਆਰ 'ਚ ਹੁੰਦਾ ਬਈ ਹਮ ਉਹਨਾਂ ਚਿਰ ਬੰਦਾ ਬੈਮ ਚ ਵੀ ਹੁੰਦਾ ਪਲੇਖੇ ਚ ਵੀ ਹੁੰਦਾ ਉਹ ਜਦੋਂ ਕਿਤੇ ਉਹਦੇ ਮੂਰੇ ਹਕੀਕਤ ਆ ਜਾਂਦੀ ਹੈ ਬਾਈ ਫੇਰ ਅੱਖਾਂ ਖੁੱਲਦੀਆਂ ਨੇ ਬਾਈ ਦੁਨੀਆ ਵੱਲ ਨੂੰ ਯਾਰ ਵੀ ਆ ਆ ਹਕੀਕਤ ਹੈ ਯਾਰ ਹਨਾ ਬਿਲਕੁਲ ਜੀ ਉਹ ਬਾਈ ਜਦੋਂ ਚੀਜ਼ਾਂ ਮੇਰੇ ਨਾਲ ਵੀ ਹੋਈਆਂ ਬਾਈ ਹਨਾ ਤੇ ਚਲੋ ਬਾਈ ਪਰਮਾਤਮਾ ਦੀ ਕਿਰਪਾ ਲਾ ਲਓ ਜਾਂ ਆਪਾਂ ਬਾਈ ਜਿੰਮ ਵਾਲੇ ਪਾਸੇ ਚੱਲ ਪਏ ਉਹ ਤੋਂ ਹਨਾ ਤੇ ਸਰੀਰ ਵਾਲੇ ਪਾਸੇ ਚੱਲ ਪਏ ਬਾਈ ਉਹ ਕਹਿੰਦੇ ਬਾਈ ਤੁਹਾਡੀਆਂ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਬਈ ਤੁਹਾਡੀਆਂ ਦਰਦ ਨਾਲ ਕਹਿੰਦੇ ਜੀ ਬੰਦਾ ਪਾੜ ਲਵੇ ਤਾਂ ਬਾਈ ਤਾਂ ਬਹੁਤ ਕੁਝ ਹੋ ਜਾਂਦਾ ਹੈ ਹਨਾ ਮੈਂ ਕੱਲ ਗਈ ਕਿ ਕਿ ਬੜਾ ਸਾਫ਼ ਜਿਹਾ ਬਣਿਆ ਫਿਰਦਾ ਐ ਕਦੇ ਸਾਹਬ ਕਿਸੇ ਨਾ ਲਾਇਆ ਹਾਂਜੀ ਹਾਂਜੀ ਬਈ ਦੱਸ ਕਿੰਨੀ ਥਾਂ ਤੋਂ ਟੁੱਟਿਆ ਤੂੰ ਤੈਨੂੰ ਫੇਰ ਵੀ ਤੁਰਨਾ ਆਇਆ ਹਾਂਜੀ ਹਾਂਜੀ ਬਈ ਜੇ ਕਿਸੇ ਇਨਸਾਨ ਨੂੰ ਕਿਸੇ ਮਾੜੇ ਰਾਹ ਤੋਂ ਠੋਕਰ ਲੱਗਦੀ ਐ ਹਾਂਜੀ ਬਈ ਉਹਨੂੰ ਮੁੜ ਜਾਣਾ ਚਾਹੀਦਾ ਮੁੜ ਜਾਣਾ ਚਾਹੀਦਾ ਇਹ ਸੋਚ ਕੇ ਕਿ ਅੱਗੇ ਠੋਕਰ ਨਹੀਂ ਲੱਗਣੀ ਅੱਗੇ ਖਤਮ ਹੀ ਹੋ ਜਾਣਾ ਕੰਮ ਇਹ ਤੋਂ ਪਹਿਲਾਂ ਵਾਪਸ ਆ ਜਾਓ ਬਿਲਕੁਲ ਬਈ ਇਨਸੀਡੈਂਟ ਦੀ ਬਈ ਤੁਸੀਂ ਗੱਲ ਕੀਤੀ ਸੀਗੀ ਹਾਂਜੀ ਤੇ ਕਈ ਬੰਦੇ ਤਾਂ ਹੁੰਦੇ ਨੇ ਬਈ ਨਾ ਇੱਕ ਇਨਸੀਡੈਂਟ ਤੋਂ ਸਮਝ ਹੀ ਜਾਂਦੇ ਨੇ ਹੀ ਪਰ ਬਈ ਉਹ ਨਾ ਜ ਨਹੀਂ ਸੀਗੇ ਹਮ ਇਹ ਤਾਂ ਬਾਰ 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 ਬਾਈ ਕਹਿੰਦਾ ਟੱਕਰਾ ਮਾਰੀ ਗਏ ਉਸ ਚੀਜ਼ ਨਾਲ ਜਿਵੇਂ ਤੁਸੀਂ ਪਿਆਰ ਦੀ ਗੱਲ ਕਰਦੇ ਹੋਣ ਟੋਡੀਆਂ ਬਾਰ ਬਾਰ ਟੱਕਰਾ ਮਾਰੀ ਗਏ ਬਾਈ ਇੱਕ ਇੱਕ ਹੈਪਨ ਹੋਇਆ ਬਾਈ ਫਿਰ ਸੋਚਿਆ ਦੁਬਾਰਾ ਟਰਾਈ ਕਰਦੇ ਆਂ ਬਾਈ ਫਿਰ ਅਗੇਨ ਹੋਇਆ ਬਾਈ ਫਿਰ ਸੋਚਿਆ ਨਹੀਂ ਯਾਰ ਫੇਰ ਕਰਦੇ ਆਂ ਫਿਰ ਅਗੇਨ ਕੀਤਾ ਬਾਈ ਅਗੇਨ ਸੇਮ ਉਹੀ ਚੀਜ਼ਾਂ ਡੈਸਟਨ ਜਿਹੜੀ ਬਣੀ ਆਈ ਹੈ ਬਾਈ ਬੰਦੇ ਦੀ ਹਨਾ ਕੁਛ ਨਾ ਕੁਛ ਹੁੰਦਾ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਆਪ ਨੂੰ ਜਸਟੀਫਾਈ ਕਰਦੇ ਆਂ ਵੀ ਸਹੀ ਅਸੀਂ ਉਹ ਸੀਗੇ ਹਮ ਉਹ ਬਈ ਜਦੋਂ ਲਗਾਤਾਰ ਹੋਈ ਗਏ ਨਾ ਬਈ ਫੇਰ ਬਈ ਜਿਵੇਂ ਤੁਸੀਂ ਬੇਚੈਨੀ ਦੀ ਗੱਲ ਕੀਤੀ ਹੈ ਨਾ ਉਹ ਫਿਰ ਕੱਲਾ ਛੱਡ ਲਿਆ ਬਈ ਆਪਣੇ ਆਪ ਨੂੰ ਆ ਬਿਲਕੁਲ ਬਈ ਕਿਤਾਬਾਂ ਵਾਲ ਨੂੰ ਹੋ ਗਏ ਯਾਰ ਵੀ ਹੁਣ ਇਹ ਇਹ ਚੀਜ਼ ਨਹੀਂ ਜ਼ਿੰਦਗੀ ਚ ਲੈ ਕੇ ਆਉਣੀ ਹਨਾ ਵੀ ਆਪਾਂ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਪਿਆਰ ਮਾੜਿਆ ਜਾਂ ਜੋ ਵੀ ਹਨਾ ਬਈ ਤੁਸੀਂ ਕਹੋ ਵੀ ਕਈ ਬੰਦੇ ਇਹ ਚੀਜ਼ ਨੂੰ ਠੋਕਰ ਖਾ ਕੇ ਕਹਿ ਦਿੰਦੇ ਆ ਵੀ ਇਸ ਚੀਜ਼ ਦੀ ਤਾਂ ਐਗਜ਼ਿਸਟੈਂਸ ਹੀ ਨਹੀਂ ਹੈਗੀ ਹਨਾ ਇਹ ਗਲਤ ਹੈ ਬਈ ਕਹਿਣਾ ਹਨਾ ਹਾਂਜੀ ਬਈ ਠੀਕ ਹੈ ਜੇ ਹੁਣ ਅੱਜ ਦੀ ਘੜੀ ਬਈ ਵਿਆਹ ਟੁੱਟ ਰਹੇ ਨੇ ਬਹੁਤ ਜ਼ਿਆਦੇ ਡਸ ਨਾਟ ਮੀਨ ਕਿ ਬਈ ਵਿਆਹ ਮਾੜਾ ਹਾਂਜੀ ਸੇਮ ਚੀਜ਼ ਬਈ ਪਿਆਰ ਤੇ ਪਿਆਰ ਮਾੜਾ ਨਹੀਂ ਹੈ ਬਈ ਉਹ ਇਹ ਚੀਜ਼ ਹੈ ਬਈ ਕਿਸੇ ਬੰਦੇ ਨੂੰ ਉਹ ਪਿਆਰ ਕਿੱਥੇ ਲੈ ਕੇ ਚਲ ਜਾਂਦਾ ਹੈ ਕਿਸੇ ਨੂੰ ਵਿਲਨ ਬਣਾ ਦਿੰਦਾ ਹੈ ਬਈ ਕਿਸੇ ਨੂੰ ਇਹ ਵੀ ਚੀਜ਼ ਹੈ ਨਾ ਬਈ ਕਿ ਜਿਹੜਾ ਪਿਆਰ ਹੈ ਉਹ ਕਾਮਯਾਬ ਹੋ ਦੋ ਹੁੰਦਾ ਹੈ ਜਦੋਂ ਸਮਝਦਾਰੀ ਦਿਖਾਈ ਸਮਝਦਾਰੀ ਦੇ ਹਾਂ ਹਾਂ ਮੈਚਿਓਰਿਟੀ ਹਾਂਜੀ ਜ਼ਰੂਰੀ ਹੈ ਜੇ ਸਾਨੂੰ ਕਿਸੇ ਗਲਤ ਬੰਦੇ ਤੇ ਟਰਸਟ ਹੋ ਜੇ ਉਹ ਟਰਸਟੀ ਉਦੋਂ ਹੋ ਸਕਦਾ ਜਦੋਂ ਸਾਡੀ ਥੋੜੀ ਜੀ ਵੀਕਨੈਸ ਹੈ ਸਾਡੇ ਚ ਕਮੀ ਹੈ ਹਾਂਜੀ ਹਾਂਜੀ ਪਰਖ ਕਰਨ ਦੀ ਹਾਂਜੀ ਹਾਂਜੀ ਇਹ ਚ ਕੰਟੀਨਿਊ ਕਰੋ ਹਾਂ ਬਾਈ ਬਿਲਕੁਲ ਉਹ ਬਾਰ ਬਾਰ ਬਈ ਅਗੇਨ ਅਗੇਨ ਜਦੋਂ ਚੀਜ਼ਾਂ ਹੋਈ ਗਈਆਂ ਨਾ ਬਾਈ ਫਿਰ ਅੱਖਾਂ ਜਦੋਂ ਖੁੱਲੀਆਂ ਬਾਈ ਬਹੁਤ ਲੇਟ ਖੁੱਲੀਆਂ ਬਾਈ ਆਪਾਂ ਕਹੇ ਦੀ ਨਹੀਂ ਕਹਿ ਸਕਦੇ ਵੀ ਜਲਦੀ ਖੁੱਲ ਗਈਆਂ ਬਾਈ ਇਹ ਤੁਸੀਂ ਥੋੜਾ ਜਿਹਾ ਮੈਂ ਰੋਕਿਆ ਤੁਹਾਨੂੰ ਤੁਸੀਂ ਇਹ ਇੱਕ ਰਿਲੇਸ਼ਨਸ਼ਿਪ ਦੀ ਗੱਲ ਹਾਂਜੀ ਕਿ ਰਿਲੇਸ਼ਨਸ਼ਿਪ ਬੰਦੇ ਨਾਲ ਹਾਂਜੀ 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 ਬਾਈ ਤੁਸੀਂ ਬਾਰ ਬਾਰ ਮੌਕਾ ਦੇ ਰਹੇ ਸੀ ਜਾਂ ਬਾਰ ਬਾਰ ਜਾ ਰਹੀ ਸੀ ਜਾ ਰਹੀ ਸੀ ਹਾਂ ਬਈ ਉਹ ਬਈ ਉਹ ਚੀਜ਼ ਤੋਂ ਜਦੋਂ ਬੰਦਾ ਕਹਿਦੀ ਉਹਨੇ ਬਈ ਠੇਠ ਪਿਆ ਪਿਆ ਅੱਕ ਜਾਂਦਾ ਬੰਦਾ ਯਾਰ ਵੀ ਇਹ ਚੀਜ਼ ਚ ਕੁਝ ਨਹੀਂ ਹੈ ਬਈ ਇੱਕ ਟਾਈਮ ਦਾ ਬਈ ਮੈਂ ਵੀ ਸੋਚਿਆ ਪਿਆਰ ਮੁਹੱਬਤ ਚ ਕੁਝ ਨਹੀਂ ਹੈ ਬਈ ਹਨਾ ਯਾਰ ਵੀ ਇਹ ਹੈ ਨਹੀਂ ਬਈ ਹਨਾ ਚੀਜ਼ ਆਪਣੇ ਲਈ ਬਣੀ ਨਹੀਂ ਉੱਥੋਂ ਬਈ ਫਿਰ ਬੁੱਕਸ ਵਾਲ ਨੂੰ ਹੋ ਗਏ ਬਈ ਕਿਤਾਬਾਂ ਵਾਲ ਨੂੰ ਹੋ ਗਏ ਠੀਕ ਹੈ ਇੱਕ ਤੁਸੀਂ ਗੱਲ ਕੀਤੀ ਸੀ ਹਨਾ ਵੀ ਬੰਦਾ ਡਰੱਗੀ ਹੋ ਜਾਂਦਾ ਜਾਂ ਬਈ ਹਨਾ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਬਈ ਉਹਦਾ ਵੀ ਉਹਦੇ ਵੀ ਬਈ ਫੇਸ ਨੇ ਕਈ ਬੰਦੇ ਤੁਸੀਂ ਕਹਿੰਦੇ ਹੋ ਤੁਸੀਂ ਡਰਿੰਕ ਨੂੰ ਬਹੁਤ ਜ਼ਿਆਦਾ ਮਾੜਾ ਮੰਨ ਲਿਆ ਬਈ ਹਨਾ ਹਾਂਜੀ ਕਈ ਉਸ ਤੋਂ ਵੀ ਅੱਗੇ ਜਾਈ ਜਾਂਦੇ ਆ ਬਈ ਫਿਰ ਪਰ ਜਦੋਂ ਐਂਡ ਵਾਲਾ ਪੁਆਇੰਟ ਦੇਖਦੇ ਆ ਬਈ ਜਦੋਂ ਬੰਦਾ ਖਤਮ ਹੋ ਜਾਂਦਾ ਜਮਈ ਵੀਰ ਵੀ ਹੁਣ ਵੀ ਆਪਾਂ ਆਪ ਹੀ ਆਪਣਾ ਹਨਾ ਯਾਰ ਖਤਮ ਹੀ ਕਰ ਲੈਂਦੇ ਆ ਬਈ ਉੱਥੋਂ ਵੀ ਬਈ ਉਹ ਚੀਜ਼ਾਂ ਕਰਕੇ ਬਈ ਹਨਾ ਸਾਰਾ ਕੁਝ ਆਪਾਂ ਹਨਾ ਹਰਦੇਖ ਬਟਕ ਕੇ ਜਮਾਨੇ ਨੂੰ ਹਨਾ ਵੀਰ ਵੀ ਨਹੀਂ ਯਾਰ ਵੀ ਇਹ ਚੀਜ਼ ਆਪਣਾ ਹੋਣੀ ਹੈਗਾ ਚਲੋ ਬਈ ਡੈਸਟਨੀ ਜਿਹੜੀ ਫਿਰ ਉੱਥੇ ਆ ਜਾਂਦੀ ਹਨਾ ਵੀ ਆਪਾਂ ਨਿਕਲਦੇ ਆ ਬਈ ਕੋਈ ਨਾ ਕੋਈ ਪੁਆਇੰਟ ਜ਼ਿੰਦਗੀ 'ਚ ਆ ਜਾ ਬਈ ਮਿਲਦਾ ਵੀ ਆਪਾਂ ਨੂੰ ਡਰਨ मिल ਜਾਂਦੀ ਹੈ ਬਾਈ ਹਣਾ ਠੀਕ ਹੈ ਸਾਨੂੰ ਤਾਂ ਮਿਲੀ ਬਈ ਆਪਾਂ ਆਪਦੀ ਗੱਲ ਕਰੀਏ ਲੱਭਣੀ ਪੈਂਦੀ ਹੈ ਬਾਈ ਲੱਭਣੀ ਪੈਂਦੀ ਹੈ ਹਾਂ じゃ ਕਹਿ ਲਓ ਬਾਈ ਉਹ ਕਿਤਾਬਾਂ ਵਾਲ ਨੂੰ ਹੋਏ ਹੋਏ ਬਾਈ ਇੱਕ ਚੀਜ਼ ਨੂੰ ਜ਼ਿੰਦਗੀ ਚੋਂ ਜਮੀ ਸਾਈਡ ਤੇ ਕਰਤਾ ਹਣਾ ਪਿਆਰ ਮੁਹੱਬਤ ਨੂੰ ਬਿਲਕੁਲ ਸਾਈਡ ਤੇ ਕਰਤਾ ਵੀ ਯਾਰ ਵੀ ਹੁਣ ਏਦਾਂ ਸੋਚਣਾ ਤੁਸੀਂ ਕਹਿੰਦਾ ਵੀ ਮਚਿਓਰਟੀ ਜ਼ਰੂਰੀ ਆ ਹਣਾ ਸਮਝ ਜ਼ਰੂਰੀ ਆ ਪਿਆਰ ਦੇ ਵਿੱਚ ਫਿਰ ਉਹੀ ਚੀਜ਼ ਬਾਈ ਲੈ ਕੇ ਆਏ ਵੀ ਯਾਰ ਸਮਝ ਨਾਲ ਜਿಳ್ਣਾ ਪੈਣਾ ਇਹ ਨਾ ਏਦਾਂ ਨਹੀਂ ਕਿਉਂਕਿ ਬਾਈ इमोਸ਼ਨਲੀ ਕਿਤਨਾ ਕਿਤੇ ਜਦੋਂ ਬੰਦਾ ਹੁੰਦਾ ਨਾ ਉਦੋਂ ਫੈਸਲੇ ਲੈਂਦਾ ਬਾਈ ਉਹ ਅਕਸਰ ਬਈ ਸ਼ਾਇਦ ਗਲਤ ਹੁੰਦੇ ਬਿਲਕੁਲ ਬਈ ਉਹ ਮਨ ਦਾ इमोशनल ਹੋ ਕੇ ਫੈਸਲਾ ਤੁਸੀਂ ਕਿਸੇ ਨਾਲ 10 ਦਿਨ ਗੱਲ ਕਰਦੇ ਜਦੋਂ ਵੀ ਤੁਸੀਂ ਕਿਸੇ ਬੰਦੇ ਨਾਲ ਨਵੀਂ ਨਵੀਂ ਗੱਲ ਕਰਦੇ ਹੋ ਨਾ ਸਮਝ ਲਓ ਇੱਕ ਕੁੜੀ ਇੱਕ ਮੁੰਡੇ ਦੇ ਨਾਲ ਗੱਲ ਕਰ ਰਹੀ ਹੈ ਅੱਜ ਉਹਦੀ ਗੱਲ ਹੋਣੀ ਸ਼ੁਰੂ ਹੋਈ ਉਹਨੂੰ ਤਾਜ਼ੀ ਤਾਜ਼ੀ ਜਿਹੜੀ ਮੁੰਡੇ ਦੀ ਗੱਲ ਆ ਉਹ ਸਾਰੀਆਂ ਚੰਗੀਆਂ ਲੱਗਦੇ ਆ ਬਈ ਬਿਲਕੁਲ ਏਸੀ ਦੀ ਅਧਾਰਨ ਲੈ ਲੈਂਦੇ ਆ ਹਾਂ ਆ ਇੱਕ ਕਮਰਾ ਹੈ ਇੱਥੇ ਏਸੀ ਲੱਗਿਆ ਹੋਇਆ ਇਸ ਏਸੀ ਦੀ ਚੰਗੀ ਹਵਾ ਹੈ ਸਾਨੂੰ ਵਧੀਆ ਹਵਾ ਮਿਲ ਰਹੀ ਹੈ ਨਾ ਸਮਝ ਲਓ ਇਸ ਕਮਰੇ ਦੇ ਵਿੱਚ ਇੱਕ ਹੋਰ ਏਸੀ ਲੱਗ ਗਿਆ ਜਿਹੜਾ ਬੰਦ ਹੈ ਫਿਲਹਾਲ ਸਾਡੇ ਕੋਲੇ ਆ ਏਸੀ ਹੈਗਾ ਸਾਨੂੰ ਚੰਗੀ ਹਵਾ ਦੇ ਰਿਹਾ ਆਸੀ ਦੇ ਨਾਲ ਵਧੀਆ ਰਹਿ ਸਕਦੇ ਆ ਵਧੀਆ ਸੋ ਸਕਦੇ ਆ ਪੂਰਾ ਸੈਟੀਸਫਾਈਡ ਹੈ ਪਰ ਜੇ ਦੂਜਾ ਕਮਰੇ ਚ ਏਸੀ ਹੋਇਆ ਨਾ ਥੋੜਾ ਇੱਕ ਨਾ ਇੱਕ ਦਿਨ ਦਿਲ ਕਰਨਾ ਹੈ ਕਿ ਉਹਨੂੰ ਵੀ ਚਲਾ ਕੇ ਦੇ ਕੇ ਦੇਖੀਏ ਜਦੋਂ ਤੁਸੀਂ ਇਹਨੂੰ ਬੰਦ ਕਰੋਗੇ ਉਹਨੂੰ ਚਲਾਓਂਗੇ ਜਦੋਂ ਚਲਾਓਂਗੇ ਨਾ ਭਾਈ ਤੇ ਹਵਾ ਉਹਦੀ ਵੀ ਇਹੋ ਜਿਹੀ ਹੋਣੀ ਹੈ ਪਰ ਉਹ ਫਰੈਸ਼ ਲੱਗੂ ਫਰੈਸ਼ ਲੱਗੂ ਇਹਦੇ ਚ ਕਮੀ ਲੱਗੂਗੀ ਤੁਹਾਨੂੰ ਉਹਦੇ ਨਾਲੋਂ ਕਿਉਂਕਿ ਉਹ ਇੱਕਦਮ ਚੱਲਿਆ ਉਹ ਜਦੋਂ ਤਾਜੀ ਲੱਗੂਗੀ ਚੰਗੀ ਲੱਗੂਗੀ ਫਿਰ ਇਹ ਮਾੜਾ ਲੱਗਣਾ ਸ਼ੁਰੂ ਹੋ ਜਾਊਗਾ ਇਹ ਇੱਕ ਏਸੀ ਦੀ ਗੱਲ ਨਹੀਂ ਸੀ ਬੰਦੇ ਨਾਲ ਜਦੋਂ ਵਰਤਦੇ ਆ ਫਿਰ ਉਹਦੀਆਂ ਕਮੀਆਂ ਪਤਾ ਲੱਗਦੀਆਂ ਤੁਹਾਨੂੰ ਆਪਣੇ ਪਾਰਟਨਰ ਦੀਆਂ ਕਮੀਆਂ ਪਤਾ ਲੱਗੀਆਂ ਤੁਹਾਨੂੰ ਇਸ ਕਰਕੇ ਕਿਸੇ ਨੂੰ ਦੇਖ ਕੇ ਇਹ ਲੱਗ ਰਿਹਾ ਨਵੇਂ ਬੰਦੇ ਨਾਲ ਗੱਲ ਕਰਕੇ ਕਿ ਉਹਦੇ 'ਚ ਸ਼ਾਇਦ ਚੰਗੀਆਂ ਹੀ ਗੱਲਾਂ ਨੇ ਉਹਦੇ ਨਾਲ ਜਦੋਂ ਵਰਤੋਂਗੇ ਉਹਦੀਆਂ ਵੀ ਕਮੀਆਂ ਹੋਣਗੀਆਂ ਹੋ ਸਕਦਾ ਤੁਹਾਡੇ 파ਟਨਰ ਨਾਲੋਂ ਜ਼ਿਆਦਾ ਹੋਣ ਲੋਕੀ ਆਪ ਦੇ ਰਿਸ਼ਤੇ ਇਦਾਂ ਖਰਾਬ ਕਰਦੇ ਨੇ ਮੈਨੂੰ ਲੱਗਦਾ ਕਿ ਤੁਹਾਨੂੰ ਆਪਸ਼ਨ ਹੀ ਨਹੀਂ ਰੱਖਣੀ ਚਾਹੀਦੀ ਮੰਦੀਪ ਬਾਈ ਗੱਲਾਂ ਆਪਾਂ ਅੱਜ ਬਹੁਤ ਕਰੀਆਂ ਹਾਂਜੀ ਬਾਈ ਆਪਾਂ ਕਰਦੇ ਵੀ ਰਵਾਂਗੇ ਫਿਰ ਤੁਸੀਂ ਜ਼ਰੂਰ ਹਾਂ ਜੀ ਇਨਵਾਈਟ ਕਰਾਂਗੇ ਤੇ ਅੱਜ ਵੀ ਤੁਹਾਡਾ ਸ਼ੁਕਰੀਆ ਤੁਸੀਂ ਨਹੀਂ ਨਹੀਂ ਬਈ ਦੇਖੋ ਸਭ ਤੋਂ ਪਹਿਲਾਂ ਤਾਂ ਬਈ ਗੱਲ ਇਹ ਹੈ ਵੀ ਬਈ ਨੂੰ ਵਿੱਚ ਰੋਕ ਰਿਆਂ ਜਿਹੜਾ ਬਈ ਤੁਸੀਂ ਐਫਰਟ ਲਾਇਆ ਨਾ ਇੱਕ ਅ ਐਜ਼ ਅ ਸਿੰਗਰ ਹਨਾ ਪ੍ਰੋਫੈਸ਼ਨਲ ਸਿੰਗਰ ਦੇ ਤੌਰ ਤੇ ਹਨਾ ਜਿਹੜਾ ਬੰਦਾ ਮਿਲੀਅਨਸ 'ਚ ਖੜਾ ਹੈ ਬਈ ਜਿਹਦੀ ਆਵਾਜ਼ ਜਿਹਦੇ ਕੋਲੇ ਪਲੇਟਫਾਰਮ ਹੈਗਾ ਇੱਕ ਜਿਹਦੀ ਆਵਾਜ਼ ਬਹੁਤ سارے ਲੋਕ ਸੁਣਦੇ ਨੇ ਉਸ ਬੰਦੇ ਦੇ ਦਿਲ 'ਚ ਬਈ ਇਹ ਗੱਲ ਆਈ ਯਾਰ ਵੀ ਇਹ ਚੀਜ਼ ਤੇ ਐਫਰਟ ਲਾਉਣਾ ਚਾਹੀਦਾ ਸੋਸਾਇਟੀਅਲ ਅਸਪੈਕਟਸ ਨੇ ਜਿਹੜੇ ਸੋਸਾਇਟੀਆਂ ਦੇ ਜਿਹੜੇ ਇਸ਼ੂਜ਼ ਨੇ ਉਹਦੇ ਰਿਗਾਰਡਿੰਗ ਜੇ ਕੋਈ ਬੰਦਾ ਐਫਰਟ ਕਰ ਰਿਹਾ ਬਈ ਤਾਂ ਮੈਂ ਸਮਝਦਾ ਬਾਈ ਉਹ ਬਹੁਤ ਵੱਡੀ ਗੱਲ ਤੁਸੀਂ ਕਰ ਰਹੇ ਹੋ ਬਾਈ ਬਹੁਤ ਸਾਰਾ ਪਿਆਰ ਸਤਿਕਾਰ ਹੈ ਹਮੇਸ਼ਾ ਲਈ ਬਾਈ ਸਾਡੀ ਰਿਸਪੈਕਟ ਹੈ ਬਾਈ ਤੁਹਾਡੇ ਲਈ ਤੁਸੀਂ ਇਹ ਚੀਜ਼ ਐਫਰਟ ਕੀਤੀ ਬਾਈ ਬਾਈ ਤੁਸੀਂ ਜੋ ਗੱਲਾਂ ਕਰੀਆਂ ਨੇ ਸ਼ਾਇਦ ਉਹ ਮੇਰੇ ਜਿੱਦਾਂ ਮੈਨੂੰ ਲੋਕੀ ਕਿਉਂ ਮੇਰੇ ਨਾਲ ਜੁੜਦੇ ਨੇ ਮੈਂ ਉਹ ਗੱਲਾਂ ਲਿਖਦਾ ਜੋ ਉਹਨਾਂ ਦੇ ਦਿਲ 'ਚ ਹੁੰਦੀਆਂ ਨੇ ਸੋ ਤੁਸੀਂ ਵੀ ਜੋ ਗੱਲਾਂ ਕਰੀਆਂ ਨੇ ਮੇਰੇ ਦਿਲ 'ਚ ਸੀ ਮੈਂ ਉਹਨਾਂ ਨੂੰ ਪਸੰਦ ਕਰਦਾ ਸੀ ਉਹੀ ਥੋਟ ਸੇਮ ਸਿਮਿਲਰ ਜੇ ਮੇਰੇ ਮਨ ਚ ਕੋਈ ਸੀ ਅੱਜ ਮੇਰੇ ਕੋਲੇ ਆਡੀਅנס ਹੈ ਜਿੰਨੀ ਵੀ ਬਿਲਕੁਲ ਤੇ ਮੈਂ ਇਸ ਤਰੀਕੇ ਨਾਲ ਗੱਲ ਬੋਲਦਾ ਕਿ ਉਹ ਲੋਕ ਸੁਣ ਰਹੇ ਨੇ ਜੋ ਮੈਂ ਬੋਲ ਰਿਹਾ ਤੇ ਜੇ ਮੈਂ ਚੰਗੀ ਗੱਲ ਬੋਲਾਂ ਇੱਕ ਚੰਗੀ ਸਲਾਹ ਦਵਾਂ ਕੁਝ ਆਪਣੀ ਜ਼ਿੰਦਗੀ ਚ ਜੋ ਅਸੀਂ ਗਲਤ ਕਰਿਆ ਜਾਂ ਗਲਤ ਦੇਖਿਆ ਉਹ ਦੱਸੀਏ ਲੋਕਾਂ ਨੂੰ ਤੇ ਕਿਸੇ ਦਾ ਚੰਗਾ ਹੋ ਸਕੇ ਬਿਲਕੁਲ ਭਾਈ ਸਾਰੀ ਗੱਲਬਾਤ ਇਹਨਾਂ ਚੀਜ਼ਾਂ ਉੱਤੇ ਸੀ ਇਹਦੇ 'ਚ ਨਾ ਆਪਾਂ ਇਹ ਗੱਲ ਕਰੀਏ ਕਿ ਕੁੜੀਆਂ ਗਲਤ ਨਾ ਆਪਾਂ ਇਹ ਗੱਲ ਕਰੀਏ ਕਿ ਮੁੰਡੇ ਗਲਤ ਬਿਲਕੁਲ ਸੋਚਾਂ ਗਲਤ ਨੇ ਮਾਪਿਓ ਦੀ ਕੀ ਜ਼ਿੰਮੇਵਾਰੀ ਹੈ ਬੱਚਿਆਂ ਦੀ ਕੀ ਜ਼ਿੰਮੇਵਾਰੀ ਹੈ ਕੀ ਕੁਝ ਕੁੜੀਆਂ ਨੂੰ ਦੇਖਣਾ ਚਾਹੀਦਾ ਕੀ ਕੁਝ ਮੁੰਡਿਆਂ ਨੂੰ ਇਹ ਸਾਰੇ ਪੋਡਕਾਸਟ ਦੇ ਵਿੱਚ ਆਪਾਂ ਕਰੀਆ ਇਸ ਐਪੀਸੋਡ ਦੇ ਵਿੱਚ ਮੇਰੇ ਨਾਲ ਵੀਰ ਮਨਦੀਪ ਡਿਪਸੀ ਬਈ ਦਾ ਨਾਮ ਬਹੁਤ ਡਿਪਸੀ ਸੱਗੂ ਹਾਂਜੀ ਭਾਈ ਤੇ ਬਹੁਤ ਪਿਆਰਾ ਨਾਮ ਤੇ ਬਹੁਤ ਪਿਆਰੀ ਸੋਚ ਮਾਰੇ ਪ੍ਰਾ ਚੜ੍ਹਦੀ ਕਲਾ ਚ ਰੱਖੇ ਜਿੰਨੇ ਵੀ ਵੀਰਪਰਾ ਇਹ ਐਪੀਸੋਡ ਦੇਖ ਰਹੇ ਸੀ ਹੁਣ ਤੱਕ ਦਿਲ ਤੋਂ ਧੰਨਵਾਦ ਸਾਰਿਆਂ ਦਾ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਬਾਕੀ ਵੀਰਮਨਦੀਪ ਜੀ ਦੋਹੀ ਕੁਝ ਕਹਿਣਾ ਚਾਹੁੰਦੇ ਹੋ ਜਾਂਦੇ ਹੋਏ ਸਾਰਿਆਂ ਨੂੰ ਬਈ ਜਿੰਨੇ ਵੀ ਫੌਜੀ ਬਾਈ ਦਾ ਚੈਨਲ ਦੇਖ ਰਹੇ ਨੇ ਬਈ ਹਨਾ ਜੋ ਬਈ ਸੁਨੇਹਾ ਮੈਸੇਜ ਇੱਕ ਹਨਾ ਸੁਸਾਇਟੀਲ ਆਪਾਂ ਅਸਪੈਕਟਸ ਆਸਪੈਕਟਸ ਤੇ ਗੱਲ ਕੀਤੀ ਹੈ ਬਈ ਉਮੀਦ ਕਰਦੇ ਆ ਬਈ ਇਸ ਪੋਡਕਾਸਟ ਨੂੰ ਤੁਸੀਂ ਪਿਆਰ ਦੇਵੋਗੇ ਤੇ ਬਹੁਤ ਬਹੁਤ ਬਈ ਪਿਆਰ ਸਤਿਕਾਰ ਬਈ ਫੌਜੀ ਲਈ ਵੀ ਤੇ ਜਿੰਨੇ ਵੀ ਲੋਕ ਸਾਨੂੰ ਦੇਖ ਰਹੇ ਨੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਚੜ੍ਹਦੀ ਕਲਾ ਚ ਰਹੋ ਅਸੀਂ ਬਹੁਤੇ ਸਿਆਣੇ ਨਹੀਂ ਪਰ ਜਿੰਨੀ ਕੁ ਵੀ ਗੱਲ ਕਿਸੇ ਦੇ ਕੰਮ ਦੀ ਸਾਡੇ ਤੋਂ ਕਰ ਹੋ ਸਕਦੀ ਆ ਆਪਾਂ ਕਰਾਂਗੇ ਜਿਉਂਦੇ ਵਾਸਤੇ ਰਹੋ ਚੜ੍ਹਦੀ ਕਲਾ ਚ ਰਹੋ